ਡਾਕਟਰ ਹਰਬੰਸ ਸਿੰਘ ਤਿਮਾਮ ਦੁਆਰਾ ਅਨੁਵਾਦਿਤ ਨੋਵਲ ਤਾੜਵੀ ਫਰਜ਼ਨ ਦਲੀ ਦੁਆਰਾ ਲਿਖਿਆ ਚੌਥਾ ਅੰਗ ਇਸਲਾਮਾਬਾਦ ਬਾਦ ਪਾਰਲੀਮਾਨੀ ਜੱਜ ਦੇ ਕਮਰੇ 'ਚ ਸੁੱਤੇ ਵਾਜਦ ਨੂੰ ਸਵੇਰੇ-ਸਵੇਰੇ ਜਗਾ ਕੇ ਦੱਸਿਆ ਕਿ ਘਰੋਂ ਫੋਨ ਹੈ ਵਾਜਦ ਜੇ ਜਾਗਣਾ ਨਹੀਂ ਸੀ ਚਾਹੁੰਦਾ ਉਹਦੀ ਨੀਂਦਰ ਪੂਰੀ ਨਹੀਂ ਸੀ ਹੋਈ ਰਾਤ ਕਾਫੀ ਵੇਲੇ ਤੱਕਰ ਸਹਾਫੀ ਕੁੜੀ ਸਾਇਮਾ ਨਾਲ ਬੈਠਾ ਘਲੋਤਾ ਰਿਹਾ ਸੀ ਸਾਂਝੇ ਫਾਇਦੇ ਤੇ ਸਾਂਝੀਆਂ ਰੀਜਾਂ ਦੀ ਗੱਲ ਹੁੰਦੀ ਰਹੀ ਸੀ ਤੇ ਸਾਈਮਾ ਦੀ ਪਹੁੰਚ ਬਾਰੇ ਵਾਜਿਦ ਜਾਣਦਾ ਸੀ ਕਿ ਸੂਲ ਤੇ ਮੱਕੜੀ ਬਿਊਰੋਕਰੇਟਸ ਤੇ ਬਾਖਤਿਆਰ ਹਲਕਿਆਂ 'ਚ ਕਾਫੀ ਪਸੰਦ ਕੀਤੀ ਜਾਂਦੀ ਹੈ ਸਾਈਮਾ ਦਾ ਹੱਸਣ ਤੇ ਗੁਫ਼ਤਗੂ ਬੰਦੇ ਨੂੰ ਕੀਲ ਲੈਂਦਾ ਹੈ ਸਾਈਮਾ ਦਾ ਸਾਥ ਮਿਲਣ ਨਾਲ ਵਾਜਿਦ ਬੜਾ ਖੁਸ਼ ਸੀ ਤੇ ਇਹ ਖੁਸ਼ੀ ਉਹ ਸਾਈਮਾ ਨਾਲ ਨਾਲ ਮਿਲ ਕੇ ਸਾਰੀ ਰਾਤ ਮਨਾਈ ਸੀ ਪਰ ਸਵੇਰੇ-ਸਵੇਰੇ ਮਾਂ ਦੇ ਫੋਨ ਨੇ ਜਗਾ ਕੇ ਨਿੰਦਰ ਦਾ ਸਵਾਦ ਹੀ ਗੰਦਾ ਕਰ ਦਿੱਤਾ मां फिक्रमंदी ਨਾਲ ਕਨੀਜ਼ਾ ਦੇ ਦੌਰੇ ਬਾਰੇ ਦੱਸਿਆ ਤੇ ਨਾਲ ਹੀ ਇਹ ਵੀ ਆਖ ਦਿੱਤਾ ਕਿ ਗੱਲ ਖਿਲਰ ਗਈ ਤਾਂ ਕਨੀਜ਼ਾ ਦਾ ਵਿਆਹ ਕਰਨਾ ਔਖ ਹੋ ਜਾਏਗਾ ਕਨੀਜ਼ਾ ਨੂੰ ਦौरा ਪੈਣ ਦਾ ਸੁਣ ਕੇ ਵਾਜਦ ਹੈਰਾਨ ਹੋਇਆ ਉਹਦੇ ਖਿਆਲ ਚ ਇਹੋ ਜੀਆਂ ਬਿਮਾਰੀਆਂ ਗਰੀਬ ਤਬਕੇ ਚ ਹੁੰਦੀਆਂ ਨੇ ਸਾਡੇ ਤਬਕੇ ਚ ਨਹੀਂ ਤੇ ਨਾਲ ਹੀ ਵਾਜਦ ਦੇ ਦਿਮਾਗ 'ਚ ਇੱਕ ਲਹਿਰ ਉੱਠੀ ਜੇ ਕਨੀਜ਼ਾ ਦਾ ਵਿਆਹ ਬਿਮਾਰੀ ਵਿੱਚੋਂ ਨਾ ਹੋ ਸਕਿਆ ਤਾਂ ਉਹਦੇ ਹਿੱਸੇ ਦੀ ਜ਼ਮੀਨ ਕਿਧਰੇ ਨਹੀਂ ਜਾਣ ਲੱਗੀ ਸਾਡੇ ਦੋਵਾਂ ਭਰਾਵਾਂ ਕੋਲ ਹੀ ਰਹੇਗੀ ਪਹਿਲੇ ਹੀ ਦੋਵੇਂ ਵੱਡੀਆਂ ਪੈਣਾ ਆਪਣੇ ਹਿੱਸੇ ਦੀਆਂ ਜ਼ਮੀਨਾਂ ਵਕ ਕਰ ਲੈਂਦੀਆਂ ਹੋਈਆਂ ਨੇ ਤੇ ਇਲਾਕੇ ਦੇ ਵੱਡੇ ਜ਼ਿੰਮੇਦਾਰਾਂ ਦੀ ਹੱਸੀਅਤ ਤੋਂ ਕਿੰਨੇ ਥੱਲੇ ਡਿੱਗ ਪਏ ਹੋਏ ਆ ਤੇ ਉਸ ਫੋਨ ਉੱਤੇ ਮਾਂ ਨੂੰ ਤਸੱਲੀ ਦਿੱਤੀ ਮੈਂ ਲੋਹਾਰ ਡਾਕਟਰ ਸਦੀਕੀ ਨੂੰ ਫੋਨ ਕਰਕੇ ਕੱਲ ਦੇਣਾ ਵਾਂ ਆਪ ਸ਼ਾਮ ਨੂੰ ਆ ਜਾਵਾਂਗਾ ਫਿਕਰ ਵਾਲੀ ਕੋਈ ਗੱਲ ਨਹੀਂ ਕਨੀਜ਼ਾ ਹਰ ਵੇਲੇ ਕੁਝ ਨਾ ਕੁਝ ਪੜਦੀ ਰਹਿੰਦੀ ਏ ਦਿਮਾਗ ਉੱਤੇ ਭਾਰ ਪੈ ਗਿਆ ਹੋਣਾ ਤੇ ਮਾਂ ਨੇ ਛੇਤੀ ਆਉਣ ਤੇ ਕਨੀਜ਼ਾ ਦੇ ਵਿਆਹ ਬਾਰੇ ਸੋਚਣ ਦਾ ਆਕੇ ਫੋਨ ਬੰਦ ਕਰ ਦਿੱਤਾ ਨੰਬਰਦਾਰਾਂ ਦੀ ਹਵੇਲੀ 'ਚ ਦौरा ਕਨੀਜ਼ਾ ਨੂੰ ਪਿਆਸੀ ਤੇ ਸ਼ਾਮਤ ਰੱਜੋ ਦੀ ਆਈ ਹੋਈ ਸੀ ਜਿਹੜਾ ਵੀ ਆਉਂਦਾ ਦੌਰੇ ਬਾਰੇ ਰੱਜੋ ਨੂੰ ਪੁੱਛਦਾ ਕਨੀਜ਼ਾ ਨੂੰ ਦौरा ਕਿਵੇਂ ਤੇ ਕਦੋਂ ਪਿਆ ਰੱਜੋ ਕਈ ਵਾਰ ਦੱਸਣ ਨਾਲ ਹੀ ਕੰਮਲੀ ਹੋਈ ਸੀ ਲੱਗਦਾ ਸੀ ਹੁਣ ਦौरा ਰੱਜੋ ਨੂੰ ਪੈਣ ਹੀ ਵਾਲਾ ਉਹ ਹੋਰ ਬੋਲਣਾ ਨਹੀਂ ਸੀ ਚਾਹੁੰਦੀ ਪਰ ਨੌਕਰ ਕੀ ਤੇ ਨਖਰਾ ਕੀ ਵਾਲੀ ਗੱਲ ਸੀ ਡਾਕਟਰ ਆਇਆ ਤਾਂ ਉਹ ਵੀ ਆਪਣੇ ਸਾਹਮਣੇ ਰੱਜੋ ਨੂੰ ਹੀ ਪੇਸ਼ ਕਰਨ ਦਾ ਹੁਕਮ ਜਾਰੀ ਕੀਤਾ ਤੇ ਕਨੀਜ਼ਾ ਤਾਂ ਡਾਕਟਰ ਨੂੰ ਆਪਣੇ ਕਮਰੇ 'ਚ ਆਉਣ ਦੀ ਇਜਾਜ਼ਤ ਹੀ ਨਹੀਂ ਸੀ ਦਿੱਤੀ ਉਹ ਦਾਖਣਾ ਸੀ ਕਿ ਉਹ ਨਾ ਤੇ ਬਿਮਾਰ ਹੈ ਤੇ ਨਾ ਹੀ ਕੋਈ ਦੌਰਾ ਪਿਆ ਹੈ ਛੱਤ ਉੱਤੇ ਜ਼ਰਾ ਉੰਗ ਕਿ ਆਈ ਤਮਾਸ਼ਾ ਹੀ ਬਣ ਗਿਆ ਮਾਂ ਦੇ ਜ਼ੋਰ ਦੇਣ ਤੇ ਮਿੰਨਤ ਕਰਨ ਨਾਲ ਕਨੀਜ਼ਾ ਡਾਕਟਰ ਦੇ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੋਈ ਸੀ ਪਰ ਡਾਕਟਰ ਪਹਿਲਾਂ ਰਜੋ ਕੋਲੋਂ ਦੌਰਾ ਪੈਣ ਦੀ ਤਫਸੀਲ ਨਾਲ ਜਾਨਣਾ ਚਾਹੁੰਦਾ ਸੀ ਰਜੋ ਗੁੱਸੇ ਨਾਲ ਡਾਕਟਰ ਨੂੰ ਆਖਣਾ ਚਾਹੁੰਦੀ ਸੀ ਤੂੰ ਕਿਉਂ ਜੇ ਡਾਕਟਰ ਹੈ ਦੌਰਾ ਕਿ ਰੀਜ਼ਾ ਨੂੰ ਪਿਆ ਤੇ ਤਰੀਕੀ ਮੈਨੂੰ ਫਿਰਦਾ ਹੈ ਪਰ ਨੌਕ ਕਰ ਦੇ ਕੀ ਮਜ਼ਾ ਹਾਲ ਤੇ ਜ਼ੁਰਤ ਕੇ ਜ਼ੁਬਾਨ ਖੋਲੇ ਸੁਰਜ ਜੋ ਵੀ ਚੁੱਪ ਕਰਕੇ ਡਾਕਟਰ ਦੇ ਸਵਾਲਾਂ ਦੇ ਜਵਾਬ ਦਿੰਦੀ ਰਹੀ ਰਜੋਏ ਵੀ ਦੱਸਿਆ ਕਿ ਜੋ ਗੱਲਾਂ ਬੀਬੀ ਨਹਿਰ ਕੰਡੇ ਵਗਦੇ ਪਾਣੀ ਝੂਲਦੇ ਰੁੱਖਾਂ ਨੂੰ ਵੇਖ ਕੇ ਕਰਦੀਏ ਦौरा ਪੈਣ ਵੇਲੇ ਉਹ ਗੱਲਾਂ ਨਹੀਂ ਸਨ ਉਹਦੀਆਂ ਕੋਈ ਹੋਰ ਹੀ ਗੱਲਾਂ ਸਨ ਮੈਨੂੰ ਤੇ ਪਹਿਲੇ ਵੀ ਕਦੇ ਬੀਬੀ ਦੀਆਂ ਗੱਲਾਂ ਦੀ ਸਮਝ ਨਹੀਂ ਆਉਂਦੀ ਸੀ ਤੇ ਨਾ ਦौरा ਪੈਣ ਵੇਲੇ ਦੀਆਂ ਗੱਲਾਂ ਦੀ ਡਾਕਟਰ ਸਦੀਕੀ ਦਾ ਇصرਾਰ ਕਿ ਕਨੀਜ਼ਾ ਬੀਬੀ ਬੁੜਬੁੜਾਉਣ ਵਾਲੀਆਂ ਗੱਲਾਂ ਯਾਦ ਕਰਕੇ ਦੱਸੋ ਅੱਕੀ ਹੋਈ ਰੱਜੀ ਡਾਕਟਰ ਨੂੰ ਛੱਤ ਉੱਤੇ ਲੈ ਗਏ ਨਾਲ ਹੀ ਨੰਬਰਦਾਰਾਂ ਦਾ ਛੋਟਾ ਮੁੰਡਾ ਸਾਬਰ ਵੀ ਗਿਆ ਛੱਤ ਉੱਤੇ ਉਸੇ ਪਲੰਘ ਕੋਲ ਜਾ ਕੇ ਰੱਜੋ ਆਖਿਆ ਡਾਕਟਰ ਜੀ ਕੁਝ ਦੇਰ ਲਈ ਰੱਜੋ ਬਣ ਸਕਦੇ ਹੋ ਮੈਂ ਕਨੀਜ਼ਾ ਬਣ ਕੇ ਬੜਬੜਾਉਣੀ ਆ ਸਾਬਰ ਝੱਟ ਝਾੜ ਪਾਤੀ ਇਹ ਕੀ ਬਕਵਾਸ ਏ ਰੱਜੋ ਡਾਕਟਰ ਸਾਬਰ ਨੂੰ ਮਨਾ ਕਰਦੇ ਹੋਏ ਆਖਿਆ ਮਰਜ਼ ਦੀ ਤੈਅ ਤੀ ਕਰਪਣ ਲਈ ਸਾਨੂੰ ਰੱਜੋ ਦੀ ਗੱਲ ਮੰਨਣੀ ਪੈਗੀ ਮੈਂ ਰੱਜੋ ਬਣ ਗਿਆ ਵਾ ਰੱਜੇ ਇਥੇ ਖਲੋਤੀ ਇਹ ਰੱਜੋ ਨੇ ਡਾਕਟਰ ਨੂੰ ਬਾਹਾਂ ਤੋਂ ਫੜ ਕੇ ਪਲੰਘ ਦੇ ਨੇੜੇ ਕੀਤਾ ਤੇ ਆਖਿਆ ਰਾਤ ਸੀ ਬੱਤੀ ਬੁਝਾ ਦਿੱਤੀ ਗਈ ਸੀ ਉੰਜ ਕਿਤਾਬਾਂ ਖਿਲਰੀਆਂ ਹੋਈਆਂ ਸਨ ਚੰਨ ਪੂਰੀ ਤਰ੍ਹਾਂ ਚਮਕ ਰਿਹਾ ਸੀ ਤੇ ਮਕਰੀਜ਼ਾ ਇੰਜ ਚੰਨ ਨੂੰ ਇੱਕ ਟੱਕ ਵੇਖਨੀ ਆ ਤੁਸੀਂ ਮੇਰੇ ਵੱਲ ਵੇਖੋ ਹਾਂ ਇੰਜ ਮੈਂ ਬੁੱਤ ਬਣੀ ਚੰਨ ਵੱਲ ਵੇਖ ਰਹੀ ਹਾਂ ਡਾਕਟਰ ਕਨੀਜ਼ਾ ਬਣੀ ਰੱਜੋ ਦੀ ਇੱਕ ਹਰਕਤਗੌਰ ਨਾਲ ਵੇਖ ਰਿਹਾ ਹੈ ਸਬਰ ਨੂੰ ਗੁੱਸਾ ਹੈ ਪਰ ਚੁੱਪੇ ਕਨੀਜ਼ਾ ਵਾਂਗ ਚੰਨ ਵੱਲ ਮੂੰਹ ਕਰਕੇ ਰੱਜੋ ਪਲੰਘ ਉੱਤੇ ਬੈਠੀ ਤਾੜੀ ਲਾ ਕੇ ਵੇਖੀ ਜਾਂਦੀ ਹੈ ਵੇਖੀ ਜਾਂਦੀ ਹੈ ਡਾਕਟਰ ਤੇ ਸਾਬਰ ਰੱਜੋ ਵਲਗਰਨਲ ਵੇਖਦੇ ਹਨ ਉਹਦੇ ਬੋਲਦੇ ਚਿਹਰੇ ਦੇ ਰੰਗਾ ਉੱਤੇ ਡਾਕਟਰ ਦੀ ਨਜ਼ਰ ਹੈ ਸਾਬਰ ਦੀਆਂ ਨਜ਼ਰਾਂ ਰੱਜੋ ਦੇ ਜੁੱਸੇ ਨੂੰ ਟੋਹ ਰਹੀਆਂ ਰੱਜੋ ਚੰਨਵਲ ਵੇਖਦੀ ਹੋਈ ਹੌਲੀ-ਹੌਲੀ ਤੇ ਜੋਸ਼ ਜਿਵੇਂ ਰਾਜਦਾਰੀ ਦਾ ਹੁੰਦਾ ਬੋਲੀ ਬਜਰਾ ਤੂੰ ਆ ਗਿਆ ਜੀ ਸਦਕੇ ਤਨ ਵੇਖ ਕੇ ਮੈਂ ਜੀ ਪੈਣੀ ਆ ਖੁਸ਼ੀ ਹੁੰਦੀ ਹੈ ਯਾਦ ਹੀ ਜਦੋਂ ਮੇਰੀਆਂ ਸਹੇਲੀਆਂ ਨੇ ਜੰਗਲੀ ਫਲ ਇਕੱਠੇ ਕਰਕੇ ਤੇਰੇ ਤੇ ਮੇਰੇ ਵਾਸਤੇ ਸੱਤ-ਸੱਤ ਹਾਰ ਭਰੋਏ ਸਨ ਇੱਕ ਇੱਕ ਹਾਰ ਮੇਰੀਆਂ ਸਖੀਆਂ ਵਾਸਤੇ ਵੀ ਤੇਰਾ ਮੇਰਾ ਮਿਲਣ ਹੋਣਾ ਸੀ ਤੇ ਅਸੀਂ ਅਜੇ ਇੱਕ ਦੂਜੇ ਦੇ ਗੱਲ 'ਚ ਛੇ ਛਿਹਾਰ ਪਾਏ ਸਨ ਤੇ ਮੇਰੀਆਂ ਸਹੇਲੀਆਂ ਸਾਡੇ ਲਈ ਸੁਹਾਗ ਦੇ ਗੀਤ ਗਾਉਣ ਗਾ ਰਹੀਆਂ ਸਨ ਤੂੰ ਬੜਾ ਸੋਹਣਾ ਲੱਗ ਰਿਹਾ ਸੀ ਕੁਝ ਲੋਕ ਉਪਰੀ ਕਿਸਮ ਦੇ ਚੰਚਿਤ ਘੋੜਿਆਂ ਉੱਤੇ ਸਵਾਰ ਤਲਵਾਰਾਂ ਲੈ ਕੇ ਆਏ ਉਹਨਾਂ ਮੈਨੂੰ ਘਸੀਟ ਲਿਆ ਤੂੰ ਧੜਵੀਆਂ ਨਾਲ ਲੜਿਆ ਤੇ ਧੜਵੀ ਮੈਨੂੰ ਲੈ ਗਏ ਕੈਦ ਕਰ ਲਿਆ ਮੈਂ ਸਮਝੀ ਉਹਨਾਂ ਖੌਰੇ ਤੈਨੂੰ ਵੱਡ ਸੁੱਟਿਆ ਹੋਣਾ ਤੇ ਮੇਰਾ ਤੇ ਜੀਵਨ ਬੇਰਾਨ ਹੋ ਗਿਆ ਕੈਦੀ ਹੋ ਗਈ ਨਾ ਮੋਈ ਨਾ ਜਿਉਂਦੀ ਅਜ ਤੈਨੂੰ ਜਿਉਂਦਾ ਵੇਖ ਕੇ ਮੇਰੇ ਸਾਹ ਫੇਰ ਹੌਲੇ ਹੋ ਗਏ ਨੇ ਡਾਕਟਰ ਬੜੇ ਗੌਰ ਨਾਲ ਵੇਖਦਾ ਤੇ ਸੁਣਦਾ ਰਿਹਾ ਫਿਰ ਰਜੋ ਦੀਆਂ ਕਾਂਚੋਂ ਅਥਰੂ ਵਗਦੇ ਰਹੇ ਕੁਝ ਦਿਨ ਚੁੱਪ ਰਹਿਣ ਮਗਰੋਂ ਰਜੋਈ ਇੱਕ ਵਾਰੀ ਫੇਰ ਚੀਖਦੀ ਏ ਜਾ ਜਾ ਬਜਰਾ ਚਲਾ ਜਾ ਛੇਤੀ ਚਲਾ ਜਾ ਧੜ ਵੀ ਫੇਰ ਆਉਂਦੇ ਪਏ ਨੇ ਉਹਨਾਂ ਤੇ ਨੂੰ ਵੱਡ ਸੁੱਟ ਨਹੀਂ ਚਲਾ ਜਾ ਚਲਾ ਜਾ ਤੇ ਰੱਜੋ ਇੱਕਦਮ بے ਹੋਸ਼ ਹੋ ਕੇ ਪਲੰਘ ਉਤੇ ਲੇਟ ਕੇ ਆਕੜ ਜਾਂਦੀ ਜਿਵੇਂ ਸੱਚੀ ਮੁੱਚੀ ਮਰ ਗਈ ਏ ਸਬਰ ਝੱਟ ਰੱਜੋ ਦੀ ਬਾਹਾਂ ਫੜ ਕੇ ਨਬਜ਼ ਵੇਖੀ ਹਲਾਇਆ ਜੁਲਾਇਆ ਪਰ ਰੱਜੋ ਆਕੜ ਹੀ ਰਹੀ ਸਬਰ ਰੱਜੋ ਦੇ ਜੁੱਸੇ ਨੂੰ ਨੱਪਿਆ ਘੁੱਟਿਆ ਹਲਾਇਆ ਝੱਟ ਮਗਰੋਂ ਰੱਜੋ ਉੱਠ ਕੇ ਆਖਿਆ ਲਓ ਡਾਕਟਰ ਜੀ ਇੰਜ ਹੋਇਆ ਕਨੀਜ਼ਾ ਬੀਬੀ ਨਾਲ ਜਦ ਮੈਂ ਜਾ ਕੇ ਵੱਡੀ ਨੰਬਰਦਾਰੀਦਾਰਨੀ ਨੂੰ ਦੱਸਿਆ ਤਾਂ ਉਹਦੇ ਆਉਣ ਤਿੱਕਰ ਕਨੀਜ਼ਾ ਬੀਬੀ ਹੋਸ਼ ਚ ਆ ਗਈ ਹੋਈ ਸੀ ਵੱਡੀ ਬੀਬੀ ਪੁੱਛਿਆ ਤਾਂ ਕਨੀਜ਼ਾ ਬੀਬੀ ਨੂੰ ਚੇਤਾ ਹੀ ਨਹੀਂ ਸੀ ਮੈਨੂੰ ਬੜੀ ਸ਼ਰਮ ਆਈ ਕਿਦਰੇ ਮੇਰੇ ਉਤੇ ਇਲਜ਼ਾਮ ਹੀ ਨਾ ਲੱਗ ਜਾਏ ਕਿ ਮੈਂ ਝੂਠ ਬੋਲਨੀ ਆ ਪਰ ਕਨੀਜ਼ਾ ਬੀਬੀ ਦੀ ਗਵਾਹੀ ਨਾਲ ਕੇ ਰੱਜੋ ਫਰੇਬ ਨਹੀਂ ਮੈਨੂੰ ਤਸੱਲੀ ਦਿੱਤੀ ਵੱਡੀ ਬੀਬੀ ਵੀ ਕਨੀਜ਼ਾ ਬੀਬੀ ਦੇ ਚਿਹਰੇ ਦੇ ਉਤਰੇ ਰੰਗ ਨੂੰ ਜਾਣ ਲਿਆ ਸੀ ਕਿ ਗੱਲ ਕੋਈ ਹੈ ਜ਼ਰੂਰ ਅਥਰੂ ਜਿਹੜੇ ਕਨੀਜ਼ਾ ਬੀਬੀ ਦੇ ਚਿਹਰੇ ਤੇ ਆ ਕੇ ਸੁੱਕ ਗਏ ਸਨ ਉਹ ਇਸ ਗੱਲ ਦੀ ਗਵਾਹੀ ਦੇ ਰਹੇ ਸਨ ਕਨੀਜ਼ਾ ਬੀਬੀ ਆਪਣੀ ਮਾਂ ਨੂੰ ਦੱਸਿਆ ਉਹਨੂੰ ਕੋਈ ਦੋਹਰਾ ਨਹੀਂ ਪਿਆ ਉਤੇ ਚੰਨ ਦੀ ਠੰਡੀ ਚਾਨਣੀ ਨੂੰ ਤੱਕਦੇ-ਤੱਕਦੇ ਸੌਂ ਗਈ ਸੀ ਤੇ ਡਾਕਟਰ ਰੱਜੋ ਦਾ ਸ਼ੁਕਰੀਆ ਦਾ ਕੀਤਾ ਕਿ ਤੂੰ ਪੂਰੀ ਤਫਸੀਲ ਨਾਲ ਬਿਮਾਰੀ ਬਾਰੇ ਦੱਸ ਕੇ ਬਹੁਤ ਚੰਗਾ ਕੀਤਾ ਪਰ ਸਾਬਰ ਥੋੜਾ ਸ਼ਰਮਿੰਦਾ ਤੇ ਗੁੱਸੇ 'ਚ ਰੱਜਾਂ ਨੂੰ ਵੇਖਦਾ ਰਿਹਾ ਕਿਵੇਂ ਹੀ ਸਦਾਕਾਰੀ ਕਰਕੇ ਮੇਰੇ ਕੋਲੋਂ ਆਪਣੇ ਜੁੱਸੇ ਨੂੰ ਮੁਠੀਆਂ ਪਰਵਾ ਲਈਆਂ ਨੇ ਛੱਤ ਤੋਂ ਥੱਲੇ ਉਤਰ ਕੇ ਡਾਕਟਰ ਸਦੀਕੀ ਕਨੀਜ਼ਾ ਦੀ ਮਾਂ ਨੂੰ ਤਸੱਲੀ ਦਿੱਤੀ ਐਸੀ ਕੋਈ ਗੱਲ ਨਹੀਂ ਇਸ ਉਮਰ 'ਚ ਇਹੋ ਜਿਹੇ ਵਹਿਮ ਤੇ ਖਿਆਲ ਪੈਦਾ ਹੋ ਹੀ ਜਾਂਦੇ ਨੇ ਬੇਰੀ ਲਿਖੀ ਦਵਾਈ ਮੰਗਵਾ ਕੇ ਖਵਾਉਂਦੇ ਰਹਿਣਾ ਅਗਲੇ ਹਫਤੇ ਬੀਬੀ ਨੂੰ ਮੁਕੰਮਲ ਚੈੱਕਅਪ ਲਈ ਮੇਰੇ ਕਲੀਨਿਕ ਲੈ ਆਉਣਾ ਜਵਾਨਤੀ ਨੂੰ ਦੌਰੇ ਪੈਣ ਨਾਲ ਮਾਂ ਨੂੰ ਡੂੰਘੀਆਂ ਫਿਕਰਾਂ ਲੱਗ ਗਈਆਂ ਡਾਕਟਰ ਦੇ ਜਾਣ ਮਗਰੋਂ ਮਾਂ ਬੜੀ ਦੇਰ ਤਿੱਕਰ ਕਨੀਜ਼ਾ ਬਾਰੇ ਫਿਕਰਮੰਦੀ ਨਾਲ ਸੋਚਦੀ ਏ ਕਨੀਜ਼ਾ ਦੀਆਂ ਦੋਵੇਂ ਭੈਣਾਂ ਵੀ ਆਪਣੇ ਬਾਲ ਬੱਚੇ ਸਮੇਤ ਆ ਗਈਆਂ ਉਹਨਾਂ ਨੂੰ ਤੇ ਸੈਲਸ ਪਾਟੇ ਦਾ ਬਹਾਨਾ ਚਾਹੀਦਾ ਸੀ ਕਨੀਜ਼ਾ ਦੀ ਬਿਮਾਰੀ ਦਾ ਤਗੜਾ ਬਹਾਨਾ ਬਣ ਗਿਆ ਤੇ ਉਹ ਸ਼ਹਿਰਾਂ ਦੇ ਸ਼ੋਰ ਸ਼ਰਾਬੇ ਤੋਂ ਨਿਕਲ ਕੇ ਬਾਬਲ ਦੇ ਵਿੜੇ ਆ ਬੜੀਆਂ ਉਹਨਾਂ ਵੀ ਰੱਜੋ ਨੂੰ ਬੁਲਾ ਕੇ ਕਨੀਜ਼ਾ ਦੀ ਬਿਮਾਰੀ ਬਾਰੇ ਪੁੱਛਿਆ ਤਾਂ ਰੱਜੋ ਜਿਹੜੀ ਪਹਿਲੀ ਬੜੀ ਵਾਰੀ ਦੱਸ ਚੁੱਕੀ ਹੁਣ ਉਹਨਾਂ ਉਹਨਾਂ ਹੀ ਦੱਸਦੀ ਕੋਈ ਨਹੀਂ ਜੀ ਬੀਬੀ ਚੰਨ ਨੂੰ ਵੇਖ ਕੇ ਸੌ ਜਾਂਦੀ ਏ ਤੇ ਕਨੀਜ਼ਾ ਦੀਆਂ ਭੈਣਾਂ ਨੂੰ ਸ਼ੱਕ ਹੋਇਆ ਕਨੀਜ਼ਾ ਉੱਤੇ ਕਿਸੇ ਹਵਾਈ ਸ਼ੈਦ ਅਸਾਇਆ ਹੈ ਕਿਸੇ ਪੀਰ ਫਕੀਰ ਨੂੰ ਬੁਲਾਉਣ ਲਈ ਮਾਂ ਨੂੰ ਸਲਾਹ ਦੇਣ ਲੱਗ ਪਈਆਂ ਵਾਜਿਦ ਨੰਬਰਦਾਰ ਦੇ ਆਉਣ ਤੀਕਰ ਕੋਈ ਇਲਾਜ ਕਰਾਉਣਾ ਚੰਗਾ ਨਹੀਂ ਸੀ ਲੱਗ ਰਿਹਾ ਸੋ ਵਾਜਿਦ ਦੀ ਉਡੀਕ ਕੀਤੀ ਜਾ ਰਹੀ ਸੀ ਇੱਕਲੀ ਕਨੀਜ਼ਾ ਰੱਜੋ ਨੂੰ ਆਪਣੇ ਨਾਲ ਛੱਤ ਉੱਤੇ ਲੈ ਜਾ ਕੇ ਰੱਜੋ ਨੂੰ ਆਖਿਆ ਰੱਜੋ ਮੈਨੂੰ ਕੁਝ ਪਤਾ ਨਹੀਂ ਕੀ ਹੋਇਆ ਪਰ ਨਾਲ ਤੂੰ ਇੰਜ ਹੀ ਜਿਵੇਂ ਡਾਕਟਰ ਨੂੰ ਦੱਸਿਆ ਈ ਮੈਨੂੰ ਦੱਸ ਮੈਨੂੰ ਵੀ ਤੇ ਆਪਣੇ ਬਾਰੇ ਪਤਾ ਲੱਗੇ ਤੇ ਫਿਰ ਜਦੋਂ ਰੱਜੋ ਨੇ ਕਨੀਜ਼ਾ ਦੀ ਨਕਲ ਕਰਕੇ ਦੱਸਿਆ ਤਾਂ ਕਨੀਜ਼ਾ ਬਹੁਤ ਹੱਸੀ ਹੱਸਦੇ ਹੱਸਦੇ ਦੂਰੀ ਹੁੰਦੀ ਰਹੀ ਰੱਜੋ ਮੈਨੂੰ ਤੇ ਕੁਝ ਪਤਾ ਹੀ ਨਹੀਂ ਇਹ ਸਭ ਕੁਝ ਇੰਜ ਹੀ ਹੋਇਆ ਹੈ ਜਿਵੇਂ ਤੂੰ ਕੀਤਾ ਹੈ ਹਾਂ ਬੀਬੀ ਮੈਨੂੰ ਜਾਨ-ਜਵਾਨੀ ਦੀ ਕਸਮ ਮੈਂ ਕੋਲੋਂ ਗੱਲ ਨਹੀਂ ਬਣਾਈ ਮੈਂ ਜਾਣ ਨਹੀਂ ਆ ਰੱਜੋ ਰਲ ਕੇ ਵੱਡੀਆਂ ਹੋਈਆਂ ਵਾਂ ਸੀ ਤੂੰ ਝੂਠ ਨਹੀਂ ਬੋਲਦੀ ਫਿਰ ਬੀਬੀ ਇਹ ਬਜਰਾ ਕੌਣ ਹੈ ਮੈਂ ਤੇ ਨਹੀਂ ਵੇਖਿਆ ਕਿੱਥੇ ਰਹਿੰਦਾ ਮੈਂ ਕਦੋਂ ਵੇਖਿਆ ਕਨੀਜ਼ਾ ਉਦਾਸ ਹੋ ਜਾਂਦੀ ਕੋਈ ਤੇ ਹੋਏਗਾ ਕਨੀਜ਼ਾ ਸੋਚਦੀ ਤਰੱਜਾ ਚੁੱਪ ਕਰ ਜਾਂਦੀ ਫਿਰ ਇੱਕਦਮ ਕਨੀਜ਼ਾ ਹੱਸਦੀ ਹੋਈ ਆਖਦੀ ਰਜੋ ਜੇ ਤੂੰ ਮਾਡਲ ਹੁੰਦੀ ਤਾਂ ਕਮਾਲ ਦੀ ਸ਼ੈ ਹੋਣਾ ਸੀ ਮਾਡਲ ਕੀ ਹੁੰਦਾ ਬੀਬੀ ਕਨੀਜ਼ਾ ਉਦਾਸ ਹੋ ਜਾਂਦੀ ਤੇ ਆਖਦੀ ਅਸੀਂ ਕੁੜੀਆਂ ਮਾਡਲ ਹੀ ਹੁੰਨੀਆਂ ਰਜੋ ਮਰਦਾਂ ਦੇ ਇਸ਼ਾਰੇ ਤੇ ਖੁਆਇਸ਼ਾਂ ਉੱਤੇ ਨੱਚਣ ਤੇ ਹੱਸਣ ਵਾਲੀਆਂ ਪੁਤਲੀਆਂ ਜਿਵੇਂ ਸਾਡਾ ਆਪਣਾ ਜੀਵਨ ਕੀ ਏ ਧਰਤੀ ਜੰਮੇ ਜਾਏ ਕੁਦਰਤ ਨਾਲਾ ਡਾਲਾ ਹੀ ਬੈਠੇ ਨੇ ਧੰਨ ਹੌਸਲਾ ਤੇ ਹਿੰਮਤ ਤੇ ਧਰਤੀ ਦਾ ਜਿਹੜਾ ਜਿਹੜੀ ਫੇਰ ਵੀ ਇਹ ਹਾਤੀ ਵਿਧਾਨ ਤੋਂ ਮੂੰਹ ਨਹੀਂ ਮੋੜਦੀ ਰੱਜੋ ਨੂੰ ਕਨੀਜ਼ਾ ਦੀਆਂ ਐਸੀਆਂ ਗੱਲਾਂ ਦੀ ਸਮਝ ਨਾ ਆਉਂਦੀ ਤੇ ਉਹ ਸਮਝਣ ਲਈ ਪੁੱਛ ਲੈਂਦੀ ਏ ਧਰਤੀ ਦੇ ਜੰਮੇ ਜਾਏ ਅਸਮਾਨ ਨਾਲ ਕਿਵੇਂ ਆਡਾ ਲਾ ਸਕਦੇ ਨੇ ਉਹਨੇ ਪੁੱਛਿਆ ਕਨੀਜ਼ਾ ਬੜੇ ਗੌਰ ਨਾਲ ਰੱਜੋ ਵੱਲ ਵੇਖਿਆ ਕਨੀਜ਼ਾ ਦੀ ਸੰਜੀਦਗੀ ਨੂੰ ਵੇਖ ਕੇ ਰੱਜੋ ਡਰ ਗਏ ਉਸ ਸਮਝ ਲਿਆ ਬੀਬੀ ਮੇਰੇ ਪੁੱਛਣ ਉਤੇ ਗੁੱਸਾ ਕਰ ਗਈ ਏ ਉਸ ਮਾਫੀ ਮੰਗੀ ਕਨੀਜ਼ਾ ਬੀਬੀ ਤੈਨੂੰ ਦੁਖੀ ਕਰਨ ਦਾ ਮੇਰਾ ਕੋਈ ਖਿਆਲ ਨਹੀਂ ਸੀ ਕਨੀਜ਼ਾ ਮੁਸਕਰਾਈ ਨਹੀਂ ਰੱਜੋ ਮੈਂ ਤੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਤੂੰ ਚੰਗਾ ਸਵਾਲ ਪੁੱਛਿਆ ਏ ਐਸੇ ਸਵਾਲ ਤੇ ਸਵਾਲ ਦੇ ਜਵਾਬ ਦੇ ਪਵਾੜੇ ਨੇ ਸਾਰੇ ਦੁਨੀਆ ਵਿੱਚ ਅਖੇਰ ਨਾ ਮਾਰੇ ਅੰਨੀ ਨੂੰ ਕੁਸੰਨ ਵਜੇ ਤਾਂ ਮੀਨੋ ਵਾਲੀ ਗੱਲ ਏ ਇਸ ਅੰਨੇ ਸਵਾਲ ਦੇ ਚੱਕਰਾਂ ਵਿੱਚੋਂ ਦੁਨੀਆ ਨਿਕਲ ਗਈ ਤਾਂ ਜਹਾਨ ਸੁਖੀ ਬਸੇਗਾ ਇਹ ਗੱਲ ਰੱਜੂ ਲਈ ਬਹੁਤ ਨਾ ਸਮਝਵਾਲੀ ਸੀ ਉਹਨੂੰ ਕਾ ਸਮਝ ਨਹੀਂ ਆਈ ਕਿ ਕਨੀਜ਼ਾ ਆਕੀ ਰਹੀ ਬੋਲੀ ਬੀਬੀ ਮੈਂ ਤਾਂ ਐਵੇਂ ਜੀ ਗੱਲ ਕੀਤੀ ਸੀ ਚੱਕਰਾਂ ਵਾਸਤੇ ਸਵਾਲ ਨਹੀਂ ਸੀ ਪੁੱਛਿਆ ਨਹੀਂ ਰੱਜੂ ਇਹ ਸਵਾਲ ਤੂੰ ਠੀਕ ਕੀਤਾ ਸਾਰੇ ਇਸੇ ਸਵਾਲ ਦੀ ਗੁੰਝਲ 'ਚ ਫਸੇ ਹੋਏ ਨੇ ਚੱਲਾ ਬਾਹਰ ਚਲੀਏ ਸੈਰ ਨੂੰ ਰੱਜੂ ਨੂੰ ਨਾਲ ਲੈ ਕੇ ਕਨੀਜ਼ਾ ਬਾਹਰ ਨਿਕਲਣ ਲੱਗੀ ਤਾਂ ਕਨੀਜ਼ਾ ਦੀਆਂ ਦੋਵੇਂ ਭੈਣਾਂ ਤੇ ਮਾਂ ਨੇ ਪੁੱਛਿਆ ਕਿੱਥੇ ਜਾ ਰਹੀਆਂ ਕਨੀਜ਼ਾ ਅਜੇ ਤੇਰੀ ਹਾਲਤ ਬਾਹਰ ਜਾਵਣ ਵਾਲੀ ਨਹੀਂ ਕਨੀਜ਼ਾ ਨੂੰ ਰੋਕ ਟੋਕ ਤੇ ਨਸੀਹਤ ਚੰਗੀ ਨ ਲਗੀ ਤੇ ਇਕਤਾਈ ਨੇ ਬੋਲਿਆ ਕੀ ਏ ਮੈਨੂੰ ਕੀ ਏ ਮੇਰੀ ਹਾਲਤ ਨੂੰ ਚੰਗੀ ਭਲੀ ਤੇ ਹਾਂ ਕੋਈ ਬਿਮਾਰੀ ਨਹੀਂ ਮੈਨੂੰ ਕਨੀਜ਼ਾ ਦਾ ਗੁੱਸਾ ਵੇਖ ਕੇ ਮਾਂ ਤੇ ਚੁੱਪ ਕਰ ਗਈ ਪਰ ਕਨੀਜ਼ਾ ਦੀਆਂ ਭੈਣਾਂ ਫੇਰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਆਖਿਆ ਕਨੀਜ਼ਾ ਅਸੀਂ ਮੱਤ ਦੀ ਗੱਲ ਆਖੀ ਏ ਤੇਰੇ ਭਲੇ ਦੀ ਇਹ ਦੇ ਚੁੱਪ ਲਾ ਕੀ ਏ ਮੇਰਾ ਘੁੰਮਣਾ ਫਿਰਨਾ ਸਿਹਤ ਲਈ ਬੁਰਾ ਹੁੰਦਾ ਕਨੀਜ਼ਾ ਦੀ ਵੱਡੀ ਤੋਂ ਛੋਟੀ ਭੈਣ ਜਿਹੜੀ ਥਾਣੇਦਾਰ ਦੀ ਬਹੁਤ ਸੀਪੀਆਰ ਨਾਲ ਆਖਿਆ ਵੇ ਕਨੀਜ਼ਾ ਤੂੰ ਬਾਹਰ ਚੰਗੀ ਮੰਦੀ ਥਾਂ ਤੇ ਜਾਂਦੀ ਰਹਿਣੀ ਏ ਕੋਈ ਪੱਕੀ ਥਾਂ ਗਲਤੀ ਨਾਲ ਟੱਪਾਈ ਹੋਏਗੀ ਅਜੇ ਕੁਝ ਦਿਨ ਆਰਾਮ ਕਰ ਬਾਹਰ ਪਾਉਣ ਨਾ ਜਾ ਕਿਹੜੀ ਪੱਕੀ ਥਾਂ ਇੱਥੇ ਕਨੀਜ਼ਾ ਜੇ ਵੀ ਇਕਤਾਈ ਹੋਈ ਸੀ ਤੇ ਤੁਸੀਂ ਵੀ ਤੇ ਇਸੇ ਜਗ੍ਹਾ 'ਚ ਪਾਉਂਦੀਆਂ ਰਹੀਆਂ ਉਹੀ ਪੁਰਾਣੀ ਜਗ੍ਹਾ ਹੈ ਸਾਡੀ ਵੇਖੀ ਪਾੜੀ ਹੋਈ ਉਹ ਤੇ ਠੀਕ ਏ ਥਾਣੇਦਾਰ ਦੀ ਘਰ ਵਾਲੀ ਆਖਿਆ ਪਰ ਤੇਰਾ ਸੁੱਚਾ ਪਿੰਡਾ ਏ ਤੇਰੇ ਲਈ ਅਜੇ ਬਾਹਰ ਘੁੰਮਣਾ ਫਿਰਨਾ ਚੰਗਾ ਨਹੀਂ ਕਨੀਜ਼ਾ ਦਾ ਇਕਦਮ ਹਾਸਾ ਨਿਕਲ ਗਿਆ ਤੇ ਹਸਦੀ ਹੋਈ ਆਖਿਆ ਕਿ ਤੁਸੀਂ ਝੂਠੇ ਪਿੰਡੇ ਨਾਲ ਘੁੰਮਦੀਆਂ ਫਿਰਦੀਆਂ ਸੋ ਕਨੀਜ਼ਾ ਦੇ ਇਸ ਜਵਾਬ ਨਾਲ ਦੋਵੇਂ ਪੈਣਾ ਸ਼ਰਮਿੰਦਾ ਹੋਈਆਂ ਕਨੀਜ਼ਾ ਹਸਦੀ ਹੋਈ ਰੱਜੋ ਨੂੰ ਨਾਲ ਲੈ ਕੇ ਚਲੀ ਗਈ ਮਾਂ ਨੂੰ ਚਿੰਤਾ ਹੋਈ ਜੇ ਕਨੀਜ਼ਾ ਨੂੰ ਬਾਹਰ ਦੌੜਾ ਪਿਆ ਤਾਂ ਲੋਕਾਂ 'ਚ ਗੱਲ ਖਿੱਲਰ ਜਾਣੀ ਹੈ ਵੱਡੀ ਧੀ ਤਸੱਲੀ ਦਿੱਤੀ ਡਰ ਵਾਲੀ ਕੋਈ ਗੱਲ ਨਹੀਂ ਅੰਮੀ ਡਾਕਟਰ ਦਵਾਈ ਦੇ ਗਿਆ ਏ ਜੇ ਕੁਝ ਹੋਇਆ ਵੀ ਤਾਂ ਰੱਜੋ ਨਾਲ ਹੀ ਸੰਭਾਲ ਲਏਗੀ ਸਿਆਣੀ ਕੁੜੀ ਮਾਫੀਕਰਮੰਦੀ ਨਾਲ ਬੁੜਬੁੜਾਈ ਰੱਜੋ ਵੀ ਤੇ ਜਵਾਨ ਜਾਨੇ ਰੱਬਾ ਹਿਫਾਜ਼ਤ ਕਰੀ ਮੇਰੀ ਦੀ ਅੰਗ 5 ਸ਼ਾਮ ਹੁੰਦਿਆਂ ਵਾਜਿਦ ਨੰਬਰਦਾਰ ਆਪਣੀ ਨਵੀਂ ਗੱਡੀ ਲੈਂਡ ਕਰੂਜ਼ਰ ਲੈ ਕੇ ਪਿੰਡ ਆਵੜਿਆ ਪੁਰਾਣੀ ਪਿੰਡ ਪੁਰਾਣੀ ਗਲੀ ਵਿੱਚੋਂ ਲੰਘਦੀ ਲੈਂਡ ਕਰੂਜ਼ਰ ਪਿੰਡ ਦੀ ਰਤਲ ਦਾ ਮੂੰਹ ਚੜਾ ਰਹੀ ਸੀ ਵਾਜਿਦ ਦੂਜਿਆਂ ਜੀਆਂ ਨਾਲੋਂ ਵੱਖਰਾ ਇੱਕ ਘਰ ਸ਼ਹਿਰ ਵੀ ਬਣਾਇਆ ਹੋਇਆ ਸੀ ਤੇ ਉਹ ਆਪਣੇ ਬਾਲ ਬੱਚੇ ਸਣੇ ਸ਼ਹਿਰ ਹੀ ਰਹਿੰਦਾ ਸੀ ਪਿੰਡ ਦੀ ਜ਼ਮੀਨ ਉੱਤੇ ਛੋਟਾ ਸਾਬਰ ਹੀ ਵਾਹੀ-ਬੀਜੀ ਕਰਦਾ ਰਿਹਾ ਏ ਤੇ ਸਾਬਰ ਦੇ ਨਾਲ ਮਾਂ ਤੇ ਕਨੀਜ਼ਾ ਵੀ ਪਿੰਡ ਹੀ ਸਨ ਕਨੀਜ਼ਾ ਜਦੋਂ ਕਾਲਜ ਯੂਨੀਵਰਸਿਟੀ 'ਚ ਦਾਖਲਾ ਲਿਆ ਉਹ ਦਿਨੋਂ ਉੱਥੇ ਹੀ ਰਹੀ ਸੀ ਸਾਬਰ میٹرਿਕ ਤੋਂ ਮਗਰੋਂ ਕਾਲਜ ਪੜ੍ਹਨ ਹੀ ਨਹੀਂ ਗਿਆ ਐਮਏ ਇਸਲਾਮियत ਮਗਰੋਂ ਜਦ ਕਨੀਜ਼ਾ ਪੜ੍ਹਾਈ ਛੱਡ ਦਿੱਤੀ ਤਾਂ ਫੇਰ ਉਹ ਵੀ ਪਿੰਡ ਹੀ ਆ ਗਈ ਕਨੀਜ਼ਾ ਨੂੰ ਫਿਤਰਤ ਨਾਲ ਮੋਹ ਸੀ ਸ਼ਹਿਰ ਦੀ ਰੌਣਕ ਤੇ ਚਮਕ ਉਹਨੂੰ ਕਦੇ ਵੀ ਚੰਗੀ ਨਹੀਂ ਸੀ ਲੱਗੀ ਸਾਬਰ ਜਦੋਂ ਦਿਲ ਕਰਦਾ ਸ਼ਹਿਰ ਦੀ ਰੌਣਕ ਵੇਖਣ ਤੇ ਚੱਕਣ ਲਈ ਉਹ ਕਾਰ ਲੈ ਕੇ ਨਿਕਲ ਜਾਂਦਾ ਅੱਧੇ ਪੌਣੇ ਘੰਟੇ ਦੀ ਡਰਾਈਵਿੰਗ ਦੀ ਮਾਰਸੀ ਸ਼ਹਿਰ ਜੋ ਕਰਨਾ ਚਖਣਾ ਹੁੰਦਾ ਘਰ ਕਰਾ ਕੇ ਵਾਪਸ ਪਿੰਡ ਆਉਂਦਾ ਵਾਜਦ ਦੇ ਆਉਣ ਦਾ ਸੁਣ ਕੇ ਅਗਲੇ ਦਿਨ ਸਵੇਰੇ ਆਸ-ਪਾਸ ਦੇ ਹਲਕੇ ਤੋਂ ਲੋਕ ਆਪਣੇ ਆਪਣੇ ਮਸਲੇ ਲੈ ਕੇ ਹਾਜ਼ਰ ਹੋ ਗਏ ਕਨੀਜ਼ਾ ਦੀ ਬਿਮਾਰੀ ਬਾਰੇ ਤਾਂ ਵਾਜਦ ਨੰਬਰ ਦਾ ਰਾਤ ਹੀ ਪੁੱਛ ਦੱਸ ਲਿਆ ਸੀ ਸਭੋ ਇਸਲਾਮਾਬਾਦ ਤੋਂ ਆਉਂਦੇ ਹੋਏ ਆ ਸ਼ਹਿਰ ਡਾਕਟਰ ਸਦੀਕੀ ਨੂੰ ਵੀ ਮਿਲ ਆਇਆ ਸੀ ਰਾਤੋਂ ਅਕਸਰ ਸ਼ਹਿਰ ਆਪਣੇ ਬਾਲ ਬੱਚੇ ਨਾਲ ਹੀ guzara ਕਰਦਾ ਸੀ ਪਰ ਇਹਨਾਂ ਦਿਨਾਂ ਚੋ ਦੀ ਵਾਟੀ ਰਜ਼ੀਨਾ ਤੇ ਬੇਟਾ ਅਸ਼ਫਾਕ ਸਰਗੋਦੇ ਗਏ ਸਨ ਜਿੱਥੇ ਰਜ਼ੀਨਾ ਦੇ ਪੇਕੇ ਇੱਕ ਵੱਡੀ ਜਾਗੀਰ ਦੇ ਮਾਲਕ ਨੇ ਵਾਜिद ਆਪਣੀ ਮਾਂ ਨੂੰ ਦੱਸਿਆ ਕਿ ਡਾਕਟਰ صدیق ਕੀ ਨਾਲ ਮੁਲਾਕਾਤ ਹੋ ਗਈ ਏ ਮੇਰੀ ਫਿਕਰ ਵਾਲੀ ਕੋਈ ਗੱਲ ਨਹੀਂ ਅਗਲੇ ਹਫਤੇ ਕਨੀਜ਼ਾ ਦੇ ਕੁਝ ਜ਼ਰੂਰੀ ਟੈਸਟ ਹੋਣਗੇ ਜਿਦੇ ਨਾਲ ਬਿਮਾਰੀ ਦੀ ਅਸਲ ਵਜ੍ਹਾ ਮਲੂਮ ਹੋ ਸਕੇਗਾ ਰਾਤੀਓ ਸਾਬਰ ਕੋਲੋਂ ਆਪਣੀਆਂ ਜ਼ਮੀਨਾਂ ਉੱਤੇ ਹੁੰਦੀ ਜ਼ਿੰਮੇਵਾਰੀ ਬਾਰੇ ਪੁੱਛਿਆ ਤੇ ਕੁਝ ਸਲਾਮਾਂ ਵੀ ਦਿੱਤੀਆਂ ਤੇ ਇਹ ਖੁਸ਼ਖਬਰੀ ਵੀ ਸੁਣਾਈ ਕਿ ਪਾਰਟੀ ਵੱਲੋਂ ਛੇਤੀ ਉਹਨੂੰ ਪਾਰਲੀਮੈਂਟਰੀ ਸੈਕਟਰੀ ਬਣਾ ਦਿੱਤਾ ਜਾਏਗਾ ਸਵੇਰੇ ਦਿਨ ਟਲੇ ਦੀਕਰੂੜੀਕ 'ਚ ਬੈਠੇ ਲੋਕਾਂ ਦੇ ਸਾਹਮਣੇ ਵਾਜ ਦੇ ਨੰਬਰਦਾਰ ਇੱਕ ਬਾਦਸ਼ਾਹ ਵਾਂਗ ਸਾਹਮਣੇ ਆਇਆ ਲੋਕਾਂ ਨੂੰ ਖੁਸ਼ੀ ਆਈ ਚਲਵਾਇਆ ਤੇ ਹੈ ਭਾਵੇਂ ਇੱਕ ਦਿਨੀ ਸ਼ਕਲ ਵਿਖਾਈ ਸੂ ਵਾਜिद ਨੰਬਰਦਾਰ ਕੌਮੀ ਅਸੈਂਬਲੀ ਦਾ ਮੈਂਬਰ ਕਈਆਂ ਨੂੰ ਤੇ ਜੱਫੀ ਪਾ ਮਿਲਿਆ ਤੇ ਕਿਸੇ ਨਾਲ ਹੱਥ ਮਿਲਾਇਆ ਤੇ ਕਿਸੇ ਨੂੰ ਦੂਰੋਂ ਸਲਾਮ ਦਾ ਜਵਾਬ ਦਿੱਤਾ ਆਪਣੇ ਹਲਕੇ ਦੇ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰਾਉਣਾ ਤੇ ਰੁਕਵਾਉਣਾ ਉਹਦਾ ਮਨਪਸੰਦ ਅਮਲ ਸੀ ਚੋਰਾਂ ਡਾਕੂਆਂ ਤੇ ਲੰਡਰਾਂ ਲੀਡਰਾਂ ਦੀ ਹਮਾਇਤ ਵਿੱਚ ਪੁਲਿਸ ਵਾਲਿਆਂ ਨੂੰ ਗਾਲ੍ਹਾਂ ਵੀ ਕੱਢ ਦਿੰਦਾ ਸੀ ਤੇ ਤਬਾਦਲੇ ਵੀ ਕਰਵਾ ਦਿੰਦਾ ਸੀ ਇਹੋ ਹੀ ਵਜ੍ਹਾ ਸੀ ਕਿ ਵਾਜिद ਦੇ ਡੇਰੇ ਉੱਤੇ ਚੋਰਾਂ ਡਾਕੂਆਂ ਤੇ ਲੁਟੇਰੀਆਂ ਦਾ ਜ਼ਿਆਦਾ ਆਉਣਾ ਜਾਣਾ ਰਹਿੰਦਾ ਵਾਜਦ ਨੰਬਰਦਾਰ ਆਪ ਨਾ ਵੀ ਡੇਰੇ ਉੱਤੇ ਹੋਵੇ ਤਾਂ ਉਹਦੇ ਉਹਦਾ ਪ੍ਰਾਈਵੇਟ ਸੈਕਟਰੀ ਫੋਨ ਰਾਹੀਂ ਵਾਜਦ ਦੇ ਨਾਲ ਰਾਬਤਾ ਰੱਖਦਾ ਤੇ ਛੋਟੇ ਮੋਟੇ ਲੁਟੇਰਿਆਂ ਚੋਰਾਂ ਦੀ ਸਿਫਾਰਿਸ਼ ਥਾਣੇ 'ਚ ਕਰਵਾ ਕਰਕੇ ਛੁਡਵਾ ਲਿਆ ਕਰਦਾ ਇੰਜ ਸੈਕਟਰੀ ਰਫਾਕਤ ਦਾ ਰੋਜ਼ੀ ਪਾਣੀ ਟੁਰਿਆ ਰਹਿੰਦਾ ਉਸਤਦਨੀਆਂ ਦੇ ਤਬਾਦਲੇ ਕਰਾਉਣਾ ਤੇ ਰੁਕਵਾਉਣਾ ਰਫਾਕਤ ਨੂੰ ਬਹੁਤ ਚੰਗਾ ਲੱਗਦਾ ਸੀ ਘਰ ਦੇ ਨੇੜੇ ਸਕੂਲ 'ਚ ਪੜਾਉਂਦੀ ਉਸ ਉਸਤਦਨੀ ਨੂੰ ਜਿਹੜੀ ਰਫਾਕਤ ਨੂੰ ਚੰਗੀ ਲੱਗਦੀ ਸੀ ਉਹਦਾ ਤਬਾਦਲਾ ਦੂਰ ਕਰਾਉਂਦਾ ਤੇ ਜਦੋਂ ਉਸਤਾਨੀ ਤ ਬਦਲਾ ਰੁਕਵਾਨ ਲਈ ਤਰਲਾ ਮਿੰਨਤ ਕਰਦੀ ਤਾਂ ਫਿਰ ਤ ਬਦਲਾ ਕਰਵਾ ਕੇ ਉਸਤਾਨੀ ਨੂੰ ਆਪਣਾ ਅਹਿਸਾਨਮੰਦ ਬਣਾ ਲੈਂਦਾ ਮਾੜੇ ਕਰਦੀਆਂ ਬੇਬਸ ਉਸਤਾਨੀਆਂ ਰਫਾਕਤ ਨਾਲ ਰਫਾਕਤ ਰੱਖਣ ਉਤੇ ਮਜਬੂਰ ਰਹਿੰਦੀਆਂ ਕਦੀ ਕਦੀ ਤੇ ਰਫਾਕਤ ਆਪਣੀ ਰਫਾਕਤ ਵਿੱਚ ਵਾਜਦ ਨੂੰ ਵੀ ਸ਼ਾਮਲ ਕਰਕੇ ਸੋਹਣੀ ਉਸਤਾਨੀ ਨਾਲ ਮਿਲਾ ਦਿੱਤਾ ਕਰਦਾ ਸੀ ਨਵੀਂ ਬਸਤੀ ਦਾ ਨੂਰਾ ਨੰਬਰਦਾਰਾਂ ਦੇ ਖਾਨਦਾਨ ਦਾ ਪੁਰਾਣਾ ਮੁਜ਼ਾਹਰਾ ਰਹਿ ਚੁੱਕਿਆ ਸੀ ਅਜਵੀਰ ਨੰਬਰਦਾਰ ਘਰਾਣੇ ਦਾ ਵਫਾਦਾਰ ਬਣਿਆ ਹੋਇਆ ਸੀ ਤੇ ਨਵੀਂ ਬਸਤੀ ਦੀਆਂ ਸਾਰੀਆਂ ਚੰਗੀਆਂ ਮੰਦੀਆਂ ਖਬਰਾਂ ਨੂਰਾ ਹੀ ਰਫਾਕਤ ਦੇ ਜ਼ਰੀਏ ਵਾਜਦ ਨੰਬਰਦਾਰ ਦੀ ਕੋ ਅਪੜਾਉਣ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ ਵਾਜਦ ਨੰਬਰਦਾਰ ਵੋਟਾਂ ਵੇਲੇ ਜਦ ਵੋਟ ਮੰਗਣ ਦੀ ਮੁਹਿੰਮ ਦੇ ਦਿਨਾਂ 'ਚ ਨਵੀਂ ਬਸਤੀ ਚ ਆਇਆ ਉਦੋਂ ਨੂਰਾ ਹੀ ਅੱਗੇ ਅੱਗੇ ਸੀ ਵਾਜਦ ਦਾ ਖੁਸ਼ ਆਮਦੀ ਹੋਣ ਦਾ ਨਾਤੇ ਨੂਰਾ ਨਵੀਂ ਬਸਤੀ 'ਚ ਆਪਣੇ ਆਪ ਨੂੰ ਮੱਜ਼ਜ਼ ਤੇ ਇੱਜ਼ਤ ਵਾਲਾ ਸਮਝਣ ਲੱਗ ਪਿਆ ਡੇਰੇ ਉੱਤੇ ਲੋਕਾਂ ਦੀਆਂ ਮੁਸ਼ਕਲਾਂ ਤੇ ਮਸਲੇ ਸੁਣ ਕੇ ਵਾਜਦ ਕਿਸੇ ਨੂੰ ਤਸੱਲੀ ਦਿੱਤੀ ਕਿਸੇ ਨੂੰ ਹੌਸਲਾ ਕਿਸੇ ਨੂੰ ਲਾਰਾ ਲੱਪਾ ਲਾ ਕੇ ਟੋਰਿਆ ਕੁਝ ਵਿਭਾਗਾਂ ਨੂੰ ਲਿਖੀਆਂ ਅਰਜ਼ੀਆਂ ਉੱਤੇ ਆਪਣੇ ਦਸਖਤ ਕਰਕੇ ਸਿਫਾਰਿਸ਼ ਕਰ ਦਿੱਤੀ ਤੇ ਕਿਸੇ ਵਾਸਤੇ ਵਿਭਾਗ ਨੂੰ ਫੋਨ ਵੀ ਕਰ ਦਿੱਤਾ ਜਦ ਸਾਰੇ ਲੋਕ ਚਲੇ ਗਏ ਤਾਂ ਨੂਰੇ ਦੱਸਿਆ ਕਿ ਫਕੀਰੀਆ ਦੀ ਕੁੜੀ ਬਸ਼ੀਰਾ ਅੱਜਕੱਲ ਅਸਮਾਨਾਂ ਉੱਤੇ ਉੱਡਣ ਲੱਗ ਪਈ ਪਹਿਲੇ ਤੇ ਉਹ ਦਵਾਈ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਦੀ ਸੀ ਫਿਰ ਹੁਣ ਕੀ ਕਰਦੀ ਹੈ ਹੁਣ ਤੇ ਉਹ ਸ਼ਹਿਰ ਰਹਿੰਦੀ ਹੈ ਜੀ ਸ਼ਹਿਰ ਕਿਉਂ ਫਕੀਰੀਆ ਦਾ ਸਾਰਾ ਟੱਬਰ ਸ਼ਹਿਰ ਚਲਾ ਗਿਆ ਹੈ ਨਹੀਂ ਜੀ ਉਹ ਇਕੱਲੀ ਸ਼ਹਿਰ ਵਸਦੀ ਹੈ ਇਕੱਲੀ ਕੀ ਮਤਲਬ ਨੂਰੇਆ ਖੁੱਲ ਕੇ ਦੱਸ ਖੁੱਲ ਕੇ ਕੀ ਦੱਸਾਂ ਸਾਰੇ 3 ਭੈਣਾਂ ਵਾਲੀਆਂ ਇਥੋਂ ਫੈਕਟਰੀ ਵਿੱਚੋਂ ਮਾਲਕ ਨੇ ਉਹਨੂੰ ਤਰੱਕੀ ਦੇ ਕੇ ਸ਼ਹਿਰ ਆਪਣੇ ਵੱਡੇ ਦਫ਼ਤਰ ਚ ਬੁਲਾ ਲਿਆ ਉੱਥੇ ਇੱਕ ਮੁਲਾਜ਼ਮ ਨਾਲ ਉਹਦਾ ਵਿਆਹ ਕਰਵਾ ਕੇ ਹੰਡਾਉਂਦਾ ਆਪੀ ਹਰ ਮਹਿਫਲ ਤੇ ਦਾਵਤ ਵਿੱਚ ਬੁਸ਼ਰਾ ਹੀ ਉਹਦੇ ਨਾਲ ਚੰਬੜੀ ਰਹਿੰਦੀ ਹੈ ਬੇਸ਼ਰਮ ਕਿਸੇ ਥਾਂ ਦੀ ਨੂਰੇ ਨੇ ਨਫ਼ਰਤ ਵਿਖਾਈ ਨੂਰੇ ਨੂੰ ਬੁਸ਼ਰਾ ਦੀ ਹਿੰਮਤ ਹੌਸਲਾ ਤੇ ਤਰੱਕੀ ਸੁਣ ਕੇ ਵਾਜਦ ਆਖਿਆ ਮੈਨੂੰ ਕੀ ਪਤਾ ਸੀ ਫਕੀਰੀ ਐਨਾ ਬੇਗਹਿਰਤ ਨਿਕਲੇਗਾ ਮੁਜਾਰਾ ਸੀ ਸਾਡਾ ਜੇ ਕੋਈ ਜ਼ੋਰ ਧੱਕਾ ਕਰ ਰਿਹਾ ਸੀ ਤੇ ਸਾਨੂੰ ਦੱਸਦਾ ਕੁੜੀ ਖਰਾਬ ਨਿਕਲੀਏ ਤੇ ਸਮਝਾਉਂਦਾ ਉਹਨੂੰ ਤੇ ਸਾਡੇ ਪਿੰਡ ਦੀਆਂ ਇੱਜ਼ਤਾਂ ਸ਼ਹਿਰ ਵਾਲੇ ਬਰਬਾਦ ਕਰਨ ਲੱਗ ਪਏ ਨੇ ਇਹ ਤੇ ਬਹੁਤ ਮਾੜੀ ਗੱਲ ਸੁਣਾਈਏ ਤੂੰ ਬੁਸ਼ਰਾ ਦੇ ਭਰਾਵਾਂ ਦੀ ਅੱਖਾਂ ਉੱਤੇ ਪੱਟੀ ਬੰਨ ਲਈ ਨੂਰੇ ਦੱਸਿਆ ਬੁਸ਼ਰਾ ਦੇ ਦੋਵੇਂ ਵੱਡੇ ਭਰਾ ਤੇ ਨੌਆਂ ਨੂੰ ਚੱਕ ਪੇਵੜ ਦੇਨੇ ਉਹਤੇ ਕਿਸੇ ਵੇਲੇ ਦੀ ਉਡੀਕ ਵਿੱਚ ਨੇ ਕਦੋਂ ਮੌਕਾ ਮਿਲੇ ਤਾਂ ਉਸ ਫੇਟ ਨੂੰ ਵੱਡ ਸੁੱਟਣ। ਅੱਛਾ, ਵਾਜਿਦ ਨੂੰ ਇੱਕ ਹੋਰ ਖਿਆਲ ਆਇਆ। ਉਸ ਵੋਟਾਂ ਦੇ ਦਿਨਾਂ 'ਚ 부ਸ਼ਰਾ ਨੂੰ ਮੋਹ ਨਾਲ ਤੱਕਿਆ ਸੀ। 부ਸ਼ਰਾ ਦਾ ਹੁਸਨ ਤੇ ਉਹਨੂੰ ਉਦੋਂ ਹੀ ਪਾ ਗਿਆ ਸੀ। ਪਰ ਚੋਰਾਂ ਦੇ ਬਹੁਤੇ ਰੁਝੇਵੇਂ ਪਰੂ 부ਸ਼ਰਾ ਬਾਰੇ ਸੋਚਣ ਤੇ ਉਹਦੇ ਨਾਲ رابطہ ਜੋੜਨ ਦਾ ਵੇਲੇ ਨਾ ਮਿਲੇ। ਫਿਰ ਇਸਲਾਮਾਬਾਦ ਦੀ ਹਕੂਮਤ ਨਾਲ ਸਾੰਗ ਮਿਲ ਜਾਵਨ ਤੇ ਸ਼ਾਮਿਲ ਹੋਣ ਦੇ ਸਵਾਦ ਹੀ ਇੰਨੇ ਆਉਣ ਲੱਗ ਪਏ ਸਨ ਕਿ ਔਰ ਕੁਝ ਸੋਚਨ ਦਾ ਖਿਆਲ ਹੀ ਨਾ ਰਿਹਾ ਤੇ ਹੁਣ ਜਦ 부ਸ਼ਰਾ ਬਾਰੇ ਨੂਰੇ ਗੱਲ ਕੀਤੀ ਤਾਂ 부ਸ਼ਰਾ ਦੀ ਜਵਾਨੀ ਹੁਸਨ ਤੇ ਦਿੱਖ ਨੰਬਰਦਾਰ ਨੂੰ ਝੰਡੋੜ ਦਿੱਤਾ ਉਹਦੀਆਂ ਸੁੱਤੀਆਂ ਸਦਰਾਂ ਜਾਗ ਪਈਆਂ ਉਹ ਖਿਆਲੀ ਖਿਆਲ ਤੇ اسلامਾਬਾਦ ਵਾਲੀ ਸਹਾਫੀ ਕੁੜੀ ਤੇ 부ਸ਼ਰਾ ਦੇ ਹੁਸਨ ਨੂੰ ਤੋਲਣ ਲੱਗ ਪਿਆ ਸਹਾਫੀ ਕੁੜੀ ਦੇ ਬਨਾਵਟੀ ਹੁਸਨ 'ਚ ਉਹ ਗੱਲ ਨਹੀਂ ਸੀ ਜੋ 부ਸ਼ਰਾ ਦੀ ਕੁਦਰਤੀ ਜੋਬੰਚੀ ਸੀ ਉਹਨੂੰ ਆਪਣੀ ਲਾਪਰਵਾਹੀ ਉੱਤੇ ਵੀ ਅਫਸੋਸ ਹੋ ਰਿਹਾ ਸੀ ਕਿ 부ਸ਼ਰਾ ਉਹਨੂੰ ਹੀ ਰਾਪਤਾ ਕਰ ਲੈਣਾ ਚਾਹੀਦਾ ਸੀ ਜਦ ਚੋਣਾ ਜਤਨ ਮਗਰੋਂਸ ਵੇਲੇ ਉਸੇ ਵੇਲੇ 부ਸ਼ਰਾ ਨੂੰ ਆਪਣੀ ਪ੍ਰਾਈਵੇਟ ਸੈਕਟਰੀ ਰੱਖ ਕੇ ਨਾਲ ਨਾਲ ਲਈ ਫਿਰਦਾ ਹੁਣ ਤੇ ਉਹਨੇ ਵਿਆਹ ਕਰਵਾ ਲਿਆ ਤੇ ਨੰਬਰਦਾਰ ਅਜੇ ਵੀ 부ਸ਼ਰਾ ਵੱਲੋਂ ਆਸ ਨਹੀਂ ਸੀ ਤੋੜਨਾ ਚਾਹੁੰਦਾ ਸੋਚ-ਸੋਚ ਕੇ ਬੋਲਿਆ ਨੂਰੀਆ ਤੂੰ ਮੇਰੇ ਵੱਲੋਂ ਫਕੀਰੀਆ ਦੇ ਪੁੱਤਰਾਂ ਨੂੰ ਆਖੀ ਕੋਈ ਵਾਰ ਕਾਰਾ ਕਰਨ ਤੋਂ ਪਹਿਲਾਂ ਮੈਨੂੰ ਜ਼ਰੂਰ ਮਿਲਣਾ ਕਿ ਮੈਂ ਦੱਸਾਂਗਾ 부ਸ਼ਰਾ ਨਾਲ ਕਿਵੇਂ ਨਿਬੇੜਨਾ ਹੈ ਸਾਰੇ ਪਿੰਡ ਦੀ ਇੱਜ਼ਤ ਤੇ ਗੈਰਤ ਦਾ ਮਾਮਲਾ ਐਵੇਂ ਸੁੱਟਾਉਣ ਵਾਲੀ ਗੱਲ ਨਹੀਂ ਸੱਚ ਆਖਿਆ ਜੇ ਨੰਬਰਦਾਰ ਜੀ ਨੂਰੇ ਤਾਰੀਫ਼ ਕਰਦੇ ਆ ਆਖਿਆ ਹੱਕੀ ਸੱਚੇ ਲੀਡਰ ਤੁਹਾਡੇ ਜਿਹਾ ਜਿਹੇ ਆਲਾ ਖਾਨ ਖਾਨਦਾਨੀ ਹੋ ਸਕਦੇ ਨੇ ਜਿਹੜੇ ਲੋਕਾਂ ਦੇ ਦੁੱਖਾਂ ਨੂੰ ਆਪਣਾ ਦੁੱਖ ਸਮਝਦੇ ਨੇ ਖੁਦਾ ਤੁਹਾਨੂੰ ਤੁਹਾਡਾ ਹੱਥ ਤੇ ਤੁਸੀਂ ਬਸਤੀ ਵਾਲਿਆਂ ਦੇ ਦਿਲ ਦੀ ਗੱਲ ਕੀਤੀ ਵਾ ਵਾ ਤੁਹਾਡਾ ਹੱਥ ਤੇ ਲੁਕਾਈ ਦੀ ਨਬਜ਼ ਹੁੰਦੀ ਹੈ ਹੁਣ ਤੂੰ ਨੂਰੇ ਆ ਜਾ ਬੁਸ਼ਰਾ ਦੇ ਭਰਾਵਾਂ ਨੂੰ ਆਖੀ ਹੈ ਜੇ ਹੌਸਲਾ ਰੱਖਣ ਮੈਂ ਉਹਨਾਂ ਨਾਲਾਂ ਜੋ ਕੁਝ ਕਰਨਾ ਹੋਇਆ ਸਲਾਮ ਮਸ਼ਵਰੇ ਨਾਲ ਕਰਾਂਗੇ ਤੇ ਜੇ ਬੁਸ਼ਰਾ ਨੂੰ ਕਤਲ ਵੀ ਕਰਨਾ ਪਿਆ ਤੇ ਕੱਲੀ ਨੂੰ ਨਹੀਂ ਨਾਲ ਹੋਰ ਵੀ ਕਈ ਖਤਮ ਕਰਨੇ ਹੋਣਗੇ ਫਿਕਰ ਵਾਲੀ ਕੋਈ ਗੱਲ ਨਹੀਂ ਹੁਣ ਤੇ ਸਾਡਾ ਹੱਥ ਵੀ ਸਰਕਾਰੀ ਦਰਬਾਰੇ ਪੱਕਾ ਪਿਆ ਹੋਇਆ ਹੈ ਤੇ ਨੂਰਾ ਖੁਸ਼ ਖੁਸ਼ ਤੇ ਨੰਬਰਦਾਰ ਨੂੰ ਦੁਆਵਾਂ ਦਿੰਦਾ ਰਿਹਾ ਅੰਗ 6 ਲੋਡੇ ਵੇਲੇ ਤਿੱਕਰ ਨੂਰਾ ਨੰਬਰਦਾਰ ਵਾਜਦ ਦੇ ਕੋਲ ਬੈਠਾ ਰਿਹਾ ਸੀ ਵਸਤੀਚ ਹਰ ਨਿੱਕੀ ਵੱਡੀ ਗੱਲ ਬਾਰੇ ਨੰਬਰਦਾਰ ਨੂੰ ਦੱਸ ਕੇ ਆਪਣਾ ਫਰਜ਼ ਪੂਰਾ ਕਰਦਾ ਰਿਹਾ ਨੂਰਾ ਇਸ ਗੱਲ ਉੱਤੇ ਬੜਾ ਖੁਸ਼ ਸੀ ਕਿ ਨੰਬਰਦਾਰ ਨੂੰ ਤਿੰਨ ਵਾਰੀ ਚਾਹ ਪਿਆ ਦਿੱਤੀ ਮਠਾਈ ਵੀ ਖਵਾਈ ਨੰਬਰਦਾਰ ਨੂੰ ਸਲਾਮ ਕਰਕੇ ਉੱਠਿਆ ਜਦੋਂ ਨੰਬਰਦਾਰ ਆਪ ਡੇਰੇ ਵਿੱਚ ਉੱਠ ਕੇ ਜਾਣ ਲਈ ਤਿਆਰ ਹੋਇਆ ਬਸਤੀ ਨੂੰ ਵਾਪਸ ਮੁੜਦਿਆਂ ਨੂਰਾ ਨੰਬਰਦਾਰ ਦੀਆਂ ਚੰਗਿਆਈਆਂ ਬਾਰੇ ਸੋਚ ਰਿਹਾ ਸੀ ਪਿੰਡ ਦੀਆਂ ਪਹਾੜੀਆਂ ਤੇ ਚਿੱਕੜ ਖੋਬੇ ਭਰੀਆਂ ਗਲੀਆਂ ਵਿੱਚੋਂ ਨਿਕਲ ਕੇ ਨੂਰਾ ਨਹਿਰ ਦੀ ਪਟੜੀ ਆ ਚੜ੍ਹਿਆ ਕੁਝ ਅੱਗੇ ਜਾ ਕੇ ਉਸ ਪੁਲ ਉੱਤੋਂ ਨਹਿਰ पार ਕਰਕੇ ਬਸਤੀ ਵੱਲ ਮੁੜਨਾ ਸੀ ਜਦ ਉਹਦੀ ਨਜ਼ਰ ਨਹਿਰ ਕੰਢੇ ਕੁਝ ਦੂਰੀ ਉੱਤੇ ਗਈ ਤਾਂ ਉਹਨੂੰ ਕਨੀਜ਼ਾ ਤੇ ਰੱਜੋ ਪਾਣੀ ਲਾਗੇ ਬੈਠੀਆਂ ਨਜ਼ਰ ਆਈਆਂ ਉਹ ਨਹੀਂ ਸੀ ਚਾਹੁੰਦਾ ਕਿ ਉਹਨਾਂ ਦੇ ਸਾਹਮਣੇ ਉਲੰਗੇ ਉਹ ਸਮਝਦਾ ਸੀ ਕਿ ਵੱਡੇ ਲੋਕਾਂ ਦਾ ਕੀ ਭਰੋਸਾ ਕਿਹੜੇ ਵੇਲੇ ਕੋਈ ਕੰਮ ਆਖ ਦੇਣ ਨੂਰਾ ਰਾਹ ਵਲੋਂਣ ਲਈ ਨਹਿਰ ਦੀ ਪਟੜੀ ਤੋਂ ਉਤਰ ਕੇ ਪਟੜੀ ਹੇਠਾਂ ਨਾਲ-ਨਾਲ ਟੁਰਨ ਲੱਗ ਪਿਆ ਹੇਠਾਂ ਝਾੜੀਆਂ ਕੰਡੇ ਆਮ ਸੀ ਜਿਹਦੇ ਨਾਲ ਨੂਰਾ ਨੂੰ ਅੱਗੇ ਵਧਣ ਔਖਾ ਜਾਪਦਾ ਸੀ ਪਰ ਉਹ ਸੋਖਿਆਈ ਨਾਲੋਂ ਤੇ ਚੰਗਾ ਸੀ ਜਿਹੜੀ ਵੱਡੇ ਬੰਦੇ ਦੀ ਅੱਖ ਹੀ ਵਗਾਰ ਕੱਟਣੀ ਪੈਂਦੀ ਏ ਇਹਦਾ ਨੂਰਾ ਨੂੰ ਤਜਰਬਾ ਹੋ ਚੁੱਕਾ ਸੀ ਤੇ ਇੱਕ ਵਾਰ ਉਹ ਆਪਣੇ ਕਿਸੇ ਕੰਮ ਲਈ ਨੰਬਰਦਾਰ ਦੀ ਅੰਮੀ ਕੋਲ ਗਿਆ ਨੰਬਰਦਾਰ ਦੀ ਅੰਮੀ ਨੇ ਪਹਿਲੇ ਤੇ ਨੂਰੇ ਕੋਲੋਂ ਘੜਦੀਆਂ ਸਾਰੀਆਂ ਮੰਝੀਆਂ ਦੀਆਂ ਦੌਣਾ ਕਸਵਾਈਆਂ ਤੇ ਫਿਰ ਕੁਝ ਕਣਕ ਦੀਆਂ ਬੋਰੀਆਂ ਥੱਲਿਆਂ ਚੁੱਕ ਕੇ ਸਕੌਣ ਵਾਸਤੇ ਛੱਤ ਉੱਤੇ ਵੀ ਚੜਾਉਣੀਆਂ ਪਈਆਂ ਸਨ ਤਾਂ ਹੀ ਅੱਜ ਨੂਰਾ ਕਨੀਜ਼ਾ ਕੋਲੋਂ ਵੀਰਾ ਵਲਾ ਗਿਆ ਪਰ ਦਿਲ ਵਿੱਚ ਨੰਬਰਦਾਰਾਂ ਦੀ ਤਾਰੀਫ਼ ਵੀ ਕਰ ਰਿਹਾ ਸੀ ਕਿ ਨੰਬਰਦਾਰ ਏਡਾ ਵੱਡਾ ਬੰਦਾ ਹੋ ਕੇ ਮਾਰੇ ਗਰੀਬਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦਾ ਹੈ ਪਿੰਡ ਦੀ ਲੱਜ ਦਾ ਬੜਾ ਖਿਆਲ ਹੀ ਵਾਜਦ ਨੂੰ 부ਸ਼ਰਾ ਜਿਹੜੀ ਪਿੰਡ ਦੀ ਨੱਕ ਵੱਡ ਚੁੱਕੀ ਉਹਦਾ ਕਿੰਨਾ ਅਫਸੋਸ ਏ ਨੰਬਰਦਾਰ ਵਾਜਦ ਨੂੰ ਆਪ ਅੱਗੇ ਹੋ ਕੇ 부ਸ਼ਰਾ ਦਾ ਮੱਕੂ ਠੱਪਣਾ ਚਾਹੁੰਦਾ ਏ ਤੇ ਰੱਬ ਨੰਬਰਦਾਰਾਂ ਨੂੰ ਹੋਰ ਵੱਡਾ ਰਤਬਾ ਦੇਵੇ ਨੂਰੇ ਦੇ ਮੂੰਹੋਂ ਦੁਆਵਾਂ ਨਿਕਲੀਆਂ ਕਿ ਸੱਚ ਸਿਆਣੇ ਆਖਦੇ ਨੇ ਭੁੱਖੇ ਦੀ ਧੀ ਰੱਜੀ ਤੇ ਪਿੰਡ ਉਜਾੜਨ ਲੱਗੀ ਰਾਜੇ ਦੀ ਰੱਜੀ ਤਾਂ ਪਿੰਡ ਵਸਾਉਣ ਲੱਗੀ ਚੰਗਾ ਹੋਇਆ ਨੰਬਰਦਾਰ ਹਕੂਮਤ ਨਾਲ ਰਲੇ ਹੋਏ ਨੇ ਪਿੰਡ ਦਾ ਭਲਾਈ ਸੋਚਣ ਲਗੇ ਜੇ ਕੋਈ ਹੋਰ ਭੁੱਖਾ ਵੋਟਾਂ ਲੈ ਕੇ ਹਕੂਮਤ ਵਿੱਚ ਸ਼ਾਮਲ ਹੋ ਗਿਆ ਹੋ ਜਾਂਦਾ ਤੇ ਉਹਨੇ ਆਪਣਾ ਹੀ ਢਿੱਡ ਭਰਨਾ ਸੀ ਇਹੋ ਜਿਹਾ ਸੋਚਾ ਸੋਚਦਾ ਤੇ ਨੰਬਰਦਾਰਾਂ ਦੀ ਅਸਿੱਖਤਾਕਰ ਦਾ ਨੂਰਾ ਪੁੱਲ ਉੱਤੇ ਜਾ ਚੜਿਆ ਪੁੱਲ ਤੋਂ ਖਲੋ ਕੇ ਉਸ ਨਹਿਰ ਦੇ ਵਗਦੇ ਪਾਣੀ ਨੂੰ ਧਿਆਨ ਮਾਰਿਆ ਤੇ ਉਹਦਾ ਖਿਆਲ ਆਪਣੇ ਬਾਲ ਸਮੇਂ ਵੱਲ چلا ਗਿਆ ਜਦੋਂ ਆਪਣੇ ਹਾਨੀਆਂ ਨਾਲ ਰਲ ਕੇ ਸੀ ਪੁੱਲ ਉਤੋਂ ਪਾਣੀ ਚ ਛਾਲਾ ਮਾਰ-ਮਾਰ ਕੇ ਨਹਾਇਆ ਕਰਦੇ ਸਨ ਅੱਜ ਵੀ ਨੂਰੇ ਦਾ ਦਿਲ ਕਰ ਰਿਹਾ ਸੀ ਕਿ ਕੱਪੜੇ ਲਾਂਕੇ ਪਰਾਂ ਸੁੱਟ ਦੇਵੇ ਤੇ ਪੂਲੋ ਤੁਖ ਲੋਗੀ ਵਗਦੀ ਨਹਿਰ ਦੇ ਪਾਣੀ 'ਚ ਛਾਲਾ ਮਾਰ-ਮਾਰ ਕੇ ਨਾਵੇ। ਦਿਲ ਤੇ ਵੀ ਕਰਦਾ ਸੀ ਪਰ ਦਿਮਾਗ ਆਖ ਰਿਹਾ ਸੀ ਸ਼ਰਮ ਕਰ ਬੁੱਢਿਆ, ਇਹ ਉਮਰੇ ਬਾਲਾਂ ਵਾਲੀਆਂ ਹਰਕਤਾਂ ਕਰਕੇ ਜਿਵੇਂ ਹੱਡੀ ਪਸਲੀ ਤੜਵਾਣੀ, ਤੇਰੀ ਤੇ ਕੋਈ ਸਾਹਬਣ ਵਾਲਾ ਵੀ ਨਹੀਂ, ਕੋਈ ਇੱਕ ਧੀਏ ਮਲੂਕਾਂ, ਉਹ ਤੈਨੂੰ ਲੂਲੇ ਲੰਗੜੇ ਹੋਏ ਨੂੰ ਕਿੱਥੇ ਚੁੱਕੀ ਫਿਰੇਗੀ। ਇਹ ਖਿਆਲ ਆਉਂਦਿਆਂ ਨੂਰੇ ਪਾਣੀ 'ਚ ਛਾਲ ਮਾਰ-ਮਾਰ ਕੇ ਨਾਵਣ ਦਾ ਇਰਾਦਾ ਬਦਲ ਲਿਆ। ਉਸ ਵਕਤ ਦੇ ਪਾਣੀ ਨੂੰ ਧੂਰ ਤੀਕਰ ਨਜ਼ਰ ਮਾਰ ਕੇ ਵੇਖਿਆ ਤਾਂ ਦੂਰ ਕਨੀਜ਼ਾ ਤੇ ਰੱਜੂ ਅਜੇ ਵੀ ਬੈਠੀਆਂ ਸਨ। ਨੂਰਾ ਪੁਲ ਤੋਂ ਉਤਰ ਗਿਆ ਤੇ ਬਸਤੀ ਵੱਲ ਤੁਰ ਪਿਆ। ਨਹਿਰ ਦੇ ਦੋਵੇਂ ਕੰਢਿਆਂ ਉੱਤੇ ਉੱਚੇ-ਉੱਚੇ ਰੁੱਖ ਉੱਗੇ ਹੋਏ ਸਨ ਤੇ ਜਿਹੜੇ ਇੱਕ ਵਾਰ ਕਿਸੇ ਚੰਗੇ ਅਫਸਰ ਦੀ ਰੀਤ ਜਪਦੀ ਸੀ। ਸਫੈਦੇ ਦੇ ਉੱਚੇ ਰੁੱਖ ਜਦ ਹਵਾ ਨਾਲ ਝੂਲਦੇ ਤਾਂ ਵੇਖਣ 'ਚ ਬੜੇ ਸੋਹਣੇ ਮਸਤੀ 'ਚ ਲਹਿਰਾਉਂਦੇ। ਰੁੱਖਾਂ ਦਾ ਝੂਮਣਾ ਤੇ ਵਗਦਾ ਪਾਣੀ ਕਨੀਜ਼ਾ ਨੂੰ ਬੜੇ ਚੰਗੇ ਲੱਗਦੇ ਸਨ। ਬੜੀ देर ਤੀਕਰ ਬੈਠੀ ਤੇ ਆਖਦੀ ਰੱਜੂ ਵਗਦੇ ਪਾਣੀ ਵਿੱਚ ਨਿੱਕੀ ਨਿੱਕੀ ਪੰਡੀਆਂ ਘੁੰਮਣ ਘੇਰੀਆਂ ਝੂਮਦੇ ਸਫੈਦੇ ਦੇ ਰੁੱਖਾਂ ਤੇ ਰੁੱਖਾਂ ਤੇ ਬੈਠੀਆਂ ਚਿੜੀਆਂ ਜਦੋਂ ਇੱਕ ਪਾਸੇ ਤੋਂ ਉੱਡ ਕੇ ਦੂਜੇ ਪਾਸੇ ਵੱਲ ਚੈੱਕ ਦੀਆਂ ਜਾਂਦੀਆਂ ਨੇ ਤੇ ਮੈਨੂੰ ਬਹੁਤ ਭਲਾ ਲੱਗਦਾ ਹੈ। ਰੱਜੋ ਵੀ ਕਨੇਜਾ ਦੀ ਹਾਂ ਸ਼ਾਮ ਮਿਲਾਉਂਦੀ ਤੇ ਆਖਦੀ ਬੀਬੀ। ਇਹ ਸਾਰਾ ਕੁਝ ਵੇਖ ਕੇ ਮੈਨੂੰ ਤੇ ਲੱਗਦਾ ਜਿਵੇਂ ਨਸ਼ਾ ਜਿਹਾ ਹੋ ਗਿਆ। ਜੀ ਕਰਦਾ ਚਿੜੀ ਹੁੰਦੀ ਡਾਰਚ ਰਲੀ ਹੋਈ ਚੈੱਕ ਦੀ ਉੱਡਦੀ। ਹਾਂ ਰੱਜੋ ਕੁਦਰਤ ਕੀ ਇਹ ਜਾਣਦੀ ਏ? ਕਨੀਜ਼ਾ ਦਾ ਮਨ ਉਦਾਸ ਹੋ ਗਿਆ ਵਗਦੇ ਪਾਣੀ ਨੂੰ ਇੱਕ ਟੱਕ ਵੇਖਦੇ ਅੰਕਨੀਜ਼ਾ ਆਖਰੀ ਸੀ ਰੱਜੋ ਅਸੀਂ ਸਾਰੇ ਮਾਡਲ ਹਾਂ ਕਿਸੇ ਆਣ ਆਣ ਵੇਖੀ ਉਂਗਲ ਦੇ ਇਸ਼ਾਰਿਆਂ ਤੇ ਨੱਚਣ ਵਾਲੇ ਝੂਠੇ ਰੋਣੇ ਤੇ ਝੂਠੇ ਹਾਸੇ ਹੱਸਣ ਵਾਲੇ ਇਹ ਕਨੀਜ਼ਾ ਨੇ ਉਦਾਸ ਲਹਿਜੇ ਚ ਆਖਿਆ ਪਰ ਧਰਤੀ ਦੇ ਜੰਮੇ ਜਾਈ ਕੁਦਰਤ ਨਾਲ ਆੜਾ ਲਾ ਬੈਠੇ ਨੇ ਧੰਨ ਹੌਸਲਾ ਏ ਧਰਤੀ ਦਾ ਜਿਹੜੀ ਅਜੇ ਵੀ ਹਿਆਤੀ ਵਧਾਉਣ ਵੱਲੋਂ ਮੂੰਹ ਨਹੀਂ ਮੋੜ ਰਹੀ ਕੁਦਰਤ ਦਾ ਸਾਥ ਦੇ ਰਹੀ ਰੱਜੋ ਨੂੰ ਕਨੇਜਾ ਦੀਆਂ ਕਈ ਹੋਰ ਗੱਲਾਂ ਵਾਂਗ ਇਸ ਗੱਲ ਦੀ ਵੀ ਸਮਝਣਾਈ ਤੇ ਪੁੱਛ ਲਿਆ ਬੀਬੀ ਇਜਾਜ਼ਤ ਹੋਏ ਤਾਂ ਇਹ ਗੱਲ ਪੁੱਛਾਂ ਕਨੇਜਾ ਰੱਜੋ ਵੱਲ ਇੰਜ ਨਜ਼ਰਾਂ ਭਰ ਕੇ ਵੇਖਿਆ ਜਿਵੇਂ ਕਹਿ ਰਹੀ ਹੋਵੇ ਕੋਈ ਗੱਲ ਪੁੱਛਣ ਲਈ ਤੈਨੂੰ ਇਜਾਜ਼ਤ ਦੀ ਕੀ ਲੋੜ ਏ ਰੱਜੋ ਪੁੱਛਿਆ ਭਲਾ ਧਰਤੀ ਦੇ ਜੰਮੇ ਜਾਈ ਅਸਮਾਨ ਨਾਲ ਲਾਡਾ ਕਿਵੇਂ ਲਾ ਸਕਦੇ ਨੇ ਅਸਮਾਨ ਤੇ ਬੜਾ ਉੱਚਾ ਏ ਰੱਜੋ ਫੇਰ ਇੱਕ ਵਾਰੀ ਮਾਫੀ ਮੰਗਦੀ ਆ ਕਿ ਮੈਂ ਤੇਰੀ ਗੱਲ ਕੱਟੀ ਨਹੀਂ ਸਮਝਣਾ ਚਾਹਨੀ ਆ ਤੈਨੂੰ ਦੁਖੀ ਕਰਨ ਦਾ ਮੇਰਾ ਇਰਾਦਾ ਨਹੀਂ ਪਹਿਲੇ ਵੀ ਮੈਂ ਇਹ ਸਵਾਲ ਇੱਕ ਵਾਰੀ ਪੁੱਛਿਆ ਸੀ ਨਿਜ਼ਾਮ ਮੁਸਕਰਾਂਦੀ ਆਖਿਆ ਨਹੀਂ ਰੱਜੋ ਮੈਨੂੰ ਗੁੱਸਾ ਨਹੀਂ ਖੁਸ਼ੀ ਹੋਈ ਹੈ ਕਿ ਤੂੰ ਸਵਾਲ ਪੁੱਛਣ ਲੱਗ ਪਈਂ ਤੇਰੇ ਅੰਦਰ ਵੀ ਕੋਈ ਜਾਣਨ ਸਮਝਣ ਦੀ ਸੱਦਰ ਜਾਗ ਪਈ ਹੈ ਚੰਗਾ ਲੱਗਾ ਏ ਮੈਨੂੰ ਰੱਜੋ ਕੰਨਾਂ ਨੂੰ ਹੱਥ ਲਾਇ ਨਾਨਾ ਬੀਬੀ ਜੀ ਮੇਰੀ ਕੋਈ ਸੱਦਰ ਨਹੀਂ ਸੋਚ ਸੋਚ ਕੇ ਹਲਕਾਣ ਹੋਵੇ ਨਹੀਂ ਰੱਜੋ ਸੋਚਣਾ ਸਮਝਣਾ ਜਾਣਣਾ ਤੇ ਇਨਸਾਨ ਨੂੰ ਸੱਚ ਦੀ ਰਾਹ ਵਿਖਾਉਂਦਾ ਏ ਨਿਰਖਾਵਣ ਪੀਵਣ ਤੇ ਸੌਂ ਰਹਿਣ ਨਾਲ ਇਨਸਾਨ ਮੁਕੰਮਲ ਨਹੀਂ ਹੁੰਦਾ ਇਨਸਾਨ ਨੂੰ ਗੁੱਸਾ ਹਾਸਾ ਨਫ਼ਰਤ ਮੁਹੱਬਤ ਸਭ ਕੁਝ ਵਿਰਸੇ ਚ ਮਿਲਿਆ ਤੇ ਪਰ ਇਹਨਾਂ ਸਾਰਿਆਂ ਜਜ਼ਬਿਆਂ ਦਾ ਸਵਾਦ ਤੇ ਆਨੰਦ ਮਾਨਣ ਦੇ ਮੌਕੇ ਮਿਲਨੇ ਚਾਹੀਦੇ ਨੇ ਅੱਛਾ ਇਹ ਗੱਲ ਫੇਰ ਕਰਾਂਗੇ ਪਹਿਲੇ ਤੇਰੇ ਉਸ ਸਵਾਲ ਦਾ ਜਵਾਬ ਲੈਣੀਆ ਜੋ ਤੂੰ ਪੁੱਛਿਆ ਸੀ ਕਿ ਧਰਤੀ ਤੇ ਰਹਿਣ ਵਾਲੇ ਲੋਕ ਅਸਮਾਨ ਨਾਲ ਕਿਵੇਂ ਆਢੇ ਲਾ ਸਕਦੇ ਨੇ ਰੱਜੋ ਇਸ ਸਵਾਲ ਦੇ ਜਵਾਬ ਹੀ ਤੇ ਪਵਾੜੇ ਪਾਏ ਹੋਏ ਨੇ ਦੁਨੀਆ 'ਚ ਸਾਰਾ ਕੁਝ ਇਸ ਸਵਾਲ ਤੇ ਸਵਾਲ ਹੀ ਪਿਆ ਘੁੰਮਦਾ ਹੈ ਪਹਿਲੇ ਵੀ ਮੈਂ ਤੈਨੂੰ ਦੱਸਿਆ ਸੀ ਕਿ ਇਸ ਅਜਲੀ ਸਵਾਲ ਦੇ ਚੱਕਰ ਵਿੱਚੋਂ ਹੀ ਦੁਨੀਆ ਜੀਤੀ ਕਰਨੀ ਨਿਕਲੇ ਮੁਰਮੜ ਖੋਤੇ ਜੁਪੇਕ ਖੋਪੇ ਚੜੇ ਢੱਗੇ ਵਾਂਗੂ ਪਖਾਣੇ ਵਿੱਚ ਹੀ ਦੁਨੀਆ ਘੁੰਮਦੀ ਪਈ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਰੱਜੋ ਨੂੰ ਬੜੀ ਹੈਰਾਨੀ ਹੋਈ ਕਿ ਕੀ ਪੁੱਛ ਬੈਠੀ ਪੁੱਲੀ ਬੀਬੀ ਮੈਂ ਤੇ ਕਿਸੇ ਨੂੰ ਚੱਕਰਾਂ 'ਚ ਪਾਉਣ ਲਈ ਸਵਾਲ ਨਹੀਂ ਸੀ ਪੁੱਛਿਆ ਮੈਂ ਤੇ ਐਵੇਂ ਗੱਲ ਕੀਤੀ ਸੀ ਉਦੋਂ ਵੀ ਤੇ ਹੁਣ ਵੀ ਇੱਕ ਸਫੈਦੇ ਦੇ ਰੁੱਖ ਤੋਂ ਚਿੜੀਆਂ ਦਾ ਇੱਕ ਊਡਾਰ ਚੈੱਕ ਦਾ ਹੋਇਆ ਉੱਡਿਆ ਦੂਜੇ ਕੰਡੇ ਉੱਤੇ ਸਫੈਦਿਆਂ ਦੇ ਰੁੱਖਾਂ ਦੁਆਲੇ ਚੱਕਰ ਲੈ ਕੇ ਖੁਸ਼ੀ-ਖੁਸ਼ੀ ਇਕੱਠੇ ਦਾ ਇਕੱਠਾ ਊਡਾਰ ਨਹਿਰ ਦੇ ਪਾਣੀ ਦੇ ਉੱਤੇ ਉੱਡਦਾ ਦੂਜੇ ਕੰਡੇ ਚਲਾ ਗਿਆ ਰੱਜੋ ਚਿੜੀਆਂ ਦਾ ਉਡਾਰ ਤੈਨੂੰ ਕਿਉਂ ਜੈ ਲੱਗਦਾ ਹੈ ਬੜਾ ਸੋਹਣਾ ਬੀਬੀ ਜੀ ਗੌਨੀਆਂ ਚਿੜੀਆਂ ਇਕੱਠੀਆਂ ਉਡਾਰ ਬਣੀ ਉਡਦੀਆਂ ਮੈਨੂੰ ਚੰਗੀਆਂ ਲੱਗਦੀਆਂ ਨੇ ਵੇਖੋ ਨਾ ਕਿਵੇਂ ਪਾਣੀ ਦੇ ਉੱਤੇ ਨੀਵੀਆਂ ਹੋ ਕੇ ਉਡਦੀਆਂ ਜਾਂਦੀਆਂ ਜਿਹੜੀਆਂ ਇੱਕਦਮ ਇਕੱਠੀਆਂ ਉੱਠ ਕੇ ਦੂਜੇ ਕੰਡੇ ਰੱਖਾਂ ਵੱਲ ਚਲੀਆਂ ਗਈਆਂ ਇੱਕ ਮੁੱਠ ਹੋਵਣ ਜਿਵੇਂ ਕਿਸੇ ਧਾਗੇ ਨਾਲ ਬੱਝੀਆਂ ਹੋਈਆਂ ਨੇ ਹਾਂ ਰਜੋ ਇਸ ਸਾਂਝ ਦਾ ਤਾਂ ਗਾਇ ਖੁਸ਼ੀ ਦੀ ਸਾਂਝ ਗੰਮੀ ਦੀ ਸਾਂਝੀ ਉਡਾਰ ਨੂੰ ਇਕੱਠਾ ਰੱਖਦੀ ਏ ਇਹ ਉਡਾਰ ਜਨੌਰਾਂ ਦੀ ਹੋਵੇ ਤੇ ਭਾਵੇਂ ਇਨਸਾਨਾਂ ਦੀ ਹਵਾ ਨਾਲ ਝੂਲਦੇ ਇਕੱਠੇ ਰੁੱਖ ਤੈਨੂੰ ਕਿੰਜ ਦੇ ਲੱਗਦੇ ਨੇ ਬੜੇ ਚੰਗੇ ਇਕੱਠੇ ਝੂਲਦੇ ਰੁੱਖ ਵੇਖ ਕੇ ਮੇਰੀ ਰੂਹ ਤੇ ਦੁੱਖ ਭੁੱਲ ਜਾਂਦੇ ਨੇ ਇੰਜ ਲੱਗਦਾ ਮੇਰੇ ਦਿਲ ਅੰਦਰ ਜਿਵੇਂ ਕੋਈ ਬੈਠਾ ਬੈਠੀ ਖੁਸ਼ੀ ਨਾਲ ਗਾ ਰਿਹਾ ਏ ਹਾਂ ਰਜਵੀਨ ਜੀ ਵਗਦੇ ਪਾਣੀ 'ਚ ਛੱਲਾਂ ਪੈਂਦੀਆਂ ਵੇਖ ਕੇ ਆਪਣਾ ਦਿਲ ਵੀ ਉਛਲ ਨੱਚਣ ਨੂੰ ਲੱਗ ਪੈਂਦਾ ਹੈ ਹੈਨਾ ਹੈ ਨਾ ਹਰੀਆਂ ਫਸਲਾਂ ਰੁੱਖਾਂ ਤੇ ਬਾਗਾਂ ਵਾਂਗੂ ਝੂਲਾਂ ਤੇ ਹੱਸਾਂ ਖੇਡਾਂ ਫਿਰ ਰੱਜੋ ਉਦਾਸ ਹੋ ਕੇ ਆਖਣ ਲੱਗ ਪਏ ਪਰ ਬੀਬੀ ਇਹ ਤੇ ਆਪਣੀ ਆਪਣੀ ਕਿਸਮਤ ਨਾਲ ਬੰਜਿਆ ਹੋਇਆ ਹੈ ਨਦੀ ਤੇ ਪਾਣੀ ਤੇ ਪੰਛੀ ਪਖੇਰੀਆਂ ਵਾਂਗੂ ਕਿਵੇਂ ਆਜ਼ਾਦ ਰਿਆ ਜਾ ਸਕਦਾ ਹੈ ਨਦੀ ਕੰਢੇ ਬੈਠ ਕੇ ਕਨੀਜ਼ਾ ਰੱਜੋ ਨੂੰ ਇੰਜ ਸਮਝਾਉਣ ਲੱਗ ਪਈ ਜਿਵੇਂ ਕਾਲਜ ਯੂਨੀਵਰਸਿਟੀ ਦਾ ਉਸਤਾਦ ਆਪਣੇ ਸ਼ਾਗਿਰਦਾਂ ਨੂੰ ਲੈਕਚਰ ਦੇ ਰਿਹਾ ਹੋਵੇ ਰੱਜੋ ਨੂੰ ਕੁਝ ਸਮਝ ਆਉਂਦੀ ਕੁਝ ਨਾ ਪਰ ਸੁਣਨ ਦੇ ਬੜੇ ਸੁਣਨ ਦੇ ਬੜੇ ਗੌਰ ਨਾਲ ਸੀ ਕਨੇਜ਼ਾ ਅਖੇਰ ਜੋ ਵੇਖ ਨਦੀ ਦੇ ਵਗਦੇ ਪਾਣੀ ਨੂੰ ਵੇਖ ਇਹ ਪਾਣੀ ਤੁਪਕਾ ਤੁਪਕਾ ਇਕੱਠਾ ਹੋ ਕੇ ਕੈਸੀ ਸ਼ਾਨ ਨਾਲ ਵਗ ਰਿਹਾ ਹੈ ਉੱਛਲ ਰਿਹਾ ਹੈ ਨਦੀ ਦੇ ਕੰਢਿਆਂ ਨਾਲ ਵੱਜ-ਵੱਜ ਕੇ ਖਰਮਸਤੀਆਂ ਕਰਦਾ ਅੱਗੇ ਹੀ ਅੱਗੇ ਵੱਧਦਾ ਜਾ ਰਿਹਾ ਹੈ ਪੰਛੀ ਵੀ ਇਕੱਲੇ-ਇਕੱਲੇ ਨੇ ਪਰ ਜਦੋਂ ਇਕੱਠੇ ਹੋ ਕੇ ਉਡਾਰ ਬਣ ਕੇ ਉੱਡਦੇ ਜਾਂਦੇ ਨੇ ਤਾਂ ਇੱਕ ਮਸਤੀ ਭਰੇ ਹੁੰਦੇ ਨੇ ਇੱਕ ਦੂਜੇ ਨਾਲ ਹੱਸਦੇ ਖੇਡਦੇ ਗਾਉਂਦੇ ਅੱਗੇ ਹੀ ਅੱਗੇ ਹੀ ਅੱਗੇ ਜਾ ਰਹੇ ਕਿੰਨੇ ਪਿਆਰੇ ਲੱਗਦੇ ਨੇ ਇੰਜੀ ਰੁੱਖਾਂ ਦਾ ਝੁੰਡ ਬਾਗਾਂ ਦੇ ਬੂਟਿਆਂ ਨਾਲ ਇਕੱਠੇ ਉੱਗਣਾ ਤੇ ਫਿਰ ਹਵਾ ਦੇ ਇੱਕੋ ਬੁੱਲੇ ਨਾਲ ਉੱਤੇ ਨੂੰ ਝੂਲਣਾ ਨਾ ਸਿਰਫ ਉਹਨਾਂ ਦੀ ਖੁਸ਼ੀ ਹੁੰਦੀ ਏ ਸਗੋਂ ਹਰ ਵੇਖਣ ਵਾਲੀ ਅੱਖ ਨੂੰ ਵੀ ਨਵੇਂ ਸੁਹੱਬਣ ਤੇ ਰਾਹਤ ਦਿੰਦੇ ਨੇ ਬੁੱਲੇ ਸ਼ਾਹ ਆਖਿਆ ਸੀ ਤੂਤਾਂ ਦੇ ਚੰਗੀ ਚਮੋਰ ਬੁਲੇਂਦਾ ਕਬਲਾ ਤੇ ਕਾਬਾ ਸਾਨੂੰ ਯਾਦ ਦਸਿੰਦਾ ਮਤਲਬ ਇਹ ਰੱਜੋ ਅੰਦਰ ਦਾ ਮੋਹ ਤੇ ਉਦੋਂ ਹੀ ਹੱਸਦਾ ਬੋਲਦਾ ਤੇ ਖੁਸ਼ ਹੁੰਦਾ ਜਦੋਂ ਹਰੀਆਲੀ ਤਾਂ ਇਕੱਠ ਹੋਵੇ ਤੇ ਝੁੰਡ ਵੀ ਉਹ ਹੋਵੇ ਜਿਦੇ ਕੰਡੇ ਨਾ ਹੋਵਣ ਸੁੱਖੀ ਸੁਖ ਤੇ ਛਾਂ ਦੀ ਛਾਂ ਹੋਵੇ ਦਿਖਾਉਣ ਨੂੰ ਮਿੱਟੇ ਦੂਤ ਵੀ ਲੱਗੇ ਹੋਣ ਰੱਜੋ ਹੈਰਾਨੀ ਨਾਲ ਸੁਣਦੀ ਰਹੀ ਤੀ ਕਨੀਜ਼ਾ ਬੋਲਦੀ ਗਈ ਬੜੇ ਅਰਸੇ ਬਾਅਦ ਅੱਜ ਕਨੀਜ਼ਾ ਬਹੁਤ ਬੋਲੀ ਜਾ ਰਹੀ ਸੀ ਤੇ ਗਹਿਰੇ ਨਦੀ ਦੇ ਪਾਣੀ ਨੂੰ ਵੇਖਦੇ ਜਾਂਦੀ ਸੀ ਕਨੀਜ਼ਾ ਆਖਰੀ ਸੀ ਰੱਜੋ ਤੂੰ ਵੇਖਿਆ ਹੋਣਾ ਜਦੋਂ ਡੰਗਰ ਬੱਚਾ ਇੱਕ ਦੂਜੇ ਨਾਲ ਕਹਿੰਦੇ ਆ ਖਰਮਸਤੀਆਂ ਕਰਦੇ ਆ ਇੱਕ ਦੂਜੇ ਨੂੰ ਢੁੱਡਾ ਮਾਰਦੇ ਖੁਸ਼ ਹੁੰਦੇ ਨੇ ਕਈ ਜਵਾਨ ਬੱਚੇ ਬੱਚੀਆਂ ਕੱਟੇ-ਕੱਟੀਆਂ ਭੱਜਦੇ ਨਸਤੇ ਦੁਰੰਗੇ ਲਾਉਂਦੇ ਆ ਵੇਖਿਆ ਨੈਨਾ ਖੁਸ਼ੀ ਮਨਾਉਣ ਲਈ ਕਿਸੇ ਦੂਜੇ ਦਾ ਸਾਥ ਲੱਭਣਾ ਜ਼ਰੂਰੀ ਹੁੰਦਾ ਹੈ ਮਤਲਬ ਇਹ ਕਿ ਖੁਸ਼ੀ ਵੀ ਸਾਂਝੀ ਹੋਵੇ ਤੇ ਸਵਾਦ ਦਿੰਦੀ ਹੈ ਇਹ ਇਕੱਲਾ ਪਸ਼ੂ ਦੁੜੰਗੇ ਨਹੀਂ ਲਾਉਂਦਾ ਉਹ ਵਗ ਨਾਲ ਰਲ ਕੇ ਹੀ ਖੁਸ਼ੀ ਮਨਾਵਣ ਨੂੰ ਵਧੀਆ-ਵਧੀਆ ਖੁਸ਼ੀ ਸਮਝਦਾ ਹੈ ਰੱਜੋ ਵੀ ਖੁਸ਼ੀ ਵਾਲੀ ਸਾਂਝ ਨੂੰ ਕੁਝ-ਕੁਝ ਸਮਝ ਕਰਨ ਲੱਗ ਪਈ ਸੀ ਸਹਿਜ ਨਾਲ ਪੁੱਛਿਆ ਬੂਬੀ ਮੈਨੂੰ ਬੀਬੀ ਮੈਨੂੰ ਕੀ ਸਮਝਾ ਰਹੀ ਹੈ ਮੈਨੂੰ ਸਮਝ ਨਹੀਂ ਆਈ ਮੈਂ ਤੇਰੇ ਸਵਾਲ ਦਾ ਜਵਾਬ ਦੇ ਰਹੀਆਂ ਰੱਜੋ ਕਨੀਜ਼ਾ ਆਖਿਆ ਤੂੰ ਪੁੱਛਿਆ ਸੀ ਨਾ ਕੀ ਧਰਤੀ ਅਸਮਾਨ ਨਾਲਾਂ ਡਾਂ ਕਿਵੇਂ ਲਾ ਸਕਦੀ ਹੈ ਮੈਂ ਧਰਤੀ ਦੇ ਜੰਮੇ ਜਾਣ ਦੀ ਗੱਲ ਕੀਤੀ ਸੀ ਮੈਂ ਦੱਸ ਰਹੀ ਹਾਂ ਜਿਵੇਂ ਵਗਦਾ ਪਾਣੀ ਰੁੱਖਾਂ ਦੇ ਝੁੰਡ ਜਨੌਰ ਪੰਛੀਆਂ ਦਾ ਉਡਾਰ ਸੋਹਣਾ ਲੱਗਦਾ ਹੈ ਖੁਸ਼ੀ ਦਿੰਦਾ ਇੰਜੀ ਕੁਦਰਤ ਵੀ ਇਨਸਾਨਾਂ ਦਾ ਇਕੱਠ ਵੇਖ ਕੇ ਖੁਸ਼ ਹੋਣਾ ਚਾਹੁੰਦੀ ਹੈ ਪਰ ਧਰਤੀ ਦੇ ਜੰਮੇ ਜਾਏ ਆਪਣੇ ਅਮਲ ਨਾਲ ਕੁਦਰਤ ਨੂੰ ਨਰਾਜ਼ ਕਰ ਰਹੇ ਨੇ ਕਨੀਜ਼ਾ ਬਹੁਤ ਅਫਸਰ ਦਾ ਲੱਗ ਰਹੀ ਸੀ ਫਿਰ ਬੋਲੀ ਰੱਜੋ ਸਾਡੀ ਇਸ ਧਰਤੀ ਦੀ ਦਿੱਤੀ ਹੋਈ ਹਿਆਤੀ ਨਾਲ ਬੜੇ ਧਰੋ ਹੋਏ ਹਨ ਲੰਗੇ ਵੇਲੇ ਦੇ ਹਰ ਦੌਰ ਵਿੱਚ ਧੜਵੀਆਂ ਇੱਥੇ ਲੁੱਟ ਮਾਰ ਤੇ ਵੱਡ ਟੁੱਕ ਕੀਤੀ ਇਨਸਾਨ ਨੂੰ ਇਨਸਾਨ ਕੋਲੋਂ ਡਰਾਇਆ ਤੇ ਦੂਰ ਦੂਰ ਕਰਨ ਦੇ ਯਤਨ ਕੀਤੇ ਆਪਣੀ ਜਾਤੀ ਫਾਇਦੇ ਵਾਸਤੇ ਐਸੇ ਉਸੂਲ ਤੇ ਕਾਨੂੰਨ ਬਣਾਈ ਜੋ ਬੰਦੇ ਨੂੰ ਬੰਦੇ ਕੋਲੋਂ ਦੂਰ ਕਰਨ ਵਾਲੇ ਸਨ ਕੁਦਰਤੀ ਕੱਠ ਤੇ ਸਾਂ ਚਾਉਂਦੀ ਏ ਜਦ ਕਿ ਲੋਭਾਂ ਤੇ ਜਾਤ ਪਾਤ ਦਾ ਰਿਵਾਜ ਪਾ ਕੇ ਉਹਨੂੰ ਮਜ਼ਬਦ ਦਾ ਨਾਮ ਦੇ ਕੇ ਆਪਣੀ ਨਫ਼ਰਤ ਭਰੀ ਸੋਚ ਨੂੰ ਮੁਕੱਦਸ ਬਣਾ ਦਿੱਤਾ ਇੰਜ ਧਰਤੀ ਉੱਤੇ ਹਰ ਉਹ ਰਿਵਾਜ ਤੇ ਸੋਚ ਮੁਕਦੀ ਗਈ ਜਿਹਦੇ ਨਾਲ ਇਨਸਾਨ ਨਾਲ ਇਨਸਾਨ ਜੁੜ ਕੇ ਸਾਂਝ ਤੇ ਘੱਟ ਪੈਦਾ ਹੋ ਸਕਦਾ ਸੀ ਅੱਜ ਉਹ ਨਫ਼ਰਤ ਭਰੀਆਂ ਸੋਚਾਂ ਰੀਤੀ ਰਿਵਾਜ ਬਣ ਕੇ ਬੰਦੇ ਨੂੰ ਅੰਦਰੋਂ ਕੁੱਤਰ ਰਹੀਆਂ ਨੇ ਪਰ ਸਦਕੇ ਜਾਈਏ ਧਰਤੀ ਦੇ ਜਿਹੜੀ ਅਜੇ ਵੀ ਹੌਸਲੇ ਨਾਲ ਹਿਆਤੀ ਪੈਦਾ ਕੀਤੀ ਜਾ ਰਹੀ ਹੈ ਗੁਜ਼ਰੇ ਵੇਲਿਆਂ ਦੇ ਹਰ ਧੜਵੀ ਤੇ ਨਫ਼ਰਤ ਭਰੀਆਂ ਸੋਚਾਂ ਨੂੰ ਪੱਕਾ ਪੀੜਾ ਕਰਨ ਲਈ ਆਪਣਾ ਆਪਣਾ ਹਿੱਸਾ ਵੱਧ ਵੱਧ ਕੇ ਪਾਇਆ ਹੈ ਇਹ ਆਖ ਕੇ ਕਨੀਜ਼ਾ ਚੁੱਪ ਹੋਈ ਜਿਵੇਂ ਗੁਜ਼ਰੇ ਵੇਲਿਆਂ ਤੇ ਅਫਸੋਸ ਕਰਦੀ ਦੁਖੀ ਸੀ ਪਰ ਝੱਟ ਚੁੱਪ ਰਹਿਣ ਮਗਰੋਂ ਰਜੋ ਡਰਦੀਆਂ ਆਖਿਆ ਸਗੋਂ ਆਪਣੇ ਵੱਲੋਂ ਮੱਤ ਦਿੱਤੀ ਛੱਡੋ ਬੀਬੀ ਲੰਗੇ ਵੇਲਿਆਂ ਨੂੰ ਝੋਲੀ 'ਚ ਚੁੱਕੀ ਰੱਖਣ ਦਾ ਕੀ ਫਾਇਦਾ ਬੰਦੇ ਨੂੰ ਅੱਗੇ ਵੀ ਸੋਚਣਾ ਚਾਹੀਦਾ ਹੈ ਰੱਜੋ ਦੀ ਇਸ ਗੱਲ ਉੱਤੇ ਕਨੀਜ਼ਾ ਨੂੰ ਜਿਵੇਂ ਇੱਕਦਮ ਕੋਈ ਖਿਆਲ ਸੁੱਜਿਆ ਹੋਵੇ ਜਾਂ ਸਦਮਾ ਜਾਂ ਖੁਸ਼ੀ ਉਹ ਇੱਕਦਮ ਖੁਸ਼ ਹੋ ਕੇ ਬੋਲੀ ਵਾਰ ਰੱਜੋ ਤੂੰ ਤੇ ਅੱਜ ਬਹੁਤ ਵੱਡੀ ਗੱਲ ਕਰ ਦਿੱਤੀ ਏ ਇਹ ਸੁਣ ਰੱਜੋ ਨੂੰ ਹੈਰਾਨੀ ਹੋਈ ਉਹ ਸਮਝ ਰਹੀ ਸੀ ਕਿ ਕਨੀਜ਼ਾ ਨੂੰ ਉਹਦੀ ਗੱਲ ਨਾਲ ਦੁੱਖ ਹੋਇਆ ਹੋਣਾ ਪਰ ਉਹ ਤੇ ਖੁਸ਼ ਏ ਰੱਜੋ ਥੋੜੀ ਜੀ ਮੁਸਕਰਾਈ ਜਿਵੇਂ ਆਪਣੀ ਗੱਲ ਉੱਤੇ ਮਾਣ ਕਰ ਰਹੀ ਹੋਵੇ ਤੇ ਬੋਲੀ ਬੀਬੀ ਜੀ ਮੈਂ ਤੇਵੇਂ ਇਵੇਂ ਜੀ ਗੱਲ ਕੀਤੀ ਏ ਕਨੀਜ਼ਾ ਆਖਿਆ ਨਹੀਂ ਰੱਜੋ ਤੇਰੀ ਗੱਲ ਠੀਕ ਹੈ ਜੋ ਹੋ ਗਿਆ ਸੋ ਹੋ ਗਿਆ ਲੰਗੇ ਵੇਲਿਆਂ ਨੂੰ ਸੀਨੇ ਨਾਲ ਲਾਈ ਫਿਰਨ ਦਾ ਕੋਈ ਫਾਇਦਾ ਨਹੀਂ ਪਰ ਜੇ ਲੰਗੇ ਵੇਲਿਆਂ ਦਾ ਗੰਧ ਅੱਜ ਵੀ ਬੂਹੇ ਅੱਗੇ ਖਿਲ ਰਿਹਾ ਹੋਵੇ ਤਾਂ ਸਾਫ਼ੀ ਕਰਨਾ ਪੈਂਦਾ ਹੈ ਲੰਗੇ ਵੇਲਿਆਂ ਦਾ ਗੰਧ ਤਾਂ ਸਾਡੇ ਅੰਦਰ ਤੀਕ ਵਿਛਿਆ ਹੋਇਆ ਹੈ ਉਹ ਗੰਧ ਸਾਡੀਆਂ ਪਿਛਲੀਆਂ نسلਾਂ ਤੇ ਬਰਬਾਦ ਕਰਦਾ ਹੀ ਰਿਹਾ ਹੈ ਮੈਨੂੰ ਤੇ ਅਗਲੀ نسل ਦੇ ਬਰਬਾਦ ਹੋਣ ਬਾਰੇ ਸੋਚ-ਸੋਚ ਕੇ ਹੌਲ ਉੱਠਦੇ ਨੇ ਸੋਚਣੀਆਂ ਜੇ ਅਜੇ ਵੀ ਧੜਵੀਆਂ ਦਾ ਖਿਲਾਰ ਜਾਂ ਗੰਧ ਅੱਜ ਵੀ ਸਾਫ਼ ਨਾ ਹੋਇਆ ਕਿਦਰੀ ਤਰਤੀ ਹੋਰ ਹਿਆਤੀ ਪੈਦਾ ਕਰਨ ਤੋਂ ਮੂੰਹ ਨਾ ਮੋੜ ਲੈ। ਹੁਣ ਦੀਵਾਰ ਰੱਜੋ ਨੂੰ ਖੌਰੇ ਪੂਰੀ ਤਰ੍ਹਾਂ ਸਮਝ ਆ ਗਈ ਸੀ ਬੁਲੀ ਚੰਗਾ ਏ ਜੇ ਤਰਤੀ ਹੋਰ ਕੋਈ ਹਿਆਤੀ ਪੈਦਾ ਨਾ ਕਰੇ। ਇਸ ਹਿਆਤੀ ਨੂੰ ਕੀ ਕਰਨਾ ਜਿਹੜੀ ਬੰਦੇ ਨੂੰ ਬੰਦੇ ਦਾ ਤੋੜਾ ਬਣਾ ਕੇ ਸਾਹ ਲੈਣ ਉੱਤੇ ਬਜਬੂਰ ਕਰ ਦਿੰਦੀ ਏ। ਰੱਜੋ ਦੀ ਇਸ ਗੱਲ ਉੱਤੇ ਕਨੀਜ਼ਾ ਝਟ ਗੌਰ ਨਾਲ ਰੱਜੋ ਵੱਲ ਵੇਖਿਆ ਤੇ ਫੇਰ ਆਖਿਆ ਨਹੀਂ ਰੱਜੋ ਮਾਇੂਸ ਨਹੀਂ ਹੋਣਾ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਹੋ ਸਕਦਾ ਕੋਈ ਇਹੋ ਜਿਹਾ ਢੋ ਲੱਗ ਜਾਏ ਜਿਹਦੇ ਨਾਲ ਧੜਵੀ ਤੇ ਧੜਵੀਆਂ ਦਾ ਖਿਲਾਰਿਆ ਗੰਧ ਸਾਫ਼ ਹੋ ਕੇ ਹਿਆਤੀ ਨੂੰ ਸਾਂਝੀ ਖੁਸ਼ੀ ਨਸੀਬ ਕਰ ਦੇਵੇ ਰੱਜੋ ਕਨੀਜ਼ਾ ਦੀਆਂ ਗੱਲਾਂ ਸੁਣ ਸੁਣ ਕੇ ਅੱਕ ਗਈ ਹੋਈ ਸੀ ਤੇ ਰੱਜੋ ਹੁਣ ਹੋਰ ਇਹੋ ਜਿਹੀਆਂ ਰੁੱਖੀਆਂ ਗੱਲਾਂ ਸੁਣਨ ਤੋਂ ਬਚਣਾ ਚਾਹੁੰਦੀ ਸੀ ਉਹਨੂੰ ਪਾਸਾ ਮੋੜਨ ਦਾ ਕੋਈ ਸਿਰਾ ਨਹੀਂ ਸੀ ਲੱਭ ਰਿਆ ਸੂਰਜ ਡੁੱਬਣ ਦੇ ਨੇੜੇ ਸੀ ਪਰ ਕਨੀਜ਼ਾ ਜਿਵੇਂ ਕਿਸੇ ਗਹਿਰੀ ਸੋਚ ਵਿੱਚ ਸੀ ਤੇ ਵਗਦੇ ਨਹਿਰ ਦੇ ਪਾਣੀ ਨੂੰ ਗੌਰ ਨਾਲ ਵੇਖੀ ਜਾ ਰਹੀ ਸੀ ਰਜੋ ਛਟ ਕਨੀਜ਼ਾ ਦੇ ਬਜਰਾ ਬਾਰੇ ਸੁਝਿਆ ਹੁਣ ਰਜੋ ਸੋਚਣ ਲੱਗ ਪਈ ਕਿ ਬਜਰਾ ਵਾਲੀ ਗੱਲ ਕਿਵੇਂ ਛੇੜੇ ਆਖਰ ਸੋਚ ਕੇ ਬੋਲੀ ਬੀਬੀ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿਹੜੀ ਗੱਲ ਮੈਂ ਪਹਿਲਾਂ ਹੀ ਮਾਫੀ ਮੰਗ ਲੈਣੀ ਹੈ ਰਜੋ ਹੱਥ ਜੋੜਦੇ ਆਂ ਕਿ ਨਾ ਰਜੋ ਨਾ ਇੰਜ ਨਾ ਕਰਿਆ ਕਰ ਮੈਂ ਤੇਰੇ ਤੋਂ ਕਦੀ ਵੀ ਨਿਰਾਜ਼ ਨਹੀਂ ਹੋਈ ਬੀਬੀ ਲੱਗੇ ਵਾਸਤੇ ਮੈਂ ਵੀ ਚਾਰਾ ਕਰਨੀ ਆ ਕਿ ਤੈਨੂੰ ਮੇਰੇ ਕੋਲੋਂ ਕੋਈ ਸ਼ਿਕਾਇਤ ਨਾ ਹੋਵੇ ਕਿਹੜੀ ਗੱਲ ਪੁੱਛਣ ਲੱਗੀ ਸੈਂ ਤੋਂ ਰਜੋ ਸਵਾਲ ਕਰਿਆ ਕਰ ਸਵਾਲ ਹੀ ਤੇ ਬੰਦੇ ਨੂੰ ਸਿੱਧੀਆਂ ਰਾਵਾਂ ਲੱਭਣ ਚ ਮਦਦ ਕਰਦੇ ਨੇ ਮੈਂ ਕੀ ਕਰਨੀਆਂ ਨੇ ਸਿੱਧੀਆਂ ਰਾਵਾਂ ਜੋ ਨਸੀਬ ਹੋਇਆ ਮਿਲ ਜਾਏਗਾ ਮੈਂ ਤੇ ਬਜਰਾ ਬਾਰੇ ਕੋਣ ਹੀ ਬਜਰਾ ਮੈਂ ਵੇਖਿਆ ਨਹੀਂ ਕਦੀ ਪਹਿਲੇ ਵੀ ਮੈਂ ਪੁੱਛਿਆ ਸੀ ਤੇ ਤੂੰ ਦੱਸਿਆ ਨਹੀਂ ਸੀ ਰੱਜੋ ਡਰਦੀ ਹੋਈ ਦਿਲ ਦੀ ਗੱਲ ਆਖੀ ਦਿੱਤੀ ਕਨੀਜ਼ਾ ਹੋਰ ਅਫਸਰ ਦਾ ਲੱਗਣ ਲੱਗ ਪਈ ਬੋਲੀ ਰੱਜੋ ਮੈਂ ਆਪ ਹੈਰਾਨਾ ਬਜਰਾ ਵਾਲਾ ਮਾਮਲਾ ਕੀ ਮੈਨੂੰ ਤੇ ਕੁਝ ਪਤਾ ਨਹੀਂ ਤੂੰ ਆਖਦੀ ਹੈਂ ਕਿ ਸੁੱਤੀ ਹੋਈ ਕਿਸੇ ਬਜਰਾ ਦਾ ਨਾਮ ਲੈਂਦੀ ਆਂ ਰੱਜੋ ਖੌਫ ਨਾਲ ਪੀਲੀ ਪੈ ਗਈ ਕਨੀਜ਼ਾ ਸਮਝਿਆ ਤੇ ਬੋਲੀ ਨਹੀਂ ਨਹੀਂ ਰਜੂ ਡਰਨਾ ਮੈਂ ਤੇਰੇ ਤੇ ਇਲਜ਼ਾਮ ਨਹੀਂ ਲਾ ਰਹੀ ਮੈਨੂੰ ਪੱਕਾ ਯਕੀਨ ਹੈ ਤੂੰ ਝੂਠ ਨਹੀਂ ਬੋਲਦੀ ਬਸ ਮੈਨੂੰ ਇੰਨਾ ਯਾਦ ਰਹਿੰਦਾ ਹੈ ਚਮਕਦਾ ਚੰਨ ਵੇਖ ਕੇ ਮੈਨੂੰ ਅਜੀਬ ਜਿਹਾ ਸੁਰੂ ਰੋਣ ਲੱਗ ਪੈਂਦਾ ਹੈ ਤੇ ਨੀਂਦ ਆ ਜਾਂਦੀ ਹੈ ਸੋਚਦੀ ਐਂ ਕਿ ਮੇਰੇ ਨਾਲ ਕਿਉਂ ਹੁੰਦਾ ਹੈ ਅਜੇ ਤੀਕ ਮੈਨੂੰ ਕੋਈ ਗੱਲ ਸਮਝ ਨਹੀਂ ਆ ਰਹੀਏ ਹੁਣ ਅੱਗੇ ਤੋਂ ਜੇ ਕਦੀ ਇੰਜ ਦੀ ਮੇਰੀ ਹਾਲਤ ਹੋਵੇ ਤਾਂ ਤੂੰ ਵੀ ਕਿਸੇ ਨੂੰ ਕੁਝ ਨਾ ਦੱਸੇ ਜਦੋਂ ਮੈਨੂੰ ਆਪ ਆਪਣੀ ਹਾਲਤ ਦੀ ਵਜ੍ਹਾ ਦੀ ਸਮਝ ਆ ਗਈ ਤਾਂ ਪਹਿਲੇ ਤੈਨੂੰ ਹੀ ਦੱਸਾਂਗੀ ਤੇਰੇ ਉੱਤੇ ਵੀ ਲਾਜ਼ਮ ਏ ਜੋ ਮੈਂ ਬੁੜਬੁੜਾਉਣੀ ਆ ਗੋਹ ਨਾਲ ਸੁਣ ਕੇ ਫਿਰ ਮੈਨੂੰ ਸੁਣਾਇਆ ਕਰੇਂਗੀ ਰੱਜੋ ਨੂੰ ਹੌਸਲਾ ਹੋਇਆ ਕਿ ਬੀਬੀ ਕਨੀਜ਼ਾ ਉਹਨੂੰ ਝੂਠੀ ਨਹੀਂ ਸਮਝਦੀ ਹੌਸਲਾ ਮਿਲਿਆ ਤੇ ਬੋਲੀ ਮੇਰੀ ਬੇਬੇ ਕਹਿੰਦੀ ਏ ਤੂੰ ਕੋਈ ਪੱਕੀ ਥਾਂ ਟੱਪਾਈਂ ਕਨੀਜ਼ਾ ਨੂੰ ਹਾਸਾ ਆ ਗਿਆ ਬੋਲੀ ਮੇਰੀ ਅੰਮਾ ਤੇ ਭੈਣਾ ਵੀ ਇਹੋ ਆਖਦੀਆਂ ਨੇ ਕਿ ਮੇਰੇ ਉੱਤੇ ਕਿਸੇ ਪੁਰਾਣੀ ਰੂਹ ਦਾ ਪਰਛਾਵਾਂ ਪੈ ਗਿਆ ਏ ਲੈ ਦੱਸ ਭਲਾ ਰੱਜੋ ਰੂਹਾਂ ਮੇਰੇ ਕੋਲੋਂ ਕੀ ਲੈਣਾ ਏ ਕਨੀਜ਼ਾ ਖੁੱਲ ਕੇ ਹੱਸੇ ਰੱਜੋ ਬੋਲੀ ਇਹ ਤੇ ਮੈਂ ਸੋਚਨੀ ਆ ਬੀਬੀ ਪਰ ਲੋਕ ਆਖਦੇ ਨੇ ਛੜਦੇ ਲੋਕਾਂ ਦੀਆਂ ਗੱਲਾਂ ਨੂੰ ਸ਼ਾਮ ਪੈਣ ਵਾਲੀ ਚੱਲ ਹੁਣ ਬਥੇਰਾ ਬੋਲਿਆਈ ਮੈਂ ਤੇਰਾ ਸਿਰ ਖਾਦਾਏ ਤੇ ਤੂੰ ਵੀ ਆਖਦੀ ਹੋਏਂਗੀ ਮੈਂ ਕੀ ਝਲ ਖਲਾਰ ਰਹੀ ਆ ਤੇਰਾ ਜੋ ਚੁੱਪ ਰਹੀ ਪਰ ਦਿਲ ਚ ਆਖਰੀ ਸੀ ਹੈ ਤੇ ਗੱਲ ਠੀਕ ਪਰ ਨੌਕਰ ਕੀ ਆਖ ਸਕਣੀ ਆ ਤੇ ਫਿਰ ਦੋਵੇਂ ਨਹਿਰ ਕੰਢੇ ਉੱਥੋਂ ਉੱਠ ਕੇ ਪਿੰਡ ਨੂੰ ਤੁਰ ਆਈਆਂ ਅੰਗ 7 ਨੂਰੇ ਨੁਖਤ ਕੁੰਨੀ ਲੱਗੀ ਹੋਈ ਸੀ ਕਿ ਕਿਹੜਾ ਵੇਲਾ ਹੋਵੇ ਨਸੀਬ ਤੇ ਫਰਾਦ ਨੂੰ ਨੰਬਰਦਾਰ ਵਾਜਦ ਦਾ ਸੁਨੇਹਾ ਦੇ ਕੇ अपना फर्ज पूरा ਕਰ ਲਵਾ ਪਰ ਜਦੋਂ ਦਾ ਨੂਰਾ ਬਸਤੀ ਚ ਦਾਖਲ ਹੋਇਆ ਨਸੀਬ ਤੇ ਫਰਾਦ ਨਾਲ ਮੇਲ ਨਹੀਂ ਸੀ ਹੋ ਰਿਹਾ ਉਹ ਦੋਵੇਂ ਭਰਾ ਦਿਹਾੜੀ ਦੱਪੇ ਲਈ ਨਿਕਲੇ ਸਨ ਤੇ ਸ਼ਾਮ ਹੋਵਨ ਤੱਕ ਨੂਰਾ ਉਹਨਾਂ ਦੇ ਘਰਾਂ ਵੱਲ ਕਈ ਚੱਕਰ ਵੀ ਲਾ ਬੈਠਾ ਸੀ ਛੋਟੇ ਅਹੀਬ ਨਾਲ ਗੱਲ ਕਰਨ ਦਾ ਫਾਇਦਾ ਕੋਈ ਨਜ਼ਰ ਨਹੀਂ ਸੀ ਆ ਰਿਹਾ ਵੱਡੇ ਦੋਵਾਂ ਦਾ ਵਿਸਾਹ ਕੋਈ ਨਹੀਂ ਕਿਹੜੇ ਵੇਲੇ ਘਰ ਨੂੰ ਪਰਤਣ ਹੋ ਸਕਦਾ ਹੈ ਰਾਤ ਹੀ ਕੋਈ ਕੰਮ ਕਰਨ ਲਈ ਬਾਹਰ ਹੀ ਰਹਿ ਜਾਣ ਅਖੀਰ ਸੋਚ-ਸੋਚ ਕੇ ਨੂਰਾ ਨਸੀਬ ਦੇ ਘਰ ਵੱਲ ਗਿਆ ਤੇ ਨਾਲ ਹੀ ਫਰਾਦ ਦਾ ਘਰ ਸੀ ਬਾਲ ਸਾਰੇ ਸੁੱਤੇ ਪਏ ਸਨ ਉਸ ਮਿੱਤਰਾ ਤੇ ਪ੍ਰਵੀਨ ਨੂੰ ਘਰ ਦੇ ਕੋਨੇ 'ਚ ਬੁਲਾ ਕੇ ਦੱਸਿਆ ਕਿ ਨੰਬਰਦਾਰ ਵਾਜਦ ਦੀ ਹਮਾਇਤ ਤੇ ਮਦਦ ਵਾਲੀ ਗੱਲ ਸੁਣ ਕੇ ਮਿੱਤਰਾ ਤੇ ਪ੍ਰਵੀਨ ਹੈਰਾਨ ਹੋਈਆਂ ਤੇ ਖੁਸ਼ ਹੋਈ ਨੂਰੇ ਤਸੱਲੀ ਦਿੱਤੀ ਹੁਣ ਤੁਹਾਨੂੰ ਕਿਸੇ ਭੈੜ 'ਚ ਪੈਣ ਦੀ ਕੋਈ ਲੋੜ ਨਹੀਂ ਰਹੀ ਨੰਬਰਦਾਰ ਪਿੰਡ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦਾ ਹੈ ਪਰ ਉਸ ਪੱਕੀ ਕੀਤੀ ਹੈ ਨਸੀਬ ਤੇ ਫਰ੍ਹਾਦ ਵਾਸਤੇ ਕਿ ਕੋਈ ਵੀ ਕਦਮ ਚੁੱਕਣ ਤੋਂ ਪਹਿਲੇ ਉਹਨੂੰ ਜਾ ਕੇ ਮਿਲ ਲੈਣ ਨੰਬਰਦਾਰ ਦੀ ਤਾਰੀਫ਼ ਕਰਕੇ ਨੂਰਾ ਉੱਠ ਗਿਆ ਨੰਬਰਦਾਰ ਅਜੇ ਰਾਤੀ ਵਾਪਸ ਇਸਲਾਮਾਬਾਦ ਨਾ ਜਾਣਾ ਹੁੰਦਾ ਤਾਂ ਨੂਰਾ ਆਪਣਾ ਫਰਜ਼ ਪੂਰਾ ਕਰਨ ਦੀ ਕਹਾਣੀ ਨੰਬਰਦਾਰ ਨੂੰ ਜ਼ਰੂਰ ਜਾ ਕੇ ਸੁਣਾਉਂਦਾ ਤੇ ਸ਼ਾਬਾਸ਼ ਲੈਂਦਾ ਨੰਬਰਦਾਰ ਵਾਜਦ ਇਸਲਾਮਾਬਾਦ ਜਾਣ ਤੋਂ ਪਹਿਲਾਂ ਆਪਣੀ ਮਾਂ ਨੂੰ ਪੱਕੀ ਕੀਤੀ ਕਿ ਕਨੀਜ਼ਾ ਨੂੰ ਇਕੱਲਿਆਂ ਬਾਹਰ ਨਾ ਜਾਣ ਦਿਆ ਕਰੇ ਮੈਂ ਸੁਣਿਆ ਉਹ ਨਹਿਰ ਕੰਢੇ ਬੈਠੀ ਵਗਦੇ ਪਾਣੀ ਨੂੰ ਵੇਖਦੀ ਹੈ ਮੈਨੂੰ ਡਰ ਹੈ ਜੇ ਉੱਥੇ ਦੌਰਾ ਪੈ ਗਿਆ ਤੇ ਕਨੀ ਬਾ ਡੁੱਬ ਕੇ ਨਾ ਮਰ ਜਾਏ ਨਾਲੇ ਵੀ ਪੱਕੀ ਕੀਤੀ ਕਿ ਕਨੀਜ਼ਾ ਨੂੰ ਕੋਈ ਕਿਤਾਬ ਜਾਂ ਰਸਾਲਾ ਜਾਂ ਅਖਬਾਰ ਨਾ ਪੜਨ ਦਿੱਤਾ ਜਾਏ ਬਹੁਤ ਭੜਨ ਨਾਲ ਵੀ ਦਿਮਾਗ ਫਿਰ ਜਾਂਦਾ ਹੈ ਕਦੀ ਕਦੀ ਤਾਲੀਮ ਪੁੱਠੀ ਵੀ ਪੈ ਜਾਂਦੀ ਹੈ ਕਨੀਜ਼ਾ ਦੀ ਮਾਂ ਚਾਹੁੰਦੀ ਸੀ ਕਿ ਕਨੀਜ਼ਾ ਵਾਸਤੇ ਕੋਈ ਰਿਸ਼ਤਾ ਲੱਭ ਕੇ ਵਿਆਹ ਦਿੱਤੀ ਜਾਏ ਨੰਬਰਦਾਰ ਵਾਜਿਦਾ ਖਿਆਲ ਸੀ ਕਿ ਜਦ ਤੱਕ ਕਨੀਜ਼ਾ ਸਿਹਤਮੰਦ ਨਹੀਂ ਹੋ ਜਾਂਦੀ ਰਿਸ਼ਤਾ ਲੱਭਣ ਚ ਬਦਨਾਮੀ ਹੋ ਸਕਦੀ ਹੈ ਕਨੀਜ਼ਾ ਦੀ ਮਾਂ ਨੂੰ ਕਨੀਜ਼ਾ ਦੀ ਬਿਮਾਰੀ ਦੇ ਫਿਕਰ ਰਾਤ ਦੀਆਂ ਨੀਂਦਰਾਂ ਉਡਾ ਦਿਤੀਆਂ ਸਨ ਰਾਤ ਆਪਣੇ ਕਮਰੇ 'ਚ ਲੰਮੀ ਪਈ ਕਨੀਜ਼ਾ ਗਹਿਰੀ ਸੋਚਾਂ ਵਿੱਚ ਹੈ ਉਹਨੂੰ ਹੈਰਾਨੀ ਹੋ ਰਹੀ ਹੈ ਕਿ ਸਾਰੇ ਆਖਦੇ ਨੇ ਮੈਨੂੰ ਦੌਰਾ ਪੈਂਦਾ ਤੇ ਡਾਕਟਰ ਸਦੀਕੀ ਨੂੰ ਬੁਲਾਇਆ ਗਿਆ ਉਹ ਸੋਚਦੀ ਜੇ ਮੈਂ ਸੱਚਮੁੱਚ ਬਿਮਾਰ ਹਾਂ ਤਾਂ ਫਿਰ ਇਸ ਬਿਮਾਰੀ ਦਾ ਮੈਨੂੰ ਪਤਾ ਕਿਉਂ ਨਹੀਂ ਲੱਗ ਰਿਹਾ ਰੱਜੋ ਤੇ ਨਕਲ ਕਰਕੇ ਵੀ ਵਿਖਾ ਦਿਤੀ ਹੈ ਤੇ ਰੱਜੋ ਦਾ ਖਿਆਲ ਆਉਂਦੀ ਹੈ ਕਨੀਜ਼ਾ ਮੁਸਕਰਾ ਪਈ ਕਮਾਲ ਦੀ ਅਦਾਕਾਰੀ ਕਰ ਲੈਂਦੀ ਹੈ ਰੱਜੋ ਜੇ ਕਦੀ ਰੱਜੋ ਨੂੰ ਉਹ ਮਾਹੌਲ ਤੇ ਮੌਕਾ ਮਿਲਦਾ ਤਾਂ ਬੜੀ ਨਾਮ ਵਾਲੀ ਤੇ ਕਾਮਯਾਬ ਅਦਾਕਾਰਾ ਹੋਣੀ ਸੀ ਕਨੀਜ਼ਾ ਨੂੰ ਅਫਸੋਸ ਹੋਇਆ ਸਾਡੀ ਧਰਤੀ ਦੀ ਕੁੱਖ ਵਿੱਚੋਂ ਪੈਦਾ ਹੋਣ ਵਾਲੀ ਜਹਾਲਤ ਵੀ ਕੋਈ ਨਹੀਂ ਘਾਟੇ ਤੇ ਇਸ ਜਹਾਲਤ ਕੋਲੋਂ ਕੰਮ ਲੈਣਦੀ ਲੋਭਾਂ ਤੇ ਮਾਲਮਾਰਾਂ ਨੂੰ ਜਹਾਲਤ ਹੀ ਵਾਰਾ ਖਾਂਦੀ ਕਨੀਜ਼ਾ ਆਪਣੇ ਆਗੂਆਂ ਤੇ ਪ੍ਰਧਾਨਾਂ ਦੀ ਨਿੰਦਿਆ ਕੀਤੀ ਮਾਇੂਸ ਹੋਈ ਉਹਦੀਆਂ ਸੋਚਾਂ ਫੇਰ ਆਪਣੇ ਆਪ ਬਾਰੇ ਹੋ ਗਈਆਂ ਉਹ ਆਪਣੇ ਦੌਰੇ ਬਾਰੇ ਗਵੇੜ ਲਾਉਣਾ ਚਾਹੁੰਦੀ ਸੀ ਕਿ ਦੌਰਾ ਪੈਂਦਾ ਏ ਤੇ ਮੈਨੂੰ ਕਿਉਂ ਮਾਲੂਮ ਨਹੀਂ ਹੁੰਦਾ ਉਹਨੇ ਯਾਦ ਕੀਤਾ ਉਸ ਰਾਤ ਛੱਤ ਉੱਤੇ ਜਾ ਕੇ ਉਹਨੂੰ ਚੰਨ ਤੇ ਚੰਨ ਦੀ ਚਾਨਣੀ ਬੜੀ ਚੰਗੀ ਲੱਗੀ ਸੀ ਚੰਨ ਵੇਖਦਿਆਂ ਹੀ ਉਹਨੂੰ ਨੀਂਦਰ ਆ ਗਈ ਬਸ ਹੈਰਾਨ ਸੀ ਇਹ ਕਿ ਮਾਮਲਾ ਏ ਮੇਰੀ ਨੀਂਦਰ ਦੂਜਿਆਂ ਨੂੰ ਦੋ ਦੌਰਾ ਲੱਗਦੀਏ ਰੱਜੋ ਆਖਦੀ ਐ ਮੈਂ ਆਪਣੇ ਆਪ ਹੀ ਇਕੱਲੀ ਗੱਲਾਂ ਕਰ ਰਹੀ ਸਾਂ ਕਿਸੇ ਬਜਰਾ ਦਾ ਨਾਂ ਲੈਂਦੀ ਸੀ ਕਨੀਜ਼ਾ ਨੂੰ ਚਿੰਤਾ ਹੋਈ ਇਹ ਬਜਰਾ ਕੌਣ ਹੈ ਕਦੋਂ ਮੇਰੀ ਹਿਆਤੀ ਚ ਆਇਆ ਉਹਨੂੰ ਖਿਆਲ ਆਇਆ ਉਸ ਰਾਤ ਤੋਂ ਪਹਿਲੇ ਬਸਤੀ ਚ ਰੱਜੋ ਨਾਲ ਘਾਰ ਤੇ ਜਦੋਂ ਗਈ ਸਾਂ ਉਦੋਂ ਹਬੀਬ ਮਿਲਿਆ ਸੀ ਪੜ੍ਹਾਈ ਦਾ ਪੁੱਛਿਆ ਸੀ ਨਾ ਮੇਰੀ ਨਜ਼ਰਾਂ ਚ ਕੋਈ ਹੋਰ ਗੱਲ ਸੀ ਨਾ ਉਹਦੀਆਂ ਨਜ਼ਰਾਂ ਚ ਉਹਦੀਆਂ ਨਜ਼ਰਾਂ ਚ ਤੇ ਤੰਜ਼ ਦੀ ਚਮਕ ਸੀ ਉਹ ਮੈਨੂੰ ਧੜਵੀ ਟੋਲੀ ਦਾ ਹਿੱਸਾ ਸਮਝਦਾ ਉਦੀ ਗੱਲ ਤੇ ਠੀਕ ਏ ਹਾਂ ਤੇ ਮੈਂ ਵੀ ਧਾੜਵੀ ਲਹੂ ਪਰ ਉਹ ਨਹੀਂ ਜਾਣਦਾ ਕਿ ਮੈਂ ਆਪਣੀ ਢਾਣੀ ਨਾਲ ਨਫ਼ਰਤ ਕਰਨੀ ਆ ਫਿਰ ਇੱਕਦਮ ਜਿਵੇਂ ਕਨੀਜ਼ਾ ਦੇ ਦਿਮਾਗ 'ਚ ਖਿਆਲ ਉੱਭਰਿਆ ਕਿ ਮੇਰੀ ਤੇ ਹਬੀਬ ਦੀ ਧਾੜਵੀਆਂ ਨਾਲ ਨਫ਼ਰਤ ਦੀ ਸਾਂਝ ਦਾ ਨਤੀਜਾ ਤੇ ਮੇਰੀ ਬਿਮਾਰੀ ਦਾ ਸਬਬੇ ਨਹੀਂ ਨਹੀਂ ਹਬੀਬ ਬਾਰੇ ਇੰਜ ਨਹੀਂ ਸੋਚਿਆ ਜਾ ਸਕਦਾ ਫਿਰ ਮੇਰੀ ਬਿਮਾਰੀ ਦਾ ਸਬਬ ਕੀ ਕਨੀਜ਼ਾ ਸੋਚਦੀ ਰਹੀ ਤੇ ਸੋਚਦੀ ਰਹੀ ਉਹ ਆਪਣੇ ਪਿਛਲੇ 8-10 ਦਿਨਾਂ 'ਚ ਕੀਤੇ ਕੰਮਾਂ ਤੇ ਗੱਲਾਂ ਬਾਰੇ ਗੌਰ ਕਰਨ ਲੱਗ ਪਈ। ਰੱਜੋ ਨਾਲ ਨਹਿਰ ਵੇਲੇ ਹੋਈਆਂ ਗੱਲਾਂ ਦਾ ਉਸੇ ਟੱਕੜਿਆ ਕਿ ਰੱਜੋ ਨਾਲ ਆਮਲੀ ਗੱਲਾਂ ਕਰਨਾ ਹੀ ਮੇਰੇ ਝਲਪੁਣੇ ਦਾ ਨਤੀਜਾ ਹੈ। ਭਲਾਂਪੜ ਤੇ ਕਿਸਮਤ ਤੇ ਸ਼ੁਕਰ ਕਰਨ ਵਾਲੀ ਰੱਜੋ ਮੇਰੀਆਂ ਗੱਲਾਂ ਨੂੰ ਕੀ ਸਮਝ ਸਕਦੀ ਹੈ? ਨਾ ਹੀ ਧੜਵੀ ਨਸਲ ਨੇ ਕਿਸੇ ਨੂੰ ਸੋਚਣ ਸਮਝਣ ਦੇ ਕਾਬਲ ਛੱਡਿਆ ਹੈ। ਦਿਨ ਰਾਤ ਮੌਲਵੀ ਰੇਡੀਓ, ਟੀਵੀ ਤੇ ਅਖਬਾਰ ਝੂਠੀਆਂ ਕਹਾਣੀਆਂ ਘੜ ਘੜ ਕੇ ਲੋਕਾਂ ਦੇ ਜ਼ਹਿਨ ਤੂੜੀਲੇ ਗੋਦਾਮ ਬਣਾ ਛੱਡੇ ਨੇ ਭਲਾ ਮੈਂ ਇੱਕ ਇਕੱਲੀ ਜਹਾਲਤ ਭਰੇ ਗੋਦਾਮ ਕੇ ਵਿੱਚ ਸਾਫ਼ ਕਰ ਸਕਨੀ ਆ ਖੌਰੇ ਮੇਰੀ ਇਹ ਬਿਮਾਰੀ ਇਹੀ ਕਾਰਨ ਹੋਵੇ ਕਿ ਮੈਂ ਅਨਿਆਂ ਵੇਖੀ ਘੁੱਦੀ ਰਹਿਣੀ ਆ ਕੁਝ ਕਰ ਨਹੀਂ ਸਕਦੀ ਬੜੀ ਦੇਰ ਤਿੱਕਰ ਕਨੀਜ਼ਾ ਆਪਣੇ ਆਪਣੇ ਮਾਹੌਲ ਤੇ ਆਪਣੀ ਬਿਮਾਰੀ ਬਾਰੇ ਸੋਚਦੀ ਰਹੀ ਉਹਨੂੰ ਗੁੱਸਾ ਤੇ ਚਿੰਤਾ ਇਸ ਗੱਲ ਤੇ ਸੀ ਕਿ ਜਦ ਦੌਰਾ ਪੈਂਦਾ ਉਹਨੂੰ ਕਿਉਂ ਪਤਾ ਨਹੀਂ ਲੱਗਦਾ ਆਖਰ ਸੋਚ-ਸੋਚ ਕੇ ਕਨੀਜ਼ਾ ਇਰਾਦਾ ਕਰ ਲਿਆ ਕਿ ਪਿਛਲੇ ਮਹੀਨੇ ਚ ਹੋਈਆਂ ਗੱਲਾਂ ਕੀ ਆਪਣੀ ਸਿਹਰ ਦੇ ਹਾਲਾਤ ਤੇ ਵਾਕਿਆ ਨੂੰ ਲਿਖ ਲਵੇ ਉਹ ਖਿਆਲ ਕਰ ਰਹੀ ਸੀ ਹੋ ਸਕਦਾ ਡਾਇਰੀ ਲਿਖਣ ਨਾਲ ਬਜਰਾ ਤੇ ਬਿਮਾਰੀ ਬਾਰੇ ਕੋਈ ਸਿਰਾ ਲੱਭ ਜਾਵੇ ਕਨੀਜ਼ਾ ਡਾਇਰੀ ਲਿਖਣ ਲਈ ਜੇ ਕਲਮ ਫੜੀ ਸੀ ਕੇ ਮਾਂ ਦਾਖਲ ਹੋਈ ਉਹਨੇ ਆਉਂਦਿਆਂ ਹੀ ਆਪਣੀ ਚਿੰਤਾ ਦੱਸੀ ਕਿ ਤੂੰ ਅਜੇ ਤੱਕ ਜਾਗਨੀ ਹੈ ਕਨੀਜ਼ਾ ਅਕਤਾਈ ਚ ਜਵਾਬ ਦਿੰਦੇ ਆਖੇ ਮੈਂ ਸੌਂ ਨਹੀਂ ਲੱਗੀ ਆ ਬਹੁਤੀ देर ਨਾਲ ਜਾਗਿਆ ਕਰਦੀ ਏ ਤੇਰੀ ਤਬੀਅਤ ਅੱਗੇ ਠੀਕ ਨਹੀਂ ਅੰਮਾ ਨੇ ਆਪਣੀ ਫਿਕਰ ਦੱਸੀ ਕੁਝ ਨਹੀਂ ਅੰਮੀ ਮੈਨੂੰ ਤੁਸੀਂ ਕਾਹਨੂੰ ਫਿਕਰ ਕਰਦੇ ਹੋ ਇਹ ਬਜਰਾ ਕੌਣ ਹੈ ਮਾਂ ਇੱਕਦਮ ਸਵਾਲ ਕਰ ਦਿੱਤਾ ਤੇ ਕਨੀਜ਼ਾ ਇੱਕਦਮ ਮਾਂ ਵੱਲ ਵੇਖਿਆ ਤੇਰੀ ਬਦਨਾਮੀ ਤੋਂ ਡਰਨੀ ਹੈ ਮੈਨੂੰ ਦੱਸ ਕੌਣ ਬਜਰਾ ਅੰਮੀ ਮੈਂ ਮੈਂ ਪਹਿਲੇ ਵੀ ਦੱਸਿਆ ਸੀ ਕਿ ਮੈਂ ਕਿਸੇ ਬਜਰਾ ਨੂੰ ਨਹੀਂ ਜਾਣਦੀ ਸੋ ਮੈਂ ਤੇ ਆਪ ਪਰੇਸ਼ਾਨ ਆਈ ਬਜਰਾ ਹੈ ਕਿ ਬਲਾ ਜਿਹਦੀ ਮੈਨੂੰ ਗੁੱਸੂਗ ਨਹੀਂ ਪੈ ਰੀ ਮਾਂ ਨਰਮੀ ਨਾਲ ਆਖਿਆ ਤੇ ਸਮਝਾਇਆ ਤੇਰੇ ਭਰਾ ਵਾਜਦ ਨੂੰ ਤੇਰੇ ਬਾਰੇ ਬੜੀ ਫਿਕਰ ਹੈ ਗੁੱਸੇ ਚ ਆ ਕੇ ਕੁਝ ਵੀ ਕਰ ਸਕਦਾ ਹੈ ਮੈਂ ਚਾਹਨੀ ਆ ਗੱਲ ਖਿਲਰੇ ਨਾ ਤੇਰੇ ਭਰਾ मां दी गल ਟੋਕੇ ਕਨੀਜ਼ਾ ਬੋਲੀ ਤੇਰੇ ਭਰਾ ماں ਦੀ ਗੱਲ ਟੋਕੇ ਕਨੀਜ਼ਾ ਬੋਲੀ ਅਮੀ ਮੇਰੇ ਕੋਲ ਕੋਈ ਗੱਲ ਨਹੀਂ ਧੜ ਵੀ ਕੀ ਸੋਚਦੇ ਨੇ ਜਾਨੀਆ ਮੈਂ ماں ਨੂੰ ਪਹਿਲੇ ਬਜਰਾ ਦੀ ਫਿਕਰ ਸੀ ਤੇ ਹੁਣ ਧੜ ਵੀ ਸੁਣ ਕੇ ਹੈਰਾਨ ਹੋਈ ਤੇ ਇਸੇ ਹੈਰਾਨੀ ਵਿੱਚ ਯੋ ਕਨੀਜ਼ਾ ਦੀ ਨਰਾਜ਼ ਸੂਰਤ ਵੇਖ ਕੇ ਕਮਰੇ ਚੋਂ ਬਾਹਰ ਚਲੀ ਗਈ ماں ਦੇ ਜਾਣ ਮਗਰੋਂ ਕਨੀਜ਼ਾ ਡਾਇਰੀ ਫੜ ਕੇ ਲਿਖਣ ਲੱਗ ਪਈ ਪਿਛਲੇ ਦਿਨਾਂ 'ਚ ਜਿਹੜੀਆਂ ਗੱਲਾਂ ਉਸ ਰੱਜੋ ਨਾਲ ਕੀਤੀਆਂ ਸਨ ਉਨਾ ਗੱਲਾਂ ਤੇ ਰੱਜੋ ਦੇ ਤਾਸੁਰ ਵੇਰਵੇ ਨਾਲ ਲਿਖੇ ਤੇ ਆਪਣੇ ਬਾਰੇ ਵੀ ਲਿਖਿਆ ਕਿ ਮੈਂ ਹੀ ਨਾ ਸਮਝਾਂ ਜਿਹੜੀਆਂ ਨਾ ਸਮਝੀਆਂ ਨਾਲ ਗੱਲਾਂ ਕਰਕੇ ਆਪਣੇ ਆਪ ਨੂੰ ਹਵਾ ਕਰਨੀ ਆ ਆਪਣੇ ਬਾਰੇ ਕਨੀਜ਼ਾ ਇਹ ਵੀ ਲਿਖਿਆ ਕਿ ਮੈਂ ਆਪਣੀਆਂ ਗੱਲਾਂ ਹੋਰ ਕੀ ਦੇ ਨਾਲ ਕਰਾਂ ਯੂਨੀਵਰਸਿਟੀ ਚ ਪੜ੍ਹਦਿਆਂ ਤਾਂ ਉਸਤਾਦਾਂ ਨਾਲ ਜਾਂ ਦੂਜੇ ਪੜਾਕੂਆਂ ਨਾਲ ਇਲਮੀ ਬਹਿਸ ਹੋ ਜਾਇਆ ਕਰਦੀ ਸੀ ਪਰ ਇੱਥੇ ਤੇ ਕੋਈ ਹੰਗੂਰਾ ਭਰਨ ਵਾਲਾ ਵੀ ਨਹੀਂ ਹੋ ਸਕਦਾ ਮੇਰੀ ਇਹ ਬੇਬਸੀ ਕਿਸੇ ਬਜਰਾ ਨੂੰ ਪੁਕਾਰ ਰਹੀ ਹੋਵੇ ਫਿਰ ਇੱਕਦਮ ਕਨੀਜ਼ਾ ਨੂੰ ਖਿਆਲ ਆਇਆ ਲਫ਼ਜ਼ ਬਜਰਾ ਤੇ ਬਣ ਗਿਆ ਰਾਤ ਨੂੰ ਯਾਨੀ ਜੰਗਲ ਵਾਲਾ ਸਾਡੇ ਲੋਕ ਗੀਤ ਵਿੱਚ ਤੇ ਬਜਰਾ ਲਾੜੇ ਨੂੰ ਆਖਦੇ ਨੇ ਜਿਵੇਂ ਬਜਰਾ ਉਮਰਾ ਸਾਰਿਆਂ ਜੇ ਮੱਥੇ ਤੇ ਚਮਕਣ ਵਾਲ ਮੇਰੇ ਬਜਰੇ ਦੇ ਉਹ ਸੋਚਣ ਲੱਗ ਪਈ ਲਾੜਾ ਜੰਗਲ ਵਾਲਾ ਹੀ ਕਿਉਂ ਕੀ ਮਤਲਬ ਹੋਇਆ ਜੰਗਲੀ ਨਾਲ ਮੁਹੱਬਤ ਪੂਰੇ ਸਮਾਜ ਦੀ ਕਨੀਜ਼ਾ ਨੂੰ ਹੈਰਾਨੀ ਹੋਈ ਜੰਗਲੀ ਦੀ ਕੀ ਅਹਿਮੀਅਤ ਹੈ ਕਿਉਂ ਫਿਰ ਕਨੀਜ਼ਾ ਨੂੰ ਸਭ ਕੁਝ ਯਾਦ ਆ ਗਿਆ ਕਿ ਇਸ ਧਰਤੀ ਦੀ ਤਾਰੀਖ ਪੜ੍ਹਦਿਆਂ ਪਤਾ ਲੱਗਾ ਕਿ ਬਾਗੀ ਸਾਡੀ ਧਰਤੀ ਦਾ ਹੀਰੋ ਤੇ ਲੜਾ ਰਿਹਾ ਏ ਉਸੇ ਦੇ ਗੀਤ ਜਦ ਜਾਂਦੇ ਨੇ ਤੇ ਯਾਦ ਰੱਖਿਆ ਜਾਂਦਾ ਪਰ ਮੈਂ ਤੇ ਕਿਸੇ ਜੰਗਲੀ ਜਾਂ ਲੜੇ ਨੂੰ ਨਹੀਂ ਜਾਣਦੀ ਫਿਰ ਬਜਰਾ ਤਾਂ ਮੇਰੇ ਨਾਲ ਕੀਤਾ ਲਖੇ ਸੋਚਦਿਆਂ ਕਨੀਜ਼ਾ ਨੂੰ ਨੀਂਦਰ ਆ ਰਹੀ ਸੀ ਉਹ ਲਿਖਣਾ ਛੱਡ ਕੇ ਸੌਂ ਗਈ ਅੰਗ 8ਵਾਂ ਹੁਸੈਨ ਫਕੀਰੀਆ ਦੀ ਤਬੀਅਤ ਖਰਾਬ ਹੋਈ ਤਾਂ ਉਸ ਮੰਜੀ ਮੰਨ ਲਈ। ਤਾਪ ਤੇਜ਼ ਹੋ ਗਿਆ। ਹਬੀਬ ਨੇ ਪਿਓ ਦੀ ਤਬੀਅਤ ਖਰਾਬ ਵੇਖ ਕੇ ਕਾਲਜਾਂ ਤੋਂ ਛੁੱਟੀ ਕਰ ਲਈ। ਫਕੀਰੀਆ ਨੂੰ ਲੈ ਕੇ ਅੱਡੇ ਤੇ ਡਾਕਟਰ ਕੋਲ ਦਵਾਈ ਵਾਸਤੇ ਲੈ ਗਿਆ। ਡਾਕਟਰ ਤਸੱਲੀ ਦਿੱਤੀ ਫਿਕਰ ਚਿੰਤਾ ਵਾਲੀ ਕੋਈ ਗੱਲ ਨਹੀਂ ਮੌਸਮੀ ਬੁਖਾਰ ਹੈ। ਸ਼ਾਂਤ ਹੀ ਕਰ ਉਤਰ ਜਾਏਗਾ। ਦਵਾਈ ਵੇਲੇ ਨਾਲ ਦਿੰਦੇ ਰਹਿਣਾ ਜੀ। ਤੇ ਨਾਲ ਹੀ ਡਾਕਟਰ ਨੇ ਕੁਝ ਪਰਹੇਜ਼ ਤੇ ਕੁਝ ਖਾਣੇ 'ਚ ਖਿਚੜੀ ਵਗੈਰਾ ਦਾ ਆਖਿਆ ਹਬੀਬ ਘਰ ਆ ਕੇ ਫਕੀਰੀਆ ਨੂੰ ਪਹਿਲੀ ਖੁਰਾਕ ਦਵਾਈ ਦੀ ਖਵਾਈ ਤੇ ਬکریاں ਵਾਸਤੇ ਬਾਹਰ ਪੱਠੇ ਵਡਣ ਚਲਾ ਗਿਆ ਮਗਰੋਂ ਫਕੀਰੀਆ ਕੂਕੜੇ ਨੂੰ ਆਖਿਆ ਹਬੀਬ ਨੇ ਐਵੇਂ ਪੜ੍ਹਾਈ ਤੋਂ ਛੁੱਟੀ ਕਰ ਲਈਏ 12 ਵਜੇ ਤੀ ਕਰਤਾਪ ਦਾ ਜ਼ੋਰ ਘੱਟ ਹੀ ਜਾਣਾ ਸੀ ਤੇ ਮੈਂ ਆਪ ਹੀ ਪੱਠੇ ਲੈ ਆਉਂਦਾ ਬکریاں ਵਾਸਤੇ ਤੈਨੂੰ ਆਰਾਮ ਕਰਨਾ ਪਿਆ ਏ ਤੇ ਅੱਕ ਗਿਆ ਏ ਕੁਝ ਨਹੀਂ ਹੁੰਦਾ ਇੱਕ ਇੱਕ ਦਿਨ ਦੀ ਛੁੱਟੀ ਨਾਲ ਕੂਕੜੇ ਤਸੱਲੀ ਦਿੱਤੀ ਫਕੀਰੀਆ ਦਾ ਖਿਆਲ ਸੀ ਕੂਕੜੇ ਸਾਡੀ ਜਿਵੇਂ ਜਿਵੇਂ ਤਿਵੇਂ ਕਰਕੇ ਗੁਜ਼ਰ ਗਈ ਏ חబీב ਨੂੰ ਚੰਗੀ ਹਿਆਤੀ ਹੰਡਾਉਣੀ ਨਸੀਬ ਹੋਣੀ ਚਾਹੀਦੀ ਏ ਮੈਂ ਤੇ ਨਸੀਬ ਤੇ ਫਰਾਦ ਨੂੰ ਵੀ ਸਕੂਲੇ ਪਾਇਆ ਸੀ ਉਹ ਬਦ ਕਿਸਮਤ ਪੜ੍ਹੇ ਹੀ ਨਹੀਂ ਬੜਾ ਜ਼ੋਰ ਲਾਇਆ ਸੀ ਮੈਂ ਤੇ ਫਕੀਰੀਆ ਵੱਡੇ ਪੁੱਤਰਾਂ ਦੇ ਅਨਪੜ੍ਹ ਰਹਿ ਜਾਣ ਤੇ ਅਫਸੋਸ ਕਰਨ ਲੱਗ ਪਿਆ ਹੁਣ ਦੀ ਵਾਰ ਕੂਕਣੇ ਜ਼ਰਾ ਸਖਤੀ ਨਾਲ ਲਾਖਿਆ ਹੁਣ ਉਹ ਆਪਣੀਆਂ ਬੋਟੀਆਂ ਕੋਲੋਂ ਸਬਕ ਪੜ੍ਹਨ ਲੱਗ ਪਏ ਨੇ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਔਲਾਦ ਜੋ ਹੋਈ ਕੂਕਣੇ ਖਾਂਦੀ ਪੀਂਦੀ ਹੱਸਦੀ ਵਜਦੀ ਸੋਹਣੀ ਲੱਗਦੀ ਏ ਉਹ ਜਾਣੇ ਜੇ ਸਾਡੇ ਨਾਲ ਚੰਗਾ ਵਰਤਾਰਾ ਨਹੀਂ ਕਰਦੇ ਤਾਂ ਨਾ ਕਰਨ। ਸਗੋਂ ਆਪਣੀ ਔਲਾਦ ਨੂੰ ਪੜ੍ਹਾਉਣ ਲਿਖਾਉਣ। ਕੂਕਣੇ ਐਵੇਂ ਆਪਣੀ ਮਾਰੀ ਜਾਨੀ। ਉਹ ਕਿਸੇ ਦੀ ਸੁਣਦੇ ਮੰਦੇ ਹੋਣ ਤਾਂ ਕਿਸੇ ਪਾਸੇ ਲੱਗਣ। ਕੂਕਣੇ ਫਕੀਰੀਆ ਦੀ ਮੰਜੀ ਉੱਤੇ ਬਹਿ ਕੇ ਉਹਦਾ ਉਹਦਾ ਜੁੱਸਾ ਤੇ ਸਿਰ ਦਬਾਉਣ ਲੱਗ ਪਈ। ਕੂਕਣੇ ਦੀ ਮੁਠੀ ਭਰਨ ਨਾਲ ਫਕੀਰੀਆ ਨੂੰ ਸੁੱਖ ਜਿਹਾ ਆਉਣ ਲੱਗ ਪਿਆ ਤੇ ਉਹ ਸੌਂ ਗਿਆ। ਫਕੀਰੀਆ ਦੇ ਸੌਂ ਜਾਣ ਤੇ ਕੂਕਣੇ ਉਹਦੇ ਉੱਤੇ ਖੇਸ ਸਵਾਰਾ ਕਰ ਦਿੱਤਾ। ਇੰਨੀ ਦੇਰ ਚ ਹਬੀਬ ਵੀ ਬਾਹਰੋਂ ਪੱਠੇ ਲੈ ਕੇ ਆ ਗਿਆ। ਸਾਮਣੇ ਕਿੱਲੇ ਬੱਜੀਆਂ ਭੁੱਖੀਆਂ ਬੱਕਰੀਆਂ ਮੈਂ ਮੈਂ ਮਮਿਆਂ ਕੇ ਪੱਠੇ ਖਾਣ ਦੀ ਆਪਣੀ ਰੀਜ ਦਾ ਇੰਤਜ਼ਾਰ ਕੀਤਾ ਪਰ ਹਬੀਬ ਪੱਠੇ ਬੱਕਰੀਆਂ ਅਗੇ ਨਾ ਪਾਏ ਤੇ ਉਹਨਾਂ ਨੂੰ ਛੱਡ ਕੇ ਬਾਹਰ ਲੈ ਜਾਣ ਦੀ ਤਿਆਰੀ ਕਰਨ ਲੱਗ ਪਿਆ ਕੂਕਣੇ ਆਖਿਆ ਹਬੀਬ ਤੂੰ ਬੱਕਰੀਆਂ ਨੂੰ ਪੱਠੇ ਪਾ ਦੇ ਬਾਹਰ ਕਿੱਥੇ ਲਿਜਾਏਂਗਾ ਤੂੰ ਹਬੀਬ ਦਾ ਆਖਣਾ ਸੀ ਮਾਂ ਇਹ ਪੱਠੇ ਸ਼ਾਮ ਨੂੰ ਕੰਮ ਦੇਣਗੇ ਹੁਣ ਮੈਂ ਇਹਨਾਂ ਨੂੰ ਬਾਹਰ ਫਰਾ ਲੈਣਾ ਹਬੀਬ ਬੱਕਰੀਆਂ ਖੋਲੀਆਂ ਤੇ ਬਾਹਰ ਲੈ ਗਿਆ ਤੇ ਹਬੀਬ ਦੇ ਬਾਹਰ ਜਾਂਦਿਆਂ ਫਕੀਰੀਆ ਦੀ ਅੱਖ ਖੁੱਲ ਗਈ ਉਨੇ ਬੱਕਰੀਆਂ ਵਾਲੇ ਪਾਸੇ ਝਾਤੀ ਮਾਰੀ ਬੱਕਰੀਆਂ ਨਾ ਦਿਸਣ ਤੇ ਉਹ ਸੋਚਿਆ ਹਬੀਬ ਲੈ ਗਿਆ ਹੋਣਾ ਤੇ ਆਪਣੇ ਆਪ ਹੀ ਬੋਲਿਆ ਹਬੀਬ ਨੂੰ ਕੀ ਲੋੜ ਸੀ ਬੱਕਰੀਆਂ ਛੱਡਣ ਦੀ ਮੈਂ ਆਪ ਹੀ ਪਿਛਲੇ ਪੈਰ ਲੈ ਜਾਂਦਾ ਤੂੰ ਆਰਾਮ ਕਰ ਫਕੀਰੀਆ ਚਾਹ ਬਣਾਉਣੀ ਆ ਤੇਰੇ ਲਈ ਹਬੀਬ ਸਮਝਦਾਰ ਪੁੱਤਰ ਹੈ ਸੋਚ ਸਮਝ ਕੇ ਕਰ ਰਿਹਾ ਹੈ ਪਹਿਲੇ ਪਾਣੀ ਪਿਆ ਕੂਕਣੇ ਖੋਰੀ ਕਿਉਂ ਜੀ ਦਵਾਈ ਦਿੱਤੀ ਹੈ ਡਾਕਟਰ ਨੇ ਅੰਦਰ ਖੋਜ ਹੀ ਲੱਗ ਗਈ ਹੈ ਦੁੱਧ ਲਿਆਵਾਂ ਕੂਕਣੇ ਪੁੱਛਿਆ ਨਹੀਂ ਠੰਡਾ ਪਾਣੀ ਪਿਆ ਦੇ ਦੁੱਧ ਰਹਿਣ ਦੇ ਹਬੀਬ ਵਾਸਤੇ ਹਬੀ ਵਾਸਤੇ ਹੋਰ ਲੈ ਆਵਾਂਗੀ ਤੂੰ ਪੀ ਲੈ ਮੈਂ ਬਰਫ਼ ਲਿਆਣੀ ਆ ਜਾ ਕੇ ਕੁੱਬੇ ਦੀ ਹੱਡੀ ਤੋਂ ਕੁਕੜੇ ਨਾ ਕੇ ਬਰਫ਼ ਲੈਣ ਲਈ ਬਾਹਰ ਚਲੀ ਗਈ ਤੇ ਹਬੀ ਬੱਕਰੀਆਂ ਦੇ ਪਿੱਛੇ ਪਿੱਛੇ ਨਹਿਰ ਤੀਕਰ ਚਲਾ ਗਿਆ ਬੱਕਰੀਆਂ ਨਹਿਰ ਕੰਢੇ ਚੁਗਣ ਲੱਗ ਪਈਆਂ ਤਾਂ ਹਬੀਬ ਕਿਤਾਬ ਪੜਨ ਬਹਿ ਗਿਆ ਘਰੋਂ ਹਬੀਬ ਕਿਤਾਬ ਤੇ ਸੋਟੀ ਲੈ ਕੇ ਨਿਕਲਿਆ ਸੀ ਤੇ ਹੱਥ 'ਚ ਕਿਤਾਬ ਕੱਚ 'ਚ ਸੋਟੀ ਸਿਰ ਉੱਤੇ ਪਰਨਾ ਤੇ ਥੱਲੇ ਪਤਲੂਨ ਪਾਈ ਪਰ ਹਬੀਬ ਨੂੰ ਇਹਨਾਂ ਗੱਲਾਂ ਦੀ ਜਿਵੇਂ ਕੋਈ ਪਰਵਾਹ ਹੀ ਨਹੀਂ ਸੀ ਬਕਰੀਆਂ ਚੁਗਦੀਆਂ ਰਹੀਆਂ ਹਬੀਬ ਕੰਡੇ ਬੈਠਿਆ ਕੋਈ ਕਿਤਾਬ ਪੜ੍ਹਨ ਲੱਗਦਾ ਕਦੀ ਨਹਿਰ ਦੇ ਵਗਦੇ ਪਾਣੀ ਦੀਆਂ ਛੋਟੀਆਂ-ਛੋਟੀਆਂ ਰੋੜੀਆਂ ਸੁੱਟ ਕੇ ਪਾਣੀ 'ਚ ਨਿੱਕੇ-ਨਿੱਕੇ ਦਾਇਰੇ ਬਣਦੇ ਵੇਖਦਾ ਬਕਰੀਆਂ ਚੁਗਦੀਆਂ ਚੁਗਦੀਆਂ ਕਿਧਰੇ ਦੂਰ ਚਲੀਆਂ ਗਈਆਂ ਜਦ ਹਬੀਬ ਵੇਖਿਆ ਤਾਂ ਉਹਨੂੰ ਲੱਗਾ ਬਕਰੀਆਂ ਕੋਈ ਚੁੱਕ ਲੈ ਗਿਆ ਹੋਣਾ ਇੱਕ ਵਾਰ ਤੇ ਉਹਦਾ ਦਿਲ ਡੁੱਬਣ ਲੱਗ ਪਿਆ ਉਹ ਇੱਧਰ-ਉੱਧਰ ਦੌੜ ਲਾ ਕੇ ਵੇਖਿਆ ਤੇ ਬਕਰੀਆਂ ਇੱਕ ਮੁੱਠ ੋਕੇ ਪੱਟੜੀ-ਪੱਟੜੀ ਤੁਰੀਆਂ ਜਾਂਦੀਆਂ ਸਨ ਹਬੀਬ ਦੀ ਚਿੰਤਾ ਮੁੱਕੀ ਉਸ ਬਕਰੀਆਂ ਡੱਕ ਕੇ ਪਿੱਛੇ ਮੋੜ ਲੈਂਦੀਆਂ ਡਿੱਗਰ ਵੇਲਾ ਹੋ ਚੁੱਕਿਆ ਸੀ ਉਹ ਬੱਕਰੀਆਂ ਦੇ ਪਿੱਛੇ ਪਿੱਛੇ ਬਸਤੀ ਬਲਮੁੜ ਟੁਰਿਆ ਨੂਰੇ ਜਿਹੜਾ ਸੁਨਿਆ ਵਾਜਿਦ ਨੰਬਰਦਾਰ ਦਾ ਨਸੀਬ ਤੇ ਫਰਾਦ ਨੂੰ ਦੇਣਾ ਸੀ ਉਹਨਾਂ ਦੀਆਂ ਵੋਟੀਆਂ ਨੂੰ ਦੱਸ ਆਇਆ ਕਿ ਵਾਜਿਦ ਨੰਬਰਦਾਰ ਨਸੀਬ ਤੇ ਫਰਾਦ ਨੂੰ ਮਿਲਣ ਲਈ ਆਖਿਆ ਹੈ ਨਸੀਬ ਤੇ ਫਰਾਦ ਉਹ ਵੀ ਮੈਨੂੰ ਮਿਲੇ ਨਹੀਂ ਤੁਹਾਨੂੰ ਸੁਨਿਆ ਦੇ ਦਿੱਤਾ ਹੈ ਕਿਸਮਤ ਵਾਲਿਓ ਤੁਸੀਂ ਤੁਹਾਡੀ ਚਿੰਤਾ ਨੰਬਰਦਾਰ ਆਪਣੇ ਸਿਰ ਲੈ ਲਈਏ ਸਰਕਾਰੇ ਦਰਬਾਰੇ ਚੱਕਰ ਚੱਲਦਾ ਹੀ ਉਹਦਾ ਜਿਹੜਾ ਕੰਮ ਨਸੀਬ ਤੇ ਫਰਾਦ ਆਪ ਆਪਣੇ ਹੱਥੀ ਕਰਨਾ ਸੀ ਨੰਬਰਦਾਰ ਨੇ ਇਸ਼ਾਰੇ ਨਾਲ ਆਪਣੇ ਬੰਦਿਆਂ ਕੋਲ ਕਰਵਾ ਦੇਣਾ ਹੈ ਨਸੀਬ ਤੇ ਫਰਾਦ ਰਾਤ ਵੀ ਬਾਰ ਕਿਧਰੇ ਦਿਹਾੜੀ ਕਰਦੇ ਉਹ ਰਾਤ ਘਰ ਨਾ ਆ ਸਕੇ ਸੰਤੇ ਇਸੇ ਲਈ ਨੂਰਾ ਉਹਨਾਂ ਦੀਆਂ ਬੋਟੀਆਂ ਨੂੰ ਸੁਣਿਆਦੇ ਆਇਆ ਦਿਨ ਚੜੇ ਕੂਕਣੇ ਨੂੰ ਵੀ ਕਿਧਰੇੋਂ ਸੁਣ ਗਏ ਨ ਹੋ ਗਈ ਕਿ ਨੂਰੇ ਵਾਜਦ ਨੰਬਰਦਾਰ ਨਾਲ 부ਸ਼ਰਾ ਬਾਰੇ ਗੱਲ ਕਰਕੇ ਉਹਨੂੰ ਫਟਕਾਰਿਆ ਹੈ ਉਹਨੋਂ ਨਸੀਬ ਤੇ ਫਰਾਦ ਨਾਲ ਮਿਲ ਕੇ 부ਸ਼ਰਾ ਨੂੰ ਵੜਣਾ ਕੁਕਨੇ ਨੂੰ ਆਪਣੀ ਧੀ ਦੀ ਜਾਨ ਦੀ ਫਿਕਰ ਹੋਰ ਜ਼ਿਆਦਾ ਹੋ ਗਈ ਤੇ ਸੋਚਣ ਲੱਗ ਪਈ ਕਿ 부ਸ਼ਰਾ ਨੂੰ ਕਿਸੇ ਤਰੀਕੇ ਨਾਲ ਖਬਰਦਾਰ ਕਰ ਦਿੱਤਾ ਜਾਏ ਕਿ ਧੀ ਇਹ ਆਪਣਾ ਉਪਾਗ ਕਰ ਲੈ ਤੇਰੇ ਭਰਾ ਵੀ ਤੇ ਵਜਤ ਨੰਬਰਦਾਰ ਵੀ ਤੇਰੀ ਜਾਨ ਦੇ ਦੁਸ਼ਮਣ ਹੋ ਗਏ ਨੇ ਤੇ ਉਹਦੇ ਲਈ ਇਹ ਵੀ ਔਖਾ ਹੋ ਰਿਹਾ ਸੀ ਕਿ 부ਸ਼ਰਾ ਤਿੱਕਰ ਗੱਲ ਪੜਾਵੇ ਤੇ ਕਿਵੇਂ ਕੁਕਨੇ ਨੂੰ ਹਬੀਬ ਉੱਤੇ ਵੀ ਪੂਰਾ ਵਿਸਵਾਸ ਨਹੀਂ ਸੀ ਹੋ ਰਿਹਾ ਉਹ ਸੋਚ ਰਹੀ ਸੀ ਹਬੀਬ ਵੀ ਬਾਹਲੇ ਕੀ ਪਤਾ ਲੋਕਾਂ ਦੇ ਤੇ ਭਰਾਵਾਂ ਦੀਆਂ ਗੱਲਾਂ ਚਾਕੇ ਇਹ ਵੀ ਇੰਜ ਹੀ ਨਾ ਸੋਚਣ ਲੱਗ ਪਏ ਜੇ ਇੰਜ ਹੋਇਆ ਤੇ ਬਹੁਤ ਬੁਰਾ ਹੋ ਜਾਣਾ ਮੇਰੀ ਮਾਸੂਮਤੀ ਦੀ ਹਾਤੀ ਮੁੱਕ ਜਾਣੀ ਤੇ ਕੁਕੜੇ ਭੱਜ ਕੇ ਕੋਠੇ ਦੀ ਛੱਤ ਉੱਤੇ ਜਾ ਕੇ ਵੇਖਣ ਲੱਗੇ ਸ਼ਾਇਦ ਹਬੀਬ ਬੱਕਰੀਆਂ ਲੈ ਕੇ ਆਉਂਦਾ ਹੋਵੇ ਕੁਕੜੇ ਦਾ ਹਬੀਬ ਉੱਤੇ ਵਿਸਾਹ ਨਹੀਂ ਸੀ ਫਿਰ ਵੀ ਉਹਦਾ ਦਿਲ ਹਬੀਬ ਵੱਲੋਂ ਅਜੇ ਬਿਲਕੁਲ ਨਹੀਂ ਸੀ ਬਦਲਿਆ ਕੁਕੜੇ ਨੂੰ ਆਸ ਸੀ ਕਿ ਹਬੀਬ ਬੁਸ਼ਰਾ ਨਾਲੇ ਧਰੋ ਨਹੀਂ ਕਰਨ ਲੱਗਾ ਸ਼ੱਕ ਦੀ ਚਿੰਗਾਰੀ ਵੀ ਸੀ ਹਬੀਬ ਬੱਕਰੀਆਂ ਦੇ ਪਿੱਛੇ-ਪਿੱਛੇ ਟੁਰਦਾ ਕਿਤਾਬ ਵੀ ਪੜਦਾ ਰਿਹਾ ਕੱਚੀ ਸੜਕ ਤੇ ਆ ਕੇ ਬੱਕਰੀਆਂ ਸਦਫ ਫੈਕਟਰੀ ਵਾਲੀ ਪੱਕੀ ਸੜਕ ਤੇ ਚੜੀਆਂ ਘਰ ਨੂੰ ਆ ਰਹੀਆਂ ਸਨ ਹਬੀਬ ਸੋਚਿਆ ਸ਼ਾਇਦ ਇਹਨਾਂ ਦੇ ਆਉਣ ਦਾ ਹੀ ਰੋਜ਼ ਦਾ ਰਾਹ ਹੋਵੇ ਉਹ ਵੀ ਨਾ ਬੱਕਰੀਆਂ ਨੂੰ ਮੋੜਿਆ ਤੇ ਪਿੱਛੇ-ਪਿੱਛੇ ਟੁਰਦਾ ਆਇਆ ਜਦੋਂ ਸਦਫ ਫੈਕਟਰੀ ਵਿੱਚ 부ਸ਼ਰਾ ਕੰਮ ਕਰਦੀ ਸੀ ਉਦੋਂ ਹਬੀਬ ਵੀ ਭੈਣ ਨੂੰ ਮਿਲਣ ਆ ਜਾਂਦਾ ਤੇ ਸਕੂਲ ਤੋਂ ਛੁੱਟੀਆਂ ਦੇ ਦਿਨਾਂ 'ਚ ਦੋ-ਤਿੰਨ ਮਹੀਨੇ ਲਈ ਭਰਤੀ ਹੋ ਕੇ ਆਪ ਵੀ ਕੰਮ ਕਰ ਲੈਂਦਾ ਸੀ ਤੇ ਜਦੋਂ ਦੀ 부ਸ਼ਰਾ ਸ਼ਹਿਰ ਹੈੱਡ ਆਫਿਸ ਚਲੀ ਗਈ ਹਬੀਬ ਕਾਲਜ ਦਾਖਲਾ ਲੈ ਲਿਆ ਫਿਰ ਇੱਧਰ ਆਉਣਾ ਨਹੀਂ ਸੀ ਹੋਇਆ ਜਦ ਬکریاں ਸਦਾ ਫੈਕਟਰੀ ਦੇ ਸਾਹਮਣੇ ਗੇਟ ਅਗੋਂ ਲੰਘ ਰਹੀਆਂ ਸਨ ਇੱਕਦਮ ਫੈਕਟਰੀ ਦੇ ਘੁੱਗੂ ਨੇ ਵੱਜ ਕੇ ਛੁੱਟੀ ਦਾ ਐਲਾਨ ਕਰ ਦਿੱਤਾ ਮਜ਼ਦੂਰ ਕੁੜੀਆਂ ਮੁੰਡੇ ਗੇਟ ਖੁੱਲਣ ਤੇ ਇੱਕਦਮ ਬਾਹਰ ਨਿਕਲੇ ਜਿਵੇਂ ਬکریاں ਵਾੜੇ ਚੋਂ ਛਾਲਾ ਮਾਰਦੀਆਂ ਨਿਕਲਦੀਆਂ ਨੇ ਫੈਕਟਰੀਆਂ ਮਸ਼ੀਨਾਂ ਮਜ਼ਦੂਰਾਂ ਦੇ ਜੁੱਸੇ ਵਿੱਚ ਅੱਜ ਦੇ ਜੁੱਸੇ ਦਾ ਲਹੂ ਚੂਸ ਕੇ ਫੂਕ ਬਾਹਰ ਗਲਚ ਦਿੱਤਾ ਸੀ ਬਾਹਰ ਨਿਕਲਦੇ ਮਜ਼ਦੂਰਾਂ ਕੁੜੀਆਂ ਮੁੰਡੇ ਥੱਕਣ ਦੇ ਬਾਵਜੂਦ ਵਕਤੀ ਆਜ਼ਾਦੀ ਮਿਲਣ ਉਤੇ ਖੁਸ਼ ਨਜ਼ਰ ਆ ਰਹੇ ਸਨ ਸਾਮਣੇ ਤੁੱਲੰਗਦੇ ਹਬੀਬ ਨੂੰ ਕਾਰਟੂਨ ਬਣਿਆ ਵੇਖ ਕੇ ਹੱਸੇ ਕੁਝ ਵਾਕਫ ਵੀ ਸਨ ਹਬੀਬ ਦੇ ਉਹਨਾਂ ਜਾ ਕੇ ਘੁੱਟ ਕੇ ਜੱਫੀਆਂ ਵੀ ਪਾਈਆਂ ਤੇ ਜਾਂਦੇ ਜਾਂਦੇ ਇੱਕ ਦੂਜੇ ਦਾ ਹਾਲ ਵੀ ਪੁੱਛਿਆ ਕਈਆਂ ਹੱਥ ਮਿਲਾਏ ਕਈਆਂ ਕੁੜੀਆਂ ਵੀ ਹਬੀਬ ਨਾਲ ਹੱਥ ਮਿਲਾਉਣ ਨੂੰ ਬੁਰਾ ਨਾ ਜਾਣਿਆ ਹਬੀਬ ਨੂੰ ਜਾਂਦੀਆਂ ਬੱਕਰੀਆਂ ਪਿੱਛੇ ਜਾਣ ਦੀ ਕਹਾਣੀ ਸੀ ਤੇ ਉਹ ਸੌਰੀ ਸੌਰੀ ਬੋਲਦਾ ਬੱਕਰੀਆਂ ਪਿੱਛੇ ਟੁਰ ਪਿਆ ਮਲੂਕਾਂ ਵੀ ਬਾਹਰ ਆ ਕੇ ਹਬੀਬ ਜਾਂਦੇ ਨੂੰ ਵੇਖਿਆ ਤਾਂ ਪਿੱਛੋਂ ਕਾਲੀ ਪੈਰਪੁੱਟ ਦੀ ਹਬੀਬ ਨੂੰ ਆ ਮਿਲੀ ਤੇ ਪਿੱਛੇ ਬੋਲੀ ਅੱਜ ਤੂੰ ਕਾਲਜ ਨਹੀਂ ਗਿਆ ਹਬੀਬ ਹਬੀਬ ਪਰਤ ਕੇ ਵੇਖਿਆ ਤੇ ਮਲੂਕਾਂ ਮੁਸਕਰਾਉਂਦੀ ਹੋਈ ਨੇੜੇ ਆ ਕੇ ਫਿਰ ਬੋਲੀ ਤੇਰਾ ਹੁਲੀਆ ਵੇਖ ਕੇ ਮਜ਼ਦੂਰ ਕੁੜੀਆਂ ਮੁੰਡੇ ਮੁਖਾਲਫੇ ਕਰਦੇ ਸਨ ਆਗਦੇ ਸਨ ਵਿਲੈਤੀ ਬਾਣਾ ਦੇਸੀ ਚਾਲ ਅੱਛਾ ਹਬੀਬ ਵੀ ਮੁਸਕਰਾਇਆ ਆਪਣੇ ਬਾਰੇ ਤੁਹਾਡੇ ਮਜ਼ਦੂਰਾਂ ਦਾ ਕੀ ਖਿਆਲ ਏ ਫੈਕਟਰੀ ਦੇਸੀ ਏ ਜਾਂ ਦਵਾਈਆਂ ਦੇਸੀ ਨੇ ਤੇਰੇ ਸੱਜਣ ਮਜ਼ਦੂਰ ਦੇਸੀ ਕੰਮ ਕਿਉਂ ਨਹੀਂ ਕਰਦੇ ਵਲਾਈਤੀ ਕੁਗੂ ਦੇ ਹੁਕਮ ਉਤੇ ਫੈਕਟਰੀਆਂ ਦੇ ਅੰਦਰ ਤੇ ਫੈਕਟਰੀ ਤੋਂ ਬਾਹਰ ਆਉਂਦੇ ਨੇ ਹਾਂ ਗਲਤੀ ਤੇਰੀ ਠੀਕ ਏ ਮਲੂਕਾ ਹਬੀਬ ਤੇ ਆਪਣੇ ਭਰਵੇਂ ਜਵਾਬ ਉਤੇ ਥੋੜਾ ਜਿਹਾ ਹੈਰਾਨ ਹੋਈ ਫਿਰ ਬੋਲੀ ਮੈਂ ਤੇ ਤੇਰਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਮੇਲ ਨਹੀਂ ਸੀ ਹੋ ਰਿਹਾ ਅੱਜ ਮਿਲਿਆ ਐ ਤੇ ਤੇਰੇ ਪਿੱਛੇ ਪਿੱਛੇ ਆ ਗਈਆਂ ਕਿਸ ਗੱਲ ਦਾ ਸ਼ੁਕਰੀਆ ਆਖਣਾ ਸੀ ਤੂੰ ਉਸ ਦਿਨ ਤੂੰ ਮੈਨੂੰ ਨਾ ਸੰਭਾਲਦਾ ਤੇ ਮੈਂ ਪਾਣੀ 'ਚ ਡਿੱਗੇ ਚਿੱਕੜ ਨਾਲ ਲਿਬੜ ਜਾਣਾ ਸੀ ਓ ਹਬੀਬਾ ਆਖਿਆ ਸ਼ੁਕਰੀਆ ਤੇ ਮੈਨੂੰ ਆਖਣਾ ਚਾਹੀਦਾ ਤੂੰ ਕੋਈ ਸ਼ੋਰ ਸ਼ਰਾਬਾ ਨਹੀਂ ਸੀ ਕੀਤਾ ਕਿਉਂ ਮੈਂ ਕਿਉਂ ਸ਼ੋਰ ਸ਼ਰਾਬਾ ਕਰਨਾ ਸੀ ਜਿਵੇਂ ਮੈਂ ਤੈਨੂੰ ਚੁੱਕ ਕੇ ਜਫੇ ਚ ਲਾ ਕੇ ਚਿੱਕਰ ਤੋਂ ਬਾਹਰ ਲੰਘਾਇਆ ਗਲਤਿ ਸ਼ੋਰ ਸ਼ਰਾਬੇ ਵਾਲੀ ਸੀ ਉਹ ਤੂੰ ਨਹੀਂ ਕੀਤਾ ਤੇ ਤੇਰਾ ਸ਼ੁਕਰੀਆ ਤੂੰ ਜਾਣ ਕੇ ਮੈਨੂੰ ਜਫੀ ਪਾਈ ਸੀ ਮਨੂਕਾ ਹੈਰਾਨੀ ਨਾਲ ਪੁੱਛਿਆ ਨਹੀਂ ਅਚਨਚੇਤੀ ਹੋ ਗਿਆ ਸੀ ਬਾਅਦ ਵਿੱਚ ਮੈਨੂੰ ਬੜੀ ਸ਼ਰਮਿੰਦਗੀ ਹੋਈ ਸੀ ਪਰ ਉਸ ਵੇਲੇ ਮੈਨੂੰ ਪਤਾ ਹੀ ਨਹੀਂ ਸੀ ਲੱਗਾ ਆਪਣੇ ਆਪ ਹੋ ਗਿਆ ਸੀ ਚੰਗਾ ਹੋਇਆ ਕਿ ਹੋਰ ਕਿਸੇ ਸਾਨੂੰ ਉਸ ਹਾਲਤ 'ਚ ਨਹੀਂ ਸੀ ਵੇਖਿਆ ਵੇਖ ਲੈਂਦੇ ਤੇ ਕੀ ਹੁੰਦਾ ਬਦਨਾਮੀ ਹੋਣੀ ਸੀ ਅਸਾ ਜਾਣ ਬੁੱਝ ਕੇ ਕੁਝ ਨਹੀਂ ਸੀ ਕੀਤਾ ਲੋਕ ਇਹ ਨਹੀਂ ਵੇਖਦੇ ਲੋਕ ਤਾਂ ਤਮਾਸ਼ਾ ਬਣਾਉਣ ਦਾ ਬਹਾਨਾ ਲੱਭਦੇ ਨੇ ਚੰਦਰੇ ਲੋਕਾਂ ਨੂੰ ਪਤਾ ਨਹੀਂ ਕੀ ਲੱਭਦਾ ਹੈ ਕਿਸੇ ਦੀ ਜ਼ਿੰਦਗੀ ਵਿੱਚ ਜ਼ਹਿਰ ਭਰ ਕੇ ਕਿਹੜਾ ਜ਼ਹਿਰ ਹਬੀਬ ਇੱਕ ਵਾਰ ਨਜ਼ਰਾਂ ਭਰ ਕੇ ਮਲੂਕਾ ਵੱਲ ਵੇਖਿਆ ਮੈਂ ਸੁਣਿਆ ਨੰਬਰਦਾਰ ਵਾਜਦ ਵੀ ਤੇਰੇ ਭਰਾ ਨਾਲ ਰਲ ਕੇ ਬੁਸ਼ਰਾ ਨੂੰ ਵੱਢਣ ਦਾ ਮਤਅਬ ਬਣਾਈ ਬੈਠੇ ਨੇ ਜਦੋਂ ਹਬੀਬ ਕੁਝ ਨਾ ਬੋਲਿਆ ਤੇ ਬੱਕਰੀਆਂ ਦੇ ਪਿੱਛੇ ਉਹਨਾਂ ਤਿੱਕਰ ਅਪੜਨ ਲਈ ਤੇਜ਼ ਟੋਰੀਆ ਤਾਂ ਮਲੂਕਾ ਵੀ ਨਾਲ ਉਹਨੀ ਤੇਜ਼ ਟੋਰੀ ਨੇੜੇ ਆ ਕੇ ਹਬੀਬ ਦਾ ਮੋਢਾ ਫੜ ਕੇ ਪੁੱਛਿਆ ਹਬੀਬ ਤੂੰ ਵੀ ਭਰਾਵਾ ਵਾਂਗ ਸੋਚਣਾ ਹੈ ਮੈਨੂੰ ਦੱਸ ਤੇਰਾ ਕੀ ਇਰਾਦਾ ਹੈ ਹਬੀਬ ਕੋਈ ਜਵਾਬ ਨਾ ਦਿੱਤਾ ਬੱਕਰੀਆਂ ਦੌੜ ਲਾ ਦਿੱਤੀ ਬੱਕਰੀਆਂ ਕਾਫੀ ਵਿੱਥ ਪਾ ਕੇ ਗਈਆਂ ਸਨ ਮਲੂਕਾ ਹਬੀਬ ਦੇ ਨਾਲ ਦੌੜੀ ਨਾ ਸੋਚੀ ਸੋਚੀ ਆ ਰਾਮ ਨਾਲ ਟੁਰੀ ਆਈ ਉਹਨੂੰ ਸੋਚ ਆਈ ਔਰਤ ਮਾਂ ਹੋਵੇ ਧੀ ਹੋਵੇ ਭਾਵੇਂ ਰਨ ਹੋਵੇ ਮਰਦ ਸਮਝਦਾ ਪੈਰ ਦੀ ਜੁੱਤੀ ਭਲਾ ਕੀ ਵਿਗਾੜਿਆ ਬੁਸ਼ਰਾ ਨੇ ਭਰਾਵਾਂ ਦਾ ਤੇ ਵਾਜਦ ਨੰਬਰਦਾਰ ਦਾ ਬੱਕਰੀਆਂ ਦੇ ਪਿੱਛੇ-ਪਿੱਛੇ ਹਬੀਬ ਘਰ ਆਉਣ ਬੜਿਆ ਤੇ ਜਿਵੇਂ ਕੂਕਣੇ ਉਹਦੀ ਉਡੀਕ ਪਈ ਕਰਦੀ ਸੀ ਤਦ ਹਬੀਬ ਨੇ ਬੱਕਰੀਆਂ ਨੂੰ ਸੰਭਾਲ ਕੇ ਉਹਨਾਂ ਦੇ ਹਿੱਸੇ 'ਚ ਬੰਨ ਕੇ ਸਵੇਰ ਦੇ ਲਿਆ ਕੇ ਰੱਖੇ ਪੱਠੇ ਪਾਜ ਤੇ ਕੂਕਣੇ ਹਬੀਬ ਨੂੰ ਆਖਿਆ ਮੈਂ ਹਾਂਡੀ ਰੋਟੀ ਕਰ ਲਈ ਹੋਈ ਏ ਨਾ ਆ ਕੇ ਖਾ ਲਵੀਂ ਮੈਂ ਜ਼ਰਾ ਨੂਰੇ ਦੇ ਘਰ ਤੱਕ ਕਰ ਚੱਲੀਆਂ ਹੁਣੇ ਆ ਜਾਨੀ ਆ ਹਬੀਬ ਪੁੱਛਣਾ ਚਾਹੁੰਦਾ ਸੀ ਉੱਥੇ ਕੀ ਹੈ ਮਾਂ ਪਰ ਹਬੀਬ ਦੇ ਬੋਲਣ ਤੋਂ ਪਹਿਲੀ ਫਕੀਰੀਆ ਬੋਲ ਪਿਆ ਰਹਿਣ ਦੇ ਕੂਕਣੇ ਕੀ ਲੈਣ ਜਾਣਾ ਈ ਉਥੇ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਆਪਣਾ ਘਰ ਹੀ ਮੇਰੇ ਵਾਸਤੇ ਨਹੀਂ ਕਿਸੇ ਦੂਜੇ ਨੂੰ ਕੀ ਆਖਣਾ ਈ ਕੂਕਣੇ ਜ਼ਰਾ ਤਲਖੀ ਨਾਲ ਬੋਲੀ ਕਿਉਂ ਨਾ ਆਖਾਂ ਅਸੀਂ ਕਦੇ ਕਿਸੇ ਦੀ ਚੰਗੀ ਮੰਦੀ ਨਹੀਂ ਕੀਤੀ ਤਾਂ ਕੋਈ ਕਿਉਂ ਸਾਡੀ ਕਰੇ ਮੈਂ ਨੂਰੇ ਨੂੰ ਪੁੱਛਾਂ ਤੇ ਸਹੀ ਕੂਕਣੇ ਸਿਰ ਉਤੇ ਚਾਦਰ ਲੈ ਕੇ ਬਾਹਰ ਨਿਕਲ ਗਏ ਹਬੀਬ ਨਹਾਉਣ ਤੋਂ ਪਹਿਲਾਂ ਪਿਓ ਕੋਲ ਆ ਕੇ ਬੈਠ ਗਿਆ ਤਾਪ ਬਾਰੇ ਪੁੱਛਿਆ ਦਵਾ ਫੇਰ ਲਿਆਉਣ ਲਈ ਆਖਿਆ ਕਿ ਚਲ ਮੈਂ ਡਾਕਟਰ ਕੋਲ ਸ਼ਹਿਰ ਲੈ ਜਾਣਾ ਵਾ ਅਜੇ ਦਿਨ ਦੀ ਲੋ ਹੈ ਵੀ ਤੇ ਜੇ ਦੇਰ ਹੋਈ ਤਾਂ ਹੁਣ ਤੇ ਸਾਰੀ ਰਾਤ ਲਾਰੀਆਂ ਬੱਸਾਂ ਚੱਲਦੀਆਂ ਨੇ ਡਾਕਟਰ ਦੀ ਕੋਈ ਲੋੜ ਨਹੀਂ ਹੁਣ ਮੈਂ ਠੀਕ ਆ ਤੇਰੀ ਮਾਂ ਤੇ ਝੱਲੀ ਹੋਈ ਫਿਰਦੀ ਏ ਕੀ ਦੇ ਕੀ ਦੇ ਮੂੰਹ ਅੱਗੇ ਹੱਥ ਰੱਖੇਗੀ ਦਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਤੇ ਦੁਨੀਆ ਨੂੰ ਦੋ ਪਾਸੇ ਬੰਦੇ ਨੂੰ ਚਾਹੀਦਾ ਹੈ ਲੋਕਾਂ ਦੀ ਪਰਵਾਹ ਨਾ ਕਰੇ ਜੇ ਆਪਣੇ ਵਾਸਤੇ ਚੰਗਾ ਲੱਗੇ ਉਹ ਚੁੱਪ ਕਰਕੇ ਕਰੀ ਜਾਵੇ ਕਿਸੇ ਨਾਲ ਉਲਝ ਅਲਝ ਕੇ ਆਪਣਾ ਪੰਧ ਖੋਟਾ ਨਾ ਕਰੇ ਆਪਣੀ ਪੜ੍ਹਾਈ ਵੱਲ ਵੀ ਧਿਆਨ ਰੱਖੀਂ ਭਰਾਵਾਂ ਦੀ ਮੱਤੇ ਲੱਗਾ ਤੇ ਘਾਟਾ ਖਾਵੇਂਗਾ ਆਪਣੇ ਪਿਓ ਦੀ ਗੱਲ ਸੁਣ ਕੇ ਹਬੀਬ ਚੁੱਪ ਕਰਕੇ ਉੱਠਿਆ ਤੇ ਨਾਵਨ ਦੀ ਤਿਆਰੀ ਵਿੱਚ ਰੁੱਝ ਗਿਆ ਉਹਦੇ ਭਰਾਵਾਂ ਨੂਰੇ ਨਾਲ ਕੀ ਗੱਲ ਕੀਤੀ ਉਹ ਮਲੂਕਾਂ ਕੋਲੋਂ ਸੁਣ ਆਇਆ ਸੀ ਮਾਂ ਖੌਰੇ ਗੱਲੀ ਨੂਰੇ ਨੂੰ ਪੁੱਛਣ ਗਈਏ ਉਹ ਸੋਚਦਾ ਹੋਇਆ ਖੁਰੇ ਚ ਵੜ ਗਿਆ ਅੰਗ 9 ਮਲੂਕਾਂ ਫੈਕਟਰੀ ਤੋਂ ਘਰ ਆਉਂਦੀਆਂ ਹੀ ਖੁਰੇ ਚ ਵੜ ਗਈ ਤਪਦੇ ਤੇ ਨਰਮ ਜੁੱਸੇ ਨੂੰ ਮਲ ਮਲ ਕੇ ਨਹਾਤੀ ਕਰ ਕੋਈ ਵੀ ਨਹੀਂ ਸੀ ماں ਹੈ ਸੀ ਉਹ ਵੀ ਕੁਬੇ ਦੀ ਹੱਟੀ ਤੋਂ ਕੋਈ ਲੋੜ ਦਾ ਸੌਦਾ ਸੂਤ ਲੈਣ ਚਲੀ ਗਈ ਕਿਉਂਕਿ ਉਹ ਕੁਬਾ ਹੱਟੀ ਸਵੇਰ ਨੂੰ ਕੁਵੇਲੀ ਖੋਲਦਾ ਤੇ ਮਲੂਕਾ ਨੂੰ 8 ਵਜੇ ਫੈਕਟਰੀ ਆਪੜਨਾ ਹੁੰਦਾ ਤੇ 5 ਮਿੰਟ ਵੀ ਲੇਟ ਤਨਖਾ ਕੱਟੇ ਜਾਣ ਦਾ ਡਰ ਹੁੰਦਾ ਰਾਤ ਦੇ ਖਾਣ ਪੀਣ ਵਾਸਤੇ ਤਾਂ ਮਲੂਕਾ ਦੀ ਮਾਂ ਬਸ਼ੀਰਾ ਸਬਜ਼ੀ ਤੇ ਹੋਰ ਜ਼ਰੂਰੀ ਛਿਆਂ ਦੇ ਗਈ ਪਰ ਅਗਲੀ ਸਵੇਰ ਵਾਸਤੇ ਬਲਾਈਤੀ ਘਿਓ ਤੇ ਟਮਾਟਰ ਮੁੱਕੇ ਸਨ ਹਾਂਡੀ ਵਿੱਚ ਬਹੁਤੇ ਟਮਾਟਰ ਖਾਣਾ ਮਲੂਕਾ ਦੇ ਪਿਓ ਨੂੰ ਬੜੇ ਚੰਗੇ ਲੱਗਦੇ ਸਨ ਨਲਕੇ ਦਾ ਤਾਜ਼ਾ ਪਾਣੀ ਤੇ ਮਲੂਕਾਂ ਦਾ ਜੁੱਸੇ ਨੂੰ ਮਲ-ਮਲ ਧੋਣਾ ਮਲੂਕਾਂ ਨੂੰ ਸਵਾਦੀ ਲੱਗ ਰਿਹਾ ਸੀ। ਉਹਨੂੰ ਕਾੜ ਵੀ ਸੀ ਕਿ ਸ਼ਾਮ ਹੋ ਰਹੀ ਹੈ ਰਾਤ ਦੀ ਰੋਟੀ ਟੁੱਕਰ ਵਾਸਤੇ ਅੱਗ ਬਾਲ ਕੇ ਕੁਝ ਪਕਾਉਣਾ ਵੀ ਹੈ ਤੇ ਨਾਲ-ਨਾਲ ਉਹਨੂੰ ਹਬੀਬ ਨਾਲ ਹੋਈ ਹਾਲੀ ਮੁਲਾਕਾਤ ਵੀ ਯਾਦ ਆ ਰਹੀ ਸੀ। ਉਹ ਸੋਚ ਰਹੀ ਸੀ ਪਿਛਲੀ ਵਾਰ ਜਦੋਂ ਉਹਨੂੰ ਪਾਣੀ 'ਚ ਡਿੱਗਣ ਤੋਂ ਬਚਾਉਣ ਵੇਲੇ ਜਿਹੜਾ ਹਬੀਬ ਨਾਲ ਹਾਦਸਾ ਹੋ ਗਿਆ ਸੀ ਖਾਰੇ ਉਹਦੇ ਬਾਰੇ ਹਬੀਬ ਦੇ ਦਿਲ 'ਚ ਕੀ ਹੈ? ਬੱਕਰੀਆਂ ਪਿੱਛੇ ਆਉਂਦੇ ਨਾਲ ਤੇ ਕੋਈ ਚੱਜ ਦੀ ਗੱਲ ਹੀ ਨਹੀਂ ਹੋ ਸਕੇ ਤੇ ਮਲੂਕਾ ਨਹਾ ਕੇ ਕੱਪੜੇ ਬਦਲ ਲੈ ਤੇ ਚੁੱਲ੍ਹੇ 'ਚ ਅੱਗ ਬਾਲ ਹਾਂਡੀ ਬਣਾ ਕੇ ਚੁੱਲ੍ਹੇ ਤੇ ਛਾੜ ਦਿੱਤੀ ਤੇ ਕੋਲੀ ਬਹਿ ਕੇ ਆਟਾ ਗੁੰਨਣ ਲੱਗ ਪਈ ਆਟੇ ਨੂੰ ਅਜੇ 2-4 ਮੁਕੀਆਂ ਹੀ ਦਿੱਤੀਆਂ ਹੋਵਣਗੀਆਂ ਕਿ ਬਾਹਰਲੇ ਬੂਏ 'ਚ ਕੂਕਣੇ ਆਵਾਜ਼ ਦਿੰਦੀ ਆਵੜੀ ਨੀ ਬਸ਼ੀਰਾਂ ਘਾਰੀ ਹੈ ਮਲੂਕਾ ਉੱਠ ਕੇ ਮੰਜੀ ਖਿੱਚ ਕੇ ਚੁੱਲ੍ਹੇ ਤੋਂ ਥੋੜੀ ਦੂਰ ਕਰਦਿਆਂ ਕਿ ਆ ਜਾ ਤਾਹੀ ਬਹਿ ਜਾ ਅੰਮਾ ਜ਼ਰਾ ਕੁੱਬੇ ਦੀ ਹੱਟੀ ਟਿੱਕਰ ਗਈ ਆਉਂਦੀ ਹੋएगी ਜਿਉਂਦੀ ਰੋ ਮਲੂਕਾ ਤੀਏ ਆਕੇ ਕੂਕੜੇ ਮੰਜੀ ਤੇ ਬਹਿ ਗਈ ਤੇ ਫਿਰ ਪੁੱਛਿਆ ਅਜੇ ਫੈਕਟਰੀ ਕੰਮ ਕਰਨ ਜਾਨੀਂ ਕਿ ਛੱਡ ਦਿੱਤਾ ਹੋਇਆ ਜਾਨੀਂ ਤਾਈ ਛੱਡਣਾ ਕਿਉਂ ਹੈ ਬਾਜੀ ਬੁਸ਼ਰਾ ਨਹੀਂ ਤਾਂ ਕੰਮ ਉੱਤੇ ਰੱਖਿਆ ਸੀ ਮੈਨੂੰ ਹਲਾ ਜਿਉਂਦੀ ਰਹੁ ਤੂੰ ਵੀ ਤੇ ਬੁਸ਼ਰਾ ਵੀ ਕੂਕੜੇ ਨੇ ਦਵਾ ਦਿੱਤੀ ਤਾਈ ਚਾਹ ਬਣਾਵਾਂ ਤੇਰੇ ਲਈ ਨਾਂਦੀ ਮੈਂ ਚਾਹ ਕਦੀ ਨਹੀਂ ਪੀਤੀ ਨਲਕੇ ਦਾ ਤਾਜ਼ੇ ਤਾਜ਼ਾ ਪਾਣੀ ਪਿਆ ਦੇ ਚੰਗਾ ਕੀਤਾ ਇਸ ਮਹਿੰਗੇ ਜ਼ਮਾਨੇ 'ਚ ਮਾਪਿਆਂ ਵਾਸਤੇ ਕੁਝ ਨਾ ਕੁਝ ਕਮਾ ਲਿਆਉਣੀ ਮਾਂ ਪਿਓ ਦੀ ਖੇਚਲ ਚੁੱਕਣ ਵਾਲਿਆਂ ਨੂੰ ਖੁਦਾ ਬੜੇ ਭਾਗ ਲਾਉਂਦਾ ਏ ਮਲੂਕਾ ਨਲਕਾ ਗੇੜ ਕੇ ਪਾਣੀ ਦਾ ਗਲਾਸ ਲੈ ਆਏ ਤੇ ਕੂਕਣੇ ਪਾਣੀ ਪੀਂਦੀ ਸੀ ਭਈ ਕਿ ਮਲੂਕਾ ਦੀ ਮਾਂ ਬਸ਼ੀਰਾ ਵੀ ਸੌਦਾ ਲੈ ਕੇ ਆ ਗਈ ਕੂਕਣੇ ਨੂੰ ਵੇਖ ਕੇ ਬਿਸਮਿਲ੍ਲਾ ਆਖਿਆ ਜੀ ਆਇਆਂ ਨੂੰ ਭੈਣ ਭੈਣ ਕੂਕਣੇ ਮੇਰੇ ਘਰ ਦਾ ਰਾਹ ਕਿਵੇਂ ਭੁੱਲ ਆਈਂ ਸੌਦਾ ਮਲੂਕਾ ਨੂੰ ਫੜਾਉਂਦਿਆਂ ਬਸ਼ੀਰਾ ਆਖਿਆ ਆਪਣੀ ਤਾਈ ਵਾਸਤੇ ਸ਼ਰਬਤ ਬਣਾਇਆ ਸੀ ਕਿ ਫੋਕਾ ਪਾਣੀ ਪਿਆ ਦਿੱਤਾ ਥੀ ਮੈਂ ਆਪੇ ਹੀ ਫੋਕਾ ਪਾਣੀ ਆਖਿਆ ਸੀ ਤੂੰ ਬੈਠ ਮੇਰੇ ਕੋਲ ਤੇਰੇ ਨਾਲ ਇੱਕ ਗੱਲ ਕਰਨੀ ਹੈ ਸੌ ਗੱਲਾਂ ਕਰ ਕੂਕਣੇ ਬਹਿਣ ਧਨ ਭਾਗ ਸਾਡੇ ਤੂੰ ਘਰ ਆਈਂ ਤੇ ਤੂੰ ਕਦੀ ਘਰੋਂ ਬਾਹਰ ਨਹੀਂ ਨਿਕਲਦੀ ਨੂਰਾ ਕਦੋਂ ਆਵੇਗਾ ਕੂਕਣੇ ਪੁੱਛਿਆ ਤਾਂ ਬਸ਼ੀਰਾ ਨੇ ਮਲੂਕਾ ਨੂੰ ਖੜਕ ਗਈ ਨੂਰਾ ਜਿਹੜੀ ਗੱਲ ਇਹਦੇ ਵੱਡੇ ਪੁੱਤਰਾ ਨਾਲ ਵਾਜਿਦ ਨੰਬਰਦਾਰ ਵਾਲੀ ਕੀਤੀ ਏ ਤੇ ਉਹਦੇ ਬਾਰੇ ਕੋਈ ਉਲਾਮਾ ਲੈ ਕੇ ਆਈਏ ਅੱਬਾ ਤੇ ਸ਼ਹਿਰ ਗਿਆ ਹੋਇਆ ਤਾਈ ਮਲੂਕਾ ਦੱਸਿਆ ਰਾਤ ਨੂੰ ਦੇਰ ਨਾਲ ਸ਼ਾਇਦ ਆਵੇ ਤੂੰ ਅੰਮੀ ਨਾਲ ਕਰ ਲੈ ਜਿਹੜੀ ਕਰਨੀ ਹੈ ਅੰਮੀ ਆਪੇ ਬੈਨਲ ਕਰ ਲਏਗੀ ਕੀ ਗੱਲ ਕਰਾਂ ਮਲੂਕਾ ਧੀਏ ਨੂਰਾ ਹੁੰਦਾ ਹੈ ਹੁੰਦਾ ਤੇ ਪੁੱਛਦੀ ਉਹਨੂੰ ਲੋਕ ਤੇ ਗਵਾਂਢੀਆਂ ਨੂੰ ਸੱਕਿਆਂ ਨਾਲੋਂ ਵੀ ਚੰਗਿਆਂ ਜਾਣਦੇ ਨੇ ਤੇ ਮੈਂ ਕੀ ਨੂਰੇ ਦਾ ਵਗਾੜਿਆ ਸੀ ਜੋ ਮੇਰੇ ਘਰ ਦੀਆਂ ਗੱਲਾਂ ਨੰਬਰਦਾਰਾਂ ਨੂੰ ਜਾ ਕੇ ਸੁਣਾਉਂਦਾ ਰਿਹਾ ਹੈ ਤੂੰ ਵੀ ਧੀ ਲਗਣੀ ਐ ਮਲੂਕਾ ਮੇਰੀ ਬੁਸ਼ਰਾ ਨੂੰ ਚੰਗੀ ਤਰ੍ਹਾਂ ਜਾਣਦੀ ਐ ਜਾਣਦੀ ਏ ਕਿ ਨਹੀਂ ਜਾਣਨੀ ਆ ਤਾਈ ਮਲੂਕਾ ਹੁਣ ਤੀ ਕਾਟਾ ਗੁੰਨ ਲਿਆ ਹੋਇਆ ਸੀ ਤਵਾ ਚੁੱਲੇ ਤੇ ਗਰਮ ਹੋਣ ਲਈ ਰੱਖ ਦਿੱਤਾ ਤੇ ਕੂਕਣੇ ਕੋਲ ਮੰਜੀ ਤੇ ਆ ਗਈ ਤੇ ਝੱਟ ਮਗਰੋਂ ਫੇਰ ਚੁੱਲ੍ਹੇ ਕੋਲ ਜਾ ਬੈਠੇ ਬਸ਼ੀਰਾ ਸੋਚ ਰਹੀ ਸੀ ਕੁਕੜੇ ਨੂੰ ਕੀ ਜਵਾਬ ਦੇਵੇ ਕੁਕੜੇ ਫੇਰ ਮਲੂਕਾ ਨਾਲ ਹੀ ਗੱਲ ਕੀਤੀ ਤੂੰ ਤੇ ਮੇਰੀ ਬੁਸ਼ਰਾ ਨਾਲ ਕੇ ਗੁੱਡੀਆਂ ਪਟੋਲੇ ਖੇਡੇ ਨੇ ਇੱਕ ਦੂਜੇ ਦੇ ਦਿਲ ਦੀਆਂ ਵੀ ਇਤਿਆਦਾਂ ਵੀ ਜਾਣਦੀਆਂ ਹੋਵੋਗੇ ਹਾਂ ਜੋ ਆ ਜਾਣਨੀਆਂ ਤਾਂ ਇਹ ਸਾਰਾ ਕੁਝ ਜਾਣਨੀਆਂ ਆਪਣੇ ਬਾਰੇ ਵੀ ਤੇ ਬੁਸ਼ਰਾ ਬਾਰੇ ਵੀ ਮਲੂਕਾ ਰੋਟੀ ਕਢ ਕੇ ਗਰਮ ਤਵੇ ਤੇ ਸੁੱਟ ਦਿਆਂ ਆਖਿਆ ਸਾਡੇ ਦੋਵਾਂ 'ਚ ਕੋਈ ਪਰਵਾਹ ਨਹੀਂ ਸੀ ਤਾਈ ਸ਼ਾਬਾਸ਼ ਤੇ ਅੱਲਾ ਤੇਰਾ ਭਲਾ ਕਰੇ ਤੂੰ ਜਵਾਨ ਜਾਨੇ ਮਲੂਕਾ ਸ਼ਾਲਾ ਜੁਗ ਜੁਗ ਜਵਾਨੀਆਂ ਮਾਣੀ ਸੱਚ ਮੁੱਚੇ ਦੱਸ ਤੈਨੂੰ ਮੇਰੀ ਜਵਾਨੀ ਦੀ ਕਸਮ ਕੂਕਣੇ ਚੁੱਲ੍ਹੇ ਕੋਲ ਗਈ ਮੇਰੀ ਬੁਸ਼ਰਾ ਵਿੱਚ ਕੀ ਐਬ ਸੀ ਕੂਕਣੇ ਮਲੂਕਾਂ ਦੇ ਸਿਰ ਉੱਤੇ ਹੱਥ ਰੱਖ ਕੇ ਪਜੇ ਨਾ ਤਾਈ ਬੁਸ਼ਰਾ ਤੇ ਅੱਲਾ ਦਾ ਜੀ ਉਹ ਵੀ ਤੇਰੇ ਵਾਂਗ ਕਿਸੇ ਦਾ ਬੁਰਾ ਨਹੀਂ ਸੀ ਸੋਚਦੀ ਬਾਲਪੁਣੇ ਵੇਲੇ ਗੁੱਡੀਆਂ ਖੇਡਦੇ ਉਸ ਕਦੀ ਰੋਂਦਨੀ ਸੀ ਮਾਰਿਆ ਤੇ ਨਾ ਹੀ ਫੈਕਟਰੀ ਚ ਸੁਪਰਵਾਈਜ਼ਰੀ ਕਰਦੇ ਆ ਕਿਸੇ ਦੀ ਕਿਸੇ ਵੀ ਮਜ਼ਦੂਰ ਕੁੜੀ ਨੂੰ ਦੁੱਖ ਦਿੱਤਾ ਸਾਰੇ ਤਰੀਫਾਂ ਹੀ ਕਰਦੇ ਨੇ ਫਿਰ ਦੱਸ ਆਪਣੇ ਪਿਓ ਨੂੰ ਕਿਉਂ ਭੰਡਦਾ ਫਿਰਦਾ ਲੋਕਾਂ ਦੀਆਂ ਧੀਆਂ ਨੂੰ ਕੂਕੜੇ ਜ਼ਰਾ ਗੁੱਸੇ ਚ ਆ ਕੇ ਬਾਹਰ ਜਾਵਣ ਲੱਗੀ ਤਾਂ ਬਸ਼ੀਰਾ ਕੂਕੜੇ ਨੂੰ ਬਾਹਾਂ ਤੋਂ ਫੜ ਕੇ ਬਿਠਾਉਂਦਿਆਂ ਆਕਿਆ ਬੈਣ ਬੈਠ ਤੇ ਸਹੀ ਰੋਟੀ ਪੱਕ ਗਈ ਐ ਖਾ ਕੇ ਜਾਵੇਂ ਮਾਂ ਦੇ ਅੱਖ ਨਾਲੇ ਮਲੂਕਾ ਚੰਗੇਰ ਚ ਰੋਟੀਆਂ ਧਰ ਲਈ ਐ ਤੇ ਨਾਲ ਹੀ ਹੁਣੇ ਪਕਾਈ ਗੋਭੀ ਆਲੂ ਵੀ ਲੈ। ਕੁਕੜ ਨੇ ਆਖਿਆ ਧੀਏ ਰੋਟੀ ਮੈਂ ਘਰੋਂ ਖਾ ਕੇ ਆਈਆਂ। ਖੁਦਾ ਤੁਹਾਨੂੰ ਬਹੁਤਾ ਦੇਵੇ। ਨੂਰੇ ਨੂੰ ਸਮਝਾਓ ਕਿਉਂ ਲੋਕਾਂ ਦੇ ਘਰਾਂ 'ਚ ਮੁਆਤੇ ਬਾਲ-ਬਾਲ ਸੁੜਦਾ ਏ। ਉਹਦੇ ਘਰ ਵੀ ਜਵਾਨ ਧੀ ਏ। ਅਚਾਨਕ ਇੱਕ ਨਿੱਕਾ ਜਿਹਾ ਧਮਾਕਾ ਹੋਇਆ ਤੇ ਬੱਤੀ ਚਲੀ ਗਈ। ਸ਼ਾਮ ਦਾ ਹਨੇਰਾ ਹੋ ਗਿਆ ਸੀ। ਲੈ ਅੱਜ ਫੇਰ ਟਰਾਂਸਫਾਰਮਰ ਉੱਡ ਗਿਆ। ਅਜੇ 10 ਦਿਨ ਹੋਈ ਲੋਕਾਂ ਪੱਲਿਓ ਪੈਸੇ ਇਕੱਠੇ ਕਰਕੇ ਟਰਾਂਸਫਾਰਮਰ ਬਣਵਾਇਆ ਸੀ। ਜੇ ਬਿਜਲੀ ਵਾਲਿਆਂ ਦੇ ਲਾਰੇ ਤੇ ਰਹਿੰਦੇ ਤਾਂ ਬਣਨਾ ਹੀ ਨਹੀਂ ਸੀ ਬਸ਼ੀਰਾ ਬਿਜਲੀ ਵਾਲਿਆਂ ਨੂੰ ਬੁਰਾ ਭਲਾ ਆਖਿਆ ਚੰਦਰੇ ਬਿਜਲੀ ਦਾ ਬਿੱਲ ਵੀ ਦੂਣਾ ਲੈਂਦੇ ਨੇ ਤੇ ਫਿਰ ਉਤੋਂ ਹੋਰ ਕਮਾਈ ਕਰਨ ਲਈ ਟਰਾਂਸਫਾਰਮਰ ਬਣਾਉਣ ਲਈ ਵੀ ਪੈਸੇ ਲੈਂਦੇ ਨੇ ਤੇ ਮਲੂਕਾ ਮੋਮਬੱਤੀ ਬਾਲਕੇ ਕੰਦ ਉੱਤੇ ਬਣੇ ਖਡੋਲਣੇ ਵਿੱਚ ਰੱਖਦੀ ਬੋਲੀ ਅੰਮਾ ਬਿਜਲੀ ਵਿਭਾਗ ਦੇ ਕੋਲ ਪੈਸੇ ਕੋਈ ਨਹੀਂ ਸਾਰੇ ਪੈਸੇ ਤੇ ਮੌਲਵੀਆਂ ਨਾਲ ਲੜਾਈ 'ਚ ਖਰਚ ਹੋ ਜਾਂਦੇ ਨੇ ਮੋਮਬੱਤੀ ਦੇ ਜਗਨ ਨਾਲ ਵਿੜੇ 'ਚ ਨਿਮੀ ਨਿਮੀ ਲੋਕ ਖਿਲਰ ਗਏ ਕੋਕਣੇ ਜਾਵਨ ਲਈ ਫੇਰ ਉੱਠ ਖਲੋਤੀ ਤੇ ਆਖਿਆ ਸੂ ਮੈਂ ਜਾਨੀਆਂ ਬਸ਼ੀਰਾ ਨੂਰੇ ਨੂੰ ਸਮਝਾ ਮੇਰੇ ਪੁੱਤਰ ਤੇ ਅੱਗੇ ਹੀ ਤੇਲ ਦਾ ਤੜਕਾ ਨੇ ਐਵੇਂ ਭਾਵਕ ਭਵਕ ਖਲੋਂਦੇ ਨੇ ਮੇਰੀਆਂ ਨੂਆ ਵੀ ਸਾਂ ਉਤੇ ਚੜੀਆਂ ਹੋਈਆਂ ਨੇ ਉਹ ਵੀ ਦਿਨ ਰਾਤ ਮੇਰੇ ਪੁੱਤਰਾਂ ਨੂੰ ਚਮਕਾਈ ਰੱਖਦੀਆਂ ਨੇ ਬਸ਼ੀਰਾ ਨਾਲ ਉੱਠ ਕੇ ਬੁਏ ਤਿੱਕਰ ਗਈ ਤੇ ਤਸੱਲੀ ਦਿੱਤੀ ਮੈਂ ਗੱਲ ਕਰਾਂਗੀ ਨੂਰੇ ਨਾਲ ਤੂੰ ਦਿਲ ਚ ਕੋਈ ਗੱਲ ਨਾ ਲਿਆਵੇਂ ਤੈਨੂੰ ਤਾਂ ਮਿਲੇ ਸਾਨੂੰ ਚੰਗਾ ਨਹੀਂ ਲੱਗਦਾ ਕੋਕਣੇ ਤੇ ਜਾਣ ਤੋਂ ਮਗਰੋਂ ਬਸ਼ੀਰਾ ਪਰਤੀ ਤਾਂ ਨੇ ਮਲੂਕਾਂ ਨੂੰ ਚੁੱਲ੍ਹੇ ਲਾਗੇ ਬੈਠਿਆਂ ਗੌਰ ਨਾਲ ਵੇਖਿਆ ਬਲਦੀ ਅੱਗ ਦੀ ਲਾਟ ਨਾਲ ਮਲੂਕਾਂ ਦਾ ਮੂੰਹ ਸੋਨੇ ਵਾਂਗ ਚਮਕ ਰਿਹਾ ਸੀ ਜਵਾਨੀ ਪੂਰੀ ਸਿਖਰ ਤੇ ਪਖੀ ਸੀ ਧੀ ਦੀ ਜਵਾਲ ਤੇ ਚਮਕਦੇ ਹੁਸਨ ਉਤੇ ਬੜਾ ਪਿਆਰ ਆਇਆ ਉਸ ਧੀ ਨੂੰ ਆਪਣੀ ਨਜ਼ਰ ਤੋਂ ਬਚਾਉਣ ਲਈ ਮਲੂਕਾਂ ਉੱਤੇ ਮਿਰਚਾਂ ਵਾਰ ਕੇ ਬਲਦੀ ਅੱਗ 'ਚ ਸੁੱਟੀਆਂ ਮਿਰਚਾਂ ਦੇ ਸੜਨ ਨਾਲ ਮਲੂਕਾਂ ਨੇ ਛਾ ਆ ਗਈਆਂ ਤੇ ਬੋਲੀ ਮਾਂ ਕੀ ਸੁੱਟਿਆ ਹੈ ਪਰ ਮਾਂ ਤੇ ਧੀ ਦੇ ਵਿਆਹ ਬਾਰੇ ਸੋਚ ਰਹੀ ਸੀ ਧੀ ਦੇ ਰਿਸ਼ਤੇ ਵਾਸਤੇ ਕੋਈ ਵਰ ਨਜ਼ਰ ਨਹੀਂ ਸੀ ਆ ਰਿਹਾ ਕੋਈ ਚੋਰ ਤੇ ਕੋਈ ਵੇਲਾ ਕੋਈ ਨਸ਼ਈ ਜੂਏ ਵਾਸਤੇ ਆਵਾਰਾ ਨਹੀਂ ਸਾਰੇ ਰਿਸ਼ਤੇਦਾਰਾਂ ਦੇ ਮੁੰਡੇ ਆਪਣੀ ਧੀ ਨੂੰ ਕਿੱਥੇ ਡੋਬਾਂ ਇਸ ਫਿਕਰ 'ਚ ਹੀ ਬਸ਼ੀਰਾ ਬੈਠੀ ਸੀ ਕਿ ਮਲੂਕਾਂ ਛਾਬੀ 'ਚ ਰੋਟੀ ਰੱਖ ਕੇ ਮਾਂ ਕੋਲ ਹੀ ਮੰਜੀ ਤੇ ਆ ਬੈਠੀ ਤੇ ਆਖਿਆ ਲੈ ਰੋਟੀ ਖਾ ਮਾਂ ਤੈਨੂੰ ਟਰਾਂਸਫਾਰਮਰ ਸੜਨ ਦਾ ਦੁੱਖ ਲੱਗ ਗਿਆ ਬਸਤੀ ਵਾਲੇ ਰਲ ਕੇ ਕੁਝ ਨਾ ਕੁਝ ਕਰ ਲੈਣਗੇ ਬਸ਼ੀਰਾ ਨੂੰ ਧੀ ਦੇ ਵੱਲੋਂ ਜਿਵੇਂ ਫਿਕਰ ਖਾਵਣ ਲੱਗ ਪਈ ਤੇ ਬੋਲੀ ਵਸਤੀ ਵਾਲੇ ਸਾਰੇ ਇਕੱਠੇ ਹੋ ਕੇ ਉੱਥੇ ਜਾ ਕੇ ਰੋਂਦੇ ਪਿੱਟਦੇ ਕਿਉਂ ਨਹੀਂ ਕੋਈ ਫਾਇਦਾ ਨਹੀਂ ਹੋਣਾ ਮਾਂ ਲੈ ਕੇ ਉੱਥੋਂ ਤਿੱਕਰ ਸਭ ਰਲੇ ਹੋਏ ਨੇ ਪੈਸੇ ਬਿਨਾ ਹੁਣ ਕੁਝ ਕੋਈ ਜਾਇਜ਼ ਕੰਮ ਵੀ ਨਹੀਂ ਹੁੰਦਾ ਬਸ਼ੀਰਾ ਰੋਟੀ ਖਾਂਦੀ ਸਾਹਮਣੇ ਬੈਠੀ ਮਲੂਕਾਂ ਵਾਲੇ ਇੱਕ ਵਾਰ ਫਿਰ ਧਿਆਨ ਮਾਰਿਆ ਹੁਣ ਮੋਮਬੱਤੀ ਦੀ ਨਿਮੀ ਨਿਮੀ ਲੋ ਮਲੂਕਾਂ ਦੇ ਮੂੰਹ ਉੱਤੇ ਆਈ ਇੱਕ ਲਿੱਟ ਉਹਨੂੰ ਬਹੁਤ ਸੋਹਣਾ ਵਿਖਾ ਰਹੀ ਸੀ ਬਸ਼ੀਰਾ ਨੂੰ ਇੱਕ ਵਾਰ ਫੇਰ ਆਪਣੀ ਨਜ਼ਰ ਲੱਗਣ ਦਾ ਡਰ ਲੱਗਾ ਬਸ਼ੀਰਾ ਆਖਣ ਲੱਗੀ ਮਲੂਕਾ ਜਾ ਉੱਠ ਕੇ ਮੇਰੇ ਸਾਹਮਣੇ ਤੋਂ ਪਰ ਮਲੂਕਾ ਕੂਕਣੇ ਦੀ ਗੱਲ ਛੇੜ ਦਿੱਤੀ ਆਖਿਆ ਅੰਮੀ ਅੱਬਾ ਨੂੰ ਕੀ ਲੋੜ ਏ ਲੋੜ ਪਈ ਏ ਨੰਬਰਦਾਰਾਂ ਨਾਲ ਗੱਲ ਕਰਨ ਦੀ ਤਾਈ ਕੂਕਣੇ ਤੇ ਤਾਇਆ ਫਕੀਰੀਆ ਕਿੰਨੇ ਭਲੇ ਲੋਕ ਨੇ ਜੇ ਉਹਨਾਂ ਦੇ ਦੋਵੇਂ ਪੁੱਤਰ ਨਲਾਇਕ ਨਿਕਲੇ ਨੇ ਤੇ ਉਹਨਾਂ ਦੀ ਕਿਸਮਤ ਸਾਨੂੰ ਕੀ ਲੋਕ ਤਾਂ ਖੰਭਾਂ ਦੀ ਉਡਾਰ ਬਣਾ ਕੇ ਉਡਾ ਦਿੰਦੇ ਨੇ ਬਸ਼ੀਰਾ ਨੂੰ ਵੀ ਨੂਰੇ ਦੀ ਇਸ ਹਰਕਤ ਉਤੇ ਅਫਸੋਸ ਹੋਇਆ ਕਦੀ ਕਿਸੇ ਨੂੰ ਮੰਦਾ ਨਾ ਬੋਲਣ ਵਾਲੀ ਕੁਕਣੀ ਨੂਰੇ ਦਾ ਉਲਾਮਾ ਦੇ ਕੇ ਆਈਏ ਬਸ਼ੀਰਾ ਨੂੰ ਵਾਕਿਆ ਹੀ ਸ਼ਰਮਿੰਦਗੀ ਹੋ ਰਹੀ ਸੀ ਬੋਲੀ ਪਤਾ ਨਹੀਂ ਕਦੋਂ ਤੇਰੇ ਪਿਓ ਨੂੰ ਅਕਲ ਆਣੀ ਆਪਣੀ ਜਵਾਨਤੀ ਘਰ ਵਿੱਚ ਤੇ ਧੀਆਂ ਦੇ ਪਰਦੇ ਕੱਜਨ ਦੀ ਬਜਾਏ ਸੁਣੀਆਂ ਸੁਣਾਈਆਂ ਗੱਲਾਂ ਅੱਗੇ ਜਾਂ ਸੁਣਾਈਆਂ ਸੋ ਨੰਬਰਦਾਰਾ ਨੂੰ ਗੱਲ ਸੁਣਾ ਕੇ ਭਲਾ ਕੀ ਹੱਥ ਆ ਗਿਆ ਲੋਕਾਂ ਦੀ ਫਿਟਕਾਰ ਵੱਖਰੀ ਲੈਣੀ ਮੈਂ ਕੁਝ ਹੋਰ ਸੋਚ ਰਹੀ ਸਾਂ ਹਬੀਬ ਚੰਗਾ ਮੁੰਡਾ ਹੈ ਪਰ ਤੇਰੇ ਅੱਬੇ ਨੂੰ ਕੌਣ ਸਮਝਾਵੇ ਹਬੀਬ ਨੂੰ ਹਬੀਬ ਨੂੰ ਮਾਂ ਚੰਗਾ ਮੁੰਡਾ ਆਖਿਆ ਤੇ ਮਲੂਕਾਂ ਦੇ ਦਿਲ ਦੀ ਧੜਕਣ ਤੇਜ਼ ਹੁੰਦੀ ਲੱਗੀ ਤੋਂ ਭਾਂਡੇ ਚੁੱਕ ਕੇ ਮਾਂ ਕੋਲੋਂ ਉੱਠ ਗਈ ਧੰਨਵਾਦ